you mm -hmm. ਬੈਜੇ ਤੇਰਾ ਓਏ ਲਾਕਡਾਊਨ ਤਾਂ ਚੱਲ ਰਿਹਾ ਉੱਥੇ ਪੁਲਿਸਾਂ ਹੀ ਟਿਕ ਰਹਿੰਦੇ ਇੱਥੇ ਘਰੇ ਤੂੰ ਦਾ ਦਿਲ ਲੱਗੀ ਹੋਈ ਆ ਸਦਾਮ ਹੁਸੈਨ ਦੀ ਭੈਣ ਜਿਵੇਂ ਸਦਾਮ ਹੁਸੈਨ ਦੀ ਭੈਣ ਹੋਵਾਂ ਨਾ ਤਾਂ ਬੰਬ ਨੇ ਸਭ ਤੋਂ ਪਹਿਲਾਂ ਤੈਨੂੰ ਡਾਵਾ ਬੇੜੀ ਬੈਠੀ ਵਾਲੇ ਮੋਦੀ ਤੋਂ ਵੱਧ ਲਾਨ ਦਾ ਪੈਣ ਲੱਗ ਗਈਆਂ ਤੈਨੂੰ ਤੂੰ ਮੇਰੀ ਤੁਲਨਾ ਮੋਦੀ ਨਾਲ ਕਰੀ ਐ ਨਹੀਂ ਕਿੱਥੇ ਹੋ ਤੇ ਕਿੱਥੇ ਮੈਂ ਮੈਂ ਲੋਕੀ ਤੜਕੇ ਤੜਕੇ ਲਾਨ ਤਾਂ ਮਉਣ ਕਰੇ ਆਉਂਦੇ ਨੇ ਬਾਮਣਾ ਦਾ ਦਲਵੀਰ ਸੌ ਆਵਾ ਤਵਾ ਬੋਲ ਕੇ ਗਿਆ ਆ ਸ਼ਿਮਲਾ ਜ਼ਿਲਾਹੀ ਕੈ ਲੋ ਸੱਸੀ ਵਾਲੀ ਵੇ ਤੇਰਾ ਪੱਲਾ ਪਾਉਂਦੀਆਂ ਨੇ ਕਿਉਂ ਲੋਕਾਂ ਨੇ ਦਰਸੀਸਾ ਲੈਣਾ ਲੀਡਾ ਟਾਈਮ ਸਟ ਦੇ ਦਿਆ ਕਰ ਜਿੰਨਾ ਕਪੜਾ ਮੈਂ ਟਾਈਮ ਤੇ ਦਿੰਦਾ ਹੋਰ ਕੋਈ ਦਿੰਦਾ ਹੀ ਨਹੀਂ ਇਹ ਸੇਕ ਦੀ ਜਵਾਨ ਹੈ ਧਰਤੀ ਐ ਤੋਂ ਐ ਘੁੰਮ ਸਕਦੀ ਐ ਪਰ ਜਵਾਨ ਨਹੀਂ ਬਦਲਦੀ ਕੁੱਤੇ ਮੁੱਤਣ ਹੈ ਜੀ ਜਵਾਨ ਤੇ ਕੁੱਤੇ ਕਣੀ ਕਰਾਉਣੀ ਹੁੰਦੀ ਐ ਨਾ ਆਪਦੀ ਦੁਕਾਨ ਤੇ ਕਰਾਇਆ ਕਰ ਮੇਰੇ ਘਰੇ ਕੋਈ ਬੰਦਾ ਨਹੀਂ ਆਉਣ ਦੇਦਾ ਤੇਰਾ ਨਹੀਂ ਗਾਹਕ ਰੱਬ ਦਾ ਰੂਪ ਹੁੰਦੇ ਨੇ ਤੇਰੀ ਸ਼ਕਲ ਦੇਖੀ ਐ ਅੱਜ ਮੇਰੇ ਸਾਡੇ ਦੀਆਂ ਮਨਹੂਸ ਖਬਰਾਂ ਮਿਲਣਗੀਆਂ ਮਨਹੂਸ ਖਬਰਾਂ ਮੈਨੂੰ ਤਾਂ ਕੋਈ ਖਬਰ ਮੈਨੂੰ ਮਿਲੇ ਭਈ ਬਾਂਮੜਾ ਦਲ ਵੀ ਤੇਰਾ ਕਤਲ ਕਰ ਗਿਆ ਤੇਰਾ ਬੇੜਾ ਬਹਿਜੇ ਤੇਰਾ ਨੀ ਜੇ ਮੂੰਹ ਚੱਜਦਾ ਨਹੀਂ ਬੇਸੂਰੀ ਜਨਾਨੀ ਐ ਗੱਲ ਚੱਜਦੀ ਕਰ ਲਿਆ ਕਰ ਮੂਨਾ ਮੱਥਾ ਸੇਵਕਾਂ ਦੀ ਲੁੱਚਾ ਕੁੱਤਾ ਉल्लू ਦਾ ਪੱਠਾ ਕਾਰੀ ਦਿਹਾੜੀ ਕੁੱਤੇ ਖਾਣੀ ਕਰਾਉਣ ਨੂੰ ਤਿਆਰ ਰਹਿੰਦਾ ਮੇਰੀ ਗੱਲ ਸੁਣ ਲੈ ਜੇ ਕੋਈ ਤੇਰਾ ਗਾਹ ਕੱਜ ਘਰੇ ਆ ਗਿਆ ਨਾ ਸੌ ਮੈਨੂੰ ਬਾਬੇ ਮਰਹਾਣੇ ਦੀ ਡਾਂਗਾ ਮਾਰ ਕੇ ਦਵੱਲੂ ਨਹੀਂ ਮੇਰੇ ਪੱਕੇ ਗਾਹ ਨੇ ਗਾਹ ਕਰਬ ਦਾ ਰੂਪ ਹੁੰਦੇ ਨੇ ਗਾਹ ਕਰਬ ਦਾ ਰੂਪ ਵੇ ਤੈਨੂੰ ਲਾਂਂਤਾ ਜੀ ਧਿਆਨ ਰਹਿੰਦਾ ਤੇਰਾ ਸਾਰੀ ਜ਼ਿੰਦਗੀ ਲਾਂਂਤਾ ਜੀ ਉਹ ਤੇਰੇ ਪਿਓ ਨੂੰ ਕੱਟ ਪੈਂਦੀਆਂ ਨੇ ਤੇਰੀ ਮਾਂ ਨੂੰ ਲਾਂਤਾ ਪੈਂਦੀਆਂ ਨੇ ਤੈਨੂੰ ਲਾਂਤਾ ਪੈਂਦੀਆਂ ਨੇ ਵੇ ਤੂੰ ਮੇਰੇ ਪੇਕਿਆਂ ਤੱਕ ਗਿਆ ਜਾ ਵੱਡੇ ਮੇਰੇ ਪੇਕੇ ਤੋਂ ਆਇਆ ਸੂਟ ਤਸੀਹ ਕਿੰਨੇ ਤਹਲੇ ਤੱਕ ਤੇਰੇ ਲਾਰੇ ਅੱਧੇ ਵਿਆਹੇ ਅੱਧੇ ਘਾਰੇ ਜਿੱਦੈ ਮਰੀ ਬੇਵਾ ਤੀਨੀਏ ਤੇਰਾ ਕਫਨ ਮੈਂ ਸਿਉਂਗਾ ਮੈਂ ਹਾਏ ਮੈਂ ਮਰ ਜਾਨੀ ਮੈਨੂੰ ਮਰੀ ਲਈ ਲੋੜਦਾ ਨਹੀਂ ਮੈਨੂੰ ਮੋਟੀ ਪੈ ਗਈ ਲੁੱਚੀ ਤੀਨੀਏ ਕਿੰਨੇ ਵਸਤਾ ਖੁੱਲੀ ਰੱਖੇਗਾ ਦਕਾਨ ਜਿੰਨਾ ਚਿਰ ਪੁਲਿਸ ਨਹੀਂ ਬੰਦ ਕਰਾਉਂਦੀ ਮੈਂ ਤਾਂ ਕਹਿਨੀ ਆ ਹੇ ਸੱਚੇ ਪਾਸ਼ਾ ਜੇ ਕਿਤੇ ਝੂਠ ਬੋਲਣ ਦਾ ਚਲਾਨ ਹੁੰਦਾ ਹੁੰਦਾ ਨਾ ਤੇ ਤੂੰ ਸਾਰੀ ਜ਼ਿੰਦਗੀ ਜੇਲ੍ਹ ਜੀ ਬੈਠ ਰਹਿਣਾ ਤੇ ਮੈਂ ਸੁੱਦੇ ਪਰ ਤੂੰ ਕਾ ਮਾਤਾ ਕੁੰ ਮੈਂ ਸੁੱਦੇ ਪਰ ਤੂੰ ਕਾ ਮਾਤਾ ਮੈਂ ਸੁੱਦੇ ਤੇਰੇ ਪੈਣ ਕੀੜੇ ਜਿਹੜੇ ਮੜਾਪ ਚੱਲਣ ਤੇਰੇ ਜੈ ਵੱਡਾ ਮੈਨੂੰ ਮਾਰ ਕੇ ਦਰ ਗਿਆ ਆਈ ਅੱਖੀਆਂ ਦੋਹੀ ਚੰਗੀਆਂ ਨੇ ਇਨਾਂ ਨੂੰ ਚਾਰ ਨਾ ਕਰ ਲਈ ਤੇਰੇ ਪਿਛੇ ਤਾਉਣਾ ਪੈ ਜੂਗਾ ਸੇਬ ਦਾ ਪਿਆਰ ਨਾ ਕਰ ਲਈ ਅੱਖੀਆਂ ਕਿਦਾ ਆ ਗਿਆ ਹੈਲੋ ਹਾਂ ਸੇਬ ਉਧਰ ਜੀ ਬੋਲਦਾ ਉਹ ਲਾਕਡਾਉਨ ਤਾਂ ਚੱਲ ਰਿਹਾ ਤੈ ਕਿਰੋਨਾ ਖਰੀਦਣ ਜਾਣਾ ਹਾਂ ਆ ਦੇਖ ਲੋ ਦੇਖ ਲੋ ਚੁੱਪ ਕਰਕੇ ਘਰੇ ਬਹਿ ਜਾ ਤੈਨੂੰ ਕੋਰਟ ਪੈਣ ਦੀ ਅੱਗ ਲੱਗੀ ਪਈ ਐ ਓਏ ਬੈਂਕਾਂ ਤੋਂ ਲੱਗੀਆਂ ਹੋਈਆਂ ਲੈਣਾ ਹਸਪਤਾਲ ਹੁੰਦੀਆਂ ਹੋਈਆਂ ਸ਼ਮਸ਼ਾਨ ਘੜ ਪਹੁੰਚ ਗਈਆਂ ਲੋਕ ਕਰੋਨਾ ਨਾਲ ਲੜ ਰਹੇ ਨੇ ਤੇ ਸਿਆਸੀ ਲੀਡਰ ਕੁੱਤੇ ਵਾਂਗੂ ਕੁਰਸੀ ਪਿੱਛੇ ਲੜ ਰਹੇ ਨੇ ਬਜਾ ਕਰੇ ਚੁੱਪ ਕਰਕੇ ਹਾਂ ਤੈਨੂੰ ਬਹਿਦਿਆਕ ਲੱਗਿਆ ਜਾਦੇ ਗਰਮ ਵਿੱਚ ਕੋੜ ਪੈਂਦਾ ਸਿਰਚ ਮਾਰਨਾ ਹੈ ਹਾਂ ਹੂੰ 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 ਓਹ ਹਾ 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 ਹੇ ਯਾਰ ਹੂੰ ਹੂੰ ਹਾ ਤਾਂ ਤੋਟ ਕੇ ਹੁਣ ਤਾਂ ਹੱਥ ਦੀ ਕਿਸੇ ਹੋਰ ਦੇ ਨਿਕਲਿਆ ਕਮਾਲ ਗੱਲ ਕਰੀ ਜਾਂਦੇ ਨੇ ਅੱਗੇ ਕਹਿੰਦੇ ਹੁੰਦੇ ਸੀਗੇ ਗੰਗਾ ਗਏ ਹੱਡ ਵਾਪਸ ਨਹੀਂ ਆਉਂਦੇ ਫੇਰ ਕਹਿੰਦੇ ਹੁੰਦੇ ਸੀ ਕਾਲੇ ਪਾਣੀ ਗਿਆ ਬੰਦਾ ਵਾਪਸ ਨਹੀਂ ਆਉਂਦਾ ਹੁਣ ਜੇ ਹਸਪਤਾਲ ਚਲੇ ਜਾਵੇ ਬੰਦਾ ਵਾਪਸ ਨਹੀਂ ਆਉਂਦਾ ਓ ਤੂੰ ਕਿਵੇਂ ਵਾਪਸ ਆ ਗਿਆ ਓਏ ਕੰਜਰ ਦੀ ਕੁੱਤਾ ਨਾ ਹੋਵੇ ਤਾਂ ਹਾਈ ਸਾਲਾ ਹਾਇ ਦਾ ਅੱਧ ਕਰਦੇ ਉਹਦਾ ਟਾਈਮ ਹੈ ਤੇਰਾ ਹਾਂ ਥਾਂ ਥਾਂ ਤੇ ਨੱਕ ਲੱਗੇ ਪਏ ਤੇਰੇ ਜਣ ਮੇਰਾ ਚਲਾਨ ਹੋ ਗਿਆ ਸਾਲਾ ਮਾਸਕ ਲਾ ਕੇ ਰੱਖਿਆ ਕਰ ਤੈਨੂੰ ਕਿੰਨੀ ਵਾਰੀ ਕਿਹਾ ਬਹੁਤ ਪੁੱਠੀ ਬਿਮਾਰੀ ਹੈ ਜੇ ਤੈਨੂੰ ਹੋ ਗਈ ਸਾਰੇ ਪਿੰਨੂ ਹੋ ਜੂ ਤੈਨੂੰ ਹੋਵੇ ਮੈਨੂੰ ਕੀ ਹੋਵੇ ਹਾਈ ਹਾਈ ਥਾਣੇਦਾਰ ਨੇ ਮਸਮ ਮਸਮ ਮਿੰਤਾ ਕਰਕੇ ਬਚਣ ਲੱਗਿਆ ਸੀ ਮੈਂ ਆਉਣ ਲੱਗੇ ਸੀ ਮੈਨੂੰ ਤੇ ਕਿੱਥੇ ਕੰਮ ਕਰਦਾ ਮੈਂ ਕਿ ਸੇਵਕ ਦਰਜੀ ਕੋਲੀ ਇਹ ਤਾਂ ਸੀ ਮਾਰੋ ਕਚੈਰੀਆਂ ਦੇ ਚੱਕਰ ਚੁੱਪ ਕਰਕੇ ਬਹਿ ਜਾ ਕੰਜਰ ਦੇ ਕੁੱਤਾ ਨਾ ਹੋਵੇ ਤਾਂ ਦਰਸ਼ ਨੂੰ ਆਣ ਦਾ ਸੂਟ ਸਿਉਣ ਵਾਲਾ ਪਿਆ ਪਿਆਰਾ ਸਿੰਗਾਪੁਰ ਵਾਲੇ ਦਾ ਕੋਟ ਪੈਂਟ ਦੇਣਾ ਹੁਣੇ ਫੋਨ ਦੇ ਉੱਤੇ ਮੇਰੀ ਮਾਂ ਪਾਣੀ ਕਰਕੇ ਹਟਿਆ ਹੋ ਕਿੰਨੇ ਵਾਰੀ ਤੇ ਕਿਹਾ ਮਾਂ ਪੈਣ ਨੂੰ ਅਲੱਗ-ਅਲੱਗ ਰੱਖਿਆ ਕਰ ਕਿਉਂ ਕਿਉਂਕਿ ਲੋਕਾਂ ਤੇ ਧੱਕਾ ਹੀ ਦੇਣੀ ਬੜਾ ਬਕਵਾਸਾਂ ਮਾਰ ਚੁੱਪ ਕਰਕੇ ਬਹਿ ਜਾ ਕੰਮ ਕਰ ਲੈ ਗੰਦੀ ਕਰ ਲਾਂਗੇ ਹਾਂ ਹੈਲੋ ਹਰੋਸ਼ਨੀ ਹੋਏ ਹਾਂ ਕੋਈ ਨਹੀਂ ਹੈਗਾ ਮੁੰਦਰੀ ਹੈ ਓਏ ਨਾ ਕੀ ਡੰਮ ਕੋਟ ਨਹੀਂ ਮੈਨੂੰ ਪਰਾ ਕਰਦਾ ਹਾਂ ਅੱਛਾ ਉਹ ਤੂੰ ਹੁਕਮਤਾ ਕਰ ਤੇਰੀ ਜਾਨ ਨੂੰ ਲੜੂਆਂ ਦਾ ਘਟ ਹੈ ਪੰਜ ਚਰ ਚਾਹੀਦਾ ਆ ਕਰੀਗਰਦੀ ਮਾਂ ਮਰ ਗਈ ਸੀ ਉਧਰ ਲੱਗਿਆ ਸੀਗਾ ਨਹੀਂ ਅੱਲਾ ਮੇਰੀ ਜੇਬ ਚ 500 ਰੁਪਏ ਹੈ ਮੁੰਡਾ ਭੇਦ ਲੈ ਜਾ ਆ ਜਾ ਜਾਂ ਤੂੰ ਆਪ ਆ ਜਾ ਹਾਂ ਲਵ ਯੂ ਟਰੱਕ ਪਰ ਕੇ ਸ਼ਰਮ ਤਾਂ ਨਹੀਂ ਹੁੰਦੀ ਕੰਜਰ ਕੁੱਤਾ ਕਮੀਨਾ ਬਿਸ਼ਰਮਿਕ ਥਾਂ ਦਾ ਲਵ ਯੂ ਸੀ 10 ਰੁਪਏ ਮੰਗ ਲੋ ਮੌਤ ਪੇ ਜਾਂਦੀ ਆ ਉਹਨੂੰ ਮੇਰੇ ਟੁੱਟੇ ਜੇ ਚੁੱਪ ਕਰ ਓਏ ਤੈਨੂੰ ਪਤਾ ਸੇਵਕ ਤੇ ਰੌਸ਼ਨੀ ਦੀ ਇਕਰਾਸੀ ਐ ਆਹੋ ਪਤਾ ਸਸਾ ਸੇਵਕ ਰੌਸ਼ਨੀ ਬਗਵਾਸ ਨਾ ਮਰ ਕੰਮ ਕਰ ਆ ਤਰਾ ਟਾਈਮ ਆਉਂਦਾ ਕੰਜਰਦਾਨ ਚਾਰ ਜੀ ਕੁੜਤਾ ਕਿੱਥੇ ਆ ਪੱਪੂ ਦਾ ਅੱਜ ਤਾਂ ਮੈਂ ਇੱਕ ਪਾਸਾ ਕਰਕੇ ਹਟੂੰਗੀ ਥੇ ਹੁਣ ਨਾ ਲਹੂ ਪੀਤਾ ਪਿਆ ਨਹੀਂ ਚੰਦਾ ਨਹੀਂ ਚੰਦਾ ਨੀਹਾ ਆ ਦੇਖ ਲੈ ਨੀ ਕਿੰਨਾ ਟਾਈਮ ਹੋ ਗਿਆ ਸੇਵਕ ਨੇ ਹਲੇ ਤੱਕ ਸਾਡੇ ਬੁੜੇ ਚਾਦਰੇ ਤੋਂ ਛੋਣ ਨਹੀਂ ਮਾਰੀ ਨਾ ਥੋੜੇ ਬੁੜੇ ਨੇ ਗਾਂ ਪਿਆ ਜਾਣਾ ਸੀ ਹੈ ਬੜੀਆਂ ਜਾਣਦੀ ਉਮਰ ਆ ਜਾ ਵੱਡੇ ਦੀ ਨਿੰਨ ਪੁੱਤੇ ਦੇ 6 ਮਹੀਨੇ ਹੋ ਗਏ ਸਾਡੇ ਘਰ ਤਾਂ ਰੋਜ ਘੇੜੇ ਮਾਰਦਾ ਅਖੇ ਚਾਹ ਰੇ ਛਾਂਟ ਬੱਜੀ ਭੇਜ ਜੇ ਮਰ ਜੇ ਲੈ ਜੇ ਆ ਕੇ ਦਸ ਵਾਰ ਛੋਟ ਕਰ ਚਾਹ ਪੀਆ ਜਦੋਂ ਮੈਂ ਤਾਂ ਕਹਾਂ ਤੇ ਜਾਣ ਨਹੀਂ ਉੱਥੇ ਕੁਛ ਨਹੀਂ ਹੋਇਆ ਭਾਵੇਂ ਤੈਨੂੰ 10 10 ਵਾਰੀ ਰੋਲਾ ਉਹਨੂੰ ਉਹਨੂੰ ਕਿਹੜਾ ਸ਼ਰਮ ਆਉਣੀ ਆ ਨਹੀਂ ਗੱਲ ਸੁਣ ਪਿੰਡ ਮੇਰੀਏ ਥੋੜੇ ਨਾਲ ਆਡਾ ਨਾ ਦੁਕਾਨ ਤੇ ਹੀ ਲਾਇਆ ਕਰ ਇੱਥੇ ਨਾ ਆ ਕੇ ਮੇਰਾ ਦਿਮ ਮੇਰੇ ਤਾਂ ਅੱਗੇ ਸਿਰ ਦੁਖਦਾ ਰਹਿੰਦਾ ਨਹੀਂ ਦੁਕਾਨ ਤੇ ਵੀ ਉਜੜੀ ਸੀ ਆ ਥੋੜਾ ਛੱਲਾ ਮੁੰਦਰੀ ਜਾਂਦਾ ਉਹ ਤਾਂ ਘਰੇ ਉਜੜਿਆ ਹੋਇਆ ਜਿਹੜੀ ਬੈਠੇ ਨੇ ਲੋਕ ਤੜਕ ਤੜਕੇ ਘਰੇ ਆ ਜਾਂਦੇ ਨੇ ਨਹੀਂ ਮੈਂ ਤਾਂ ਮੂਤਦੀ ਨਹੀਂ ਤੁਹਾਡੇ ਘਰ ਤੇ ਅੱਗ ਲੱਗੇ ਤੁਹਾਡਾ ਘਰ ਆ ਜਾ ਸਿੱਧੀ ਟਕਰੂਗੀ ਹੁਣ ਤੈਨੂੰ ਲੰਡਰ ਨੇ 6 ਮਹੀਨੇ ਹੋ ਗਏ ਲਾਰੇ ਤੇ ਲਾਰਾ ਲਾ ਰੱਖਿਆ ਚਾਹਦਾ ਮੈਨੂੰ ਪੜਾ ਕੇ ਗਈ ਸੀ ਤਾਰਿਆਂ ਦਾ ਬਿੜਕਾ ਰੱਖਦੀਆਂ ਤੈਨੂੰ ਕੋਈ ਨਾ ਨਹੀਂ ਪਤਾ ਕਿੱਧਰ ਨੂੰ ਉਜੜਿਆ ਹੋਣਾ ਮੈਨੂੰ ਕੀ ਪਤਾ ਕਸਮਾ ਤੇਰਾ ਆਵਦਾ ਨਹੀਂ ਬੱਸ 'ਚ ਮੈਨੂੰ ਕਹਿੰਦੀ ਆ ਫੜਕਾ ਰੱਖਦੀ ਆ ਨਹੀਂ ਤੂੰ ਕਰ ਲੈ ਬੱਸ 'ਚ ਲੈ ਤੈਨੂੰ ਬੱਸ 'ਚ ਕਰਨੇ ਆਉਂਦੇ ਨੇ ਨਹੀਂ ਤੈਨੂੰ ਕਿਹੜਾ ਨਹੀਂ ਆਉਂਦੇ ਤੇਰੇ ਬਾਰੇ ਸਭ ਪਤਾ ਪੂਰਾ ਠੇਕੇਦਾਰ ਤਾਂ ਲੁੱਟ-ਲੁੱਟ ਕੇ ਖਾ ਲਿਆ ਨਹੀਂ ਮੇਰੇ ਤਾਂ ਦੁੱਸਣ ਲਾਉਂਦੀ ਆ ਨਹੀਂ ਅਗਲ ਜਾਰਾ ਦੋ ਜੀ ਤਾਂ ਲੁੱਟ-ਲੁੱਟ ਖਾ ਲਿਆ ਉਹ ਤਾਂ ਸਾਰਾ ਚ ਖਵਾ ਨਹੀਂ ਸੀ ਮੁੱਕਣ ਦਿੰਦੀ ਨਹੀਂ ਆਹ ਲੱਕੀ ਭੁੰਦਣ ਵਾਲਾ ਨਹੀਂ ਸਕੂਟਰ ਤੇ ਬਹਿ ਕੇ ਠੂੰ ਦੇ ਨੇ ਭੱਜ ਜਾਂਦੀ ਸੀ ਚਿੱਪਣੀ ਵੀ ਨਹੀਂ ਰਹਿ ਦਿੱਤੀ ਉਹਦੀ ਹਾਂ ਮੈਨੂੰ ਤੇਰੇ ਬਾਰੇ ਵੀ ਸਭ ਪਤਾ ਹਾਂ ਜਿਹੜਾ ਸਖਚਾਰ ਸੌਲੀ ਵਾਲਾ ਇਹ ਤਾਂ ਝੂਣ-ਝੂਣ ਖਾਦਾ ਝੂਣ-ਝੂਣ ਨਹੀਂ ਨਹੀਂ ਪੁੰਦੇ ਸਾਰੇ ਬ ਚਲਦਾ ਅੱਖ ਮੇ ਟੱਕਾ ਨਹੀਂ ਮਾਇਦਾ ਕਹੀ ਨਹੀਂ ਹੋਰੇ ਸੇਵ ਕੋ ਨੂੰ ਕੈਸਾ ਹੋਰੇ ਜੀਵ ਤੇ ਕੈਸਾ ਹੋਰੇ 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 ਬੱਡਾ ਗਮੋੜਾ ਫੋੜਾ ਮਰ ਜਾ ਸਾਰੇ ਹੁਣ ਸਾਰੇ ਪਿੰਡ ਤੇ ਦਸੂ ਲੰਢਰੇ ਅੱਧੀ ਤਾਂ ਕੁਲੀੜਾ ਨਾ ਸਮਾਵੇ ਕੰਜਰਾ ਤੇ ਥੇ ਹੋਣਾ ਮੈਂ ਤਾਂ ਕਹੀ ਸੇਵ ਮਰ ਜਾ ਸੁੱਤਾ ਪਿਆ ਰਹੇ ਕੰਜਰਾ ਮੈਂ ਹੁਣ ਤੈਨੂੰ ਮੋਹ ਦੇ ਤੈਨੂੰ ਪਤਾ ਕੌਣ ਜਾਣੀ ਜੇ ਬੱਡੀ ਜੇ ਸਾਡੇ ਲਹੂ ਜਿਹੜਾ ਪੀਤਾ ਬੱਚਾ ਤੇਰਾ ਘੋਰ ਜਾਣ ਦੂ ਮੈਂ ਤੇਰੇ ਕੁੱਟ ਕੁੱਟ ਕੇ ਤੇਰਾ ਨਾਂ ਤਬਾਦੂ ਜਾਂਦੀ ਨਹੀਂ ਤੂੰ ਹਰ ਲੰਢਰ ਕਰ ਦੇਗੀ ਯਾਰ ਨੀ ਬੰਲਾਛਾ ਗਾਇਆ ਗੇ ਲੋਕਰ ਖੜ ਜਾ ਖੜ ਜਾ ਖੜ ਜਾ ਜਾਈ ਨਾ ਤੂੰ ਦੋੜ ਜਾ ਸਾਰੇ ਪਿੰਡ ਚੋਂ ਆਉਂਗੇ ਲੰਡਰਾ ਤੋ ਕਿਹ ਡਰਸ ਬੇ ਮੈਂ ਤਾਂ ਕਹਿੰਦੀ ਤੂੰ ਮਰ ਜਾ ਤੇ ਸੁੱਤਾ ਪਿਆ ਰਹੇ ਜੇ ਹੋ ਜਾ ਤੇਰੇ ਕੁਲੇ ਚ ਘਮੋੜਾ ਇਹ じゃ ਕੰਜਰ ਮਰਦਾ ਵੀ ਨਹੀਂ ਬੇ ਮੈਂ ਤਾਂ ਕਹਿੰਦੀ ਤੇਰੀ ਆਕਸੀਜਨ ਹੀ ਬੰਦ ਹੋ ਜਾ ਬੇ ਤੂੰ ਮੇਰਾ ਬਹੁਤ ਆਕਸੀਜਨ ਦੇਦੀ ਕਿਉਂ ਹੈ ਹਾਂ ਉਹ ਕੀ ਗੱਲ ਕਰ ਲੋ ਉਹ ਐ ਕਾ ਤੋ ਗੁੱਸੇ ਹੋ ਜਾਂਦੀ ਐ ਗਾਲਾਂ ਕਾ ਤੋ ਕੱਢੀ ਜਾਂਦੀ ਐ ਗਾਲਾਂ ਨਾ ਕਰ ਦਿਮਾਗ ਦੀ ਨਾਲੀ ਪਾੜ ਦੂ ਤੇਰੀ ਵੇ 6 ਮਹੀਨੇ ਹੋ ਗਏ ਤੁਸੀਂ ਸਾਡੇ ਬੁੜਰੇ ਚਾਦਰੇ ਤੇ ਹਲੇ ਤੱਕ ਸਿਉਣ ਨਹੀਂ ਮਾਰ ਕੇ ਦਿੱਤੀ ਗਈ ਇੱਕ ਦਿਨ ਤਾਂ ਜਮਾ ਜੱਗੋ ਤੇਰ ਵੀ ਹੋ ਗਈ ਕੀ ਗੱਲ ਹੋ ਗਈ ਤੈਨੂੰ ਤਾਂ ਪਤਾ ਹੀ ਆ ਵੀ ਸਾਡਾ ਬੁੜਾ ਜਮਾਂਦਰੂ ਕੁਰਤਾ ਚਾਦਰ ਆ ਪਾਉਂਦਾਗਾ ਉਹ ਸਾਰਾ ਪਿੰਡ ਦੀ ਲੁਕਤੇ ਮਰਦਾ ਇੱਕ ਦਿਨ ਭਾਈ ਸਾਡਾ ਬੁੜਾ ਕੁਰਤਾ ਪਜਾਮਾ ਪਾ ਕੇ ਸਾਈਕਲ ਤੇ ਜਾਵੇ ਅੱਛਾ ਬੇ ਆਦਮਾ ਅਗਰ ਇੱਕ ਨਹੀਂ ਦੋ ਨਹੀਂ ਬੇ ਪੂਰੇ 10 ਕੁੱਤੇ ਪੈਗੇ ਤੇ ਪਾੜ ਕੇ ਭੜਿਆੜ ਕਰਤਾ ਬੁੜਾ ਨਾ ਨਾ ਪਜਾਮਾ ਅੱਛਾ ਤੇ ਹੁਣ ਦੱਸ ਤੈਨੂੰ ਗੱਲੀ ਲਾ ਲਿਆ ਮੈਂ ਤੁਹਾਨੂੰ ਚਾਰ ਗੌਣਾ ਕੱਢਾਈ ਸੀ ਮੈਂ ਪਹਿਲੀ ਦੂਜੀ ਮੇਰੇ ਤੇ ਸੀ ਕਰ ਦਤ ਤੂੰ ਦੋਨੇ ਮਰ ਜਾਉਂਗੀ ਛੱਡ ਦੋ ਨਾ ਬੇੜਾ ਬਹਿਰੇ ਤੇ ਸੁੱਤੇ ਪੇ ਰਹਿ ਜਾ ਕੰਜਰੋ ਨਪੂਤਾ ਨੇ ਲਹੂ ਪੀਤਾ ਪਿਆ ਮੈਂ ਤਾਂ ਕਹਿੰਦੀ ਰੱਖ ਅੱਖ ਦੇ ਰੋਸ਼ਨੀ ਫੇਲ ਹੋ ਜਾਏ ਤੂੰ ਰੋਸ਼ਨੀ ਨੂੰ ਤਸ ਹੈ ਓਹੋ ਕਹਿ ਲੋ ਐਨਾ ਕੇ ਰੋਸ਼ਨੀ ਤਾਂ ਉਸਤਾਦ ਦੀ ਜਿੰਦ ਹੈ ਰੋਸ਼ਨੀ ਤਾਂ ਇਹਦੀ ਜਾਨ ਹੈ ਇਹ ਸੱਚ ਆਹ ਫੜ ਵੇ ਕੀ ਆ ਇਹ ਬਾਪੂ ਜੀ ਦੇ ਚਾਦਰਾਂ ਤੇ ਦੋ ਵੱਡੇ ਬਣਦੀਆਂ ਨੀਕਰ ਉਹਨਾਂ ਦੀਆਂ ਉਹਦਾ ਵਧੀਆ ਕੀਤਾ ਪਹਿਲਾਂ ਦੱਸਿਆ ਓ ਵੀ ਗੋਲਾ ਖੋਈ ਕੋਈ ਦਰ ਅਸਲ ਤੇਰੇ ਮੂੰਹੋਂ ਨਾ ਗਾਲਾਂ ਫੱਬਦੀ ਆ ਬਹੁਤ ਨੇ ਨਾਲੇ ਜਿੱਤ ਮੈਨੂੰ ਗਾਲ ਨਾ ਕੱਢੇ ਨਾ ਮੈਨੂੰ ਤਾਂ ਐ ਹੋ ਜਾਂਦਾ ਨਹੀਂ ਮੇਰੇ ਚ ਕੋਈ ਕਮੀ ਐ ਬੱਸ ਹੋਈ ਨਹੀਂ ਵੇ ਸੇਵਕਾ ਨਾ ਤੇ ਚਾਹ ਦੀਆਂ ਮਾਰਦਾ ਮੈਨੂੰ ਸਲੋਹਾ ਅੱਜ ਮੈਨੂੰ ਚਾਹ ਪਿਆ ਮੈਂ ਤਾਂ ਕੌੜੀ ਚਾਹ ਪੀ ਕੇ ਜਾਉਂ ਓਏ ਦੋ ਕੱਪ ਦੁੱਧ ਪੱਤੀ ਲੈ ਕੇ ਦੇ ਕੈਲੋ ਸਰਸੇ ਵਾਲੀ ਆਈ ਐ ਮਿੱਠਾ ਮੱਧ ਬਾਦੀਆਂ ਕੌੜਾ ਵਾਲਾ ਬੋਲਦੀ ਐ ਮੇਰਾ ਵੀ ਕਹਿ ਦਿਓ ਪੀ ਲੀ ਤੂੰ ਪੀ ਲੀ ਤੂੰ ਹਰ ਵਕਤ ਚਾਹੇ ਪੀ ਜਾਣਾ ਜਰੀਲਾ ਵੜ ਜਾਣਾ ਹੋਟਲ ਕੋਈ ਕੰਮ ਹੈ ਅ ਅੱਛਾ ਇੱਕ ਕਹਿਣਾ ਤੈਨੂੰ ਗੱਲ ਪੁੱਛਣੀ ਸੀ ਇਹ ਭਲਾ ਸੀਤਾ ਫਲ ਕੀ ਹੁੰਦਾ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਵੇਹੇ ਤਾਂ ਕੋਈ ਤਾਂ ਮਖਜਾ ਫੜ ਲਾ। ਮੋਟਾ ਨਾ ਉਹ ਪੱਕਾ ਦਾ ਪੱਲੀਆ ਸੁਣਿਆ। ਵੇ ਤੁਹਾਨੂੰ ਕਿ ਲੋੜ ਪੈ ਗਈ ਇਹਦੀ? ਇਹ ਤਾਂ ਕਿਸੇ ਖਾਸ ਨੇ ਮਗਾਇਆ ਕਿਸੇ ਖਾਸ ਲਈ ਐ। ਵੇ ਜਾ ਵੇ ਤੇਰੇ ਫੋਟ ਖਚ ਰਿਆ। ਵੇ ਹਣੇ ਕਿ ਕੇਲੇ ਸੰਤਰੇ ਦੇ ਦੇ। ਕੋਈ ਚਿਪੜਾ ਹੀ ਚਟਨੀ ਚੋਂ ਕੋਈ ਚਾਰ ਚਿਪੜ ਦੇ ਦੇ ਉਹਨੂੰ। ਨਪੁੱਤਿਆਂ ਦਾ ਦਿੰਦਾ ਸੀਤਾ ਫਲ ਜੋ। ਕਿੰਜ ਤਾਂ ਮੈਂ ਦੇਤੇ। ਅਸੀ ਤਾਂ ਬਣ ਮੇਰੇ ਸਾਡਾ ਮੈਨੂੰ ਕਿਤੇ ਮਿਲਦਾ ਹੀ ਨਹੀਂ ਹੈਗਾ। ਹੁਸ਼ਾਰ ਨੂੰ ਕਿਸੇ ਥਾਂ ਦਾ। ਬਹੁਤ ਆ ਸ਼ਰਮਨ ਆਹੋ ਉਮਰ ਤੇਰੀ ਆਸ਼ਕੀ ਕਰਨ ਵਾਲੀ ਆ। ਦਿੰਦਾ ਫਿਰਦਾ ਤੀਵਿਆਂ ਨੂੰ ਸੀਤਾ ਫਲ ਹੋ। ਲੈ ਲੋ ਤੂੰ ਤਾਂ ਬਹੁਤ ਸਿਆਣੀ ਐ ਤੈਨੂੰ ਗਿਆਨ ਬਹੁਤ ਤੇ ਆ ਕਰੋਨਾ ਦੇ ਚੱਕਰ ਕਿੰਨਾ ਚਿਰ ਚੱਲੂਗਾ ਵੇ ਸਾਡੇ ਬਾਬਾ ਜੀ ਨੂੰ ਸਭ ਚਾਣਣਾ ਤੂੰ ਦੇਖ ਜਿੱਦ ਦੇ ਸਾਡੇ ਬਾਬਾ ਜੀ 24 ਘੰਟੇ ਵਾਲੀ ਫਰਲੋ ਤੇ ਆਏ ਆ ਉਦੋਂ ਦਾ ਕਰੋਨਾ ਘਟਿਆ ਕਿ ਨਹੀਂ ਘਟ ਗਿਆ ਘਟ ਗਿਆ ਤੇ ਜਿੱਦ ਦੇ ਸਾਡੇ ਬਾਬਾ ਜੀ ਸਾਬ ਤੇ ਬਾਹਰ ਆ ਗਏ ਉਦੋਂ ਦਾ ਕਰੋਨਾ ਸੂ ਮਾਤਰ ਵਾਜੂ ਇਥੇ ਤਾਂ ਜਾਣੀ ਜਾਣਾ ਜਮਾ ਮੈਂ ਵੀ ਨਹੀਂ ਮਾਸਕ ਲਾਉਣਾ ਹਾਂ ਚੱਲ ਵੇ ਚਾਹ ਤੇ ਪੀਉਂਦੇ ਨਹੀਂ ਗੱਲਾਂ ਮਾਰਦੇ ਹੋ ਤੁਸੀਂ ਚੱਲ ਕਿਹਾ ਓਏ ਮੈਂ ਨਹੀਂ ਜਾਣਦਾ ਕਿਉਂ ਪੈਸੇ ਮੰਗਦਾ ਗੱਲਾਂ ਚੱਲ ਕੋਈ ਨਾ ਚੱਲ ਵੇ ਪਰੇ ਮੈਂ ਤਾਂ ਤੈਨੂੰ ਤਿੰਨ ਚਾਰ ਗੋਲਾ ਕੱਢਣੀਆਂ ਸੀ ਨਾ ਪੁੱਤੇ ਦਾ ਇਹ ਤੈਨੂੰ ਚਸਕਾ ਗੋਲਾ ਨਾ ਕਿਸਦਰ ਕੋਮਾ ਚ ਨਾ ਉੜਦੀ ਨਾ ਪੁੱਤੇ ਦਾ ਆ ਥੋੜੀ ਚਾਹ ਤਾਂ ਆਈ ਨਹੀਂ ਮੈਂ ਤਾਂ ਮੂਤਦੀ ਨਹੀਂ ਥੋੜੀ ਚਾਹ ਤੇ ਚੱਲੇ ਚਾਹ ਤਾਂ ਪੀ ਜਾਂਦੀ ਦੇਖ ਲੈ ਮੁੰਦਰੀ ਤੈਨੂੰ ਯਾਰ ਕਹਿ ਲੋ ਨਾਰਾਜ਼ ਕਰਤੀ ਲੈ ਨਾਰਾਜ਼ ਹੋਣ ਕੇ ਨਾਰਾਜ਼ ਤਾਂ ਘਰੇ ਜਾ ਕੇ ਹੋਊਗੀ ਕਿਉਂ ਮੈਂ ਨਾ ਉਹਦੀ ਲਫਾਫੇ ਜਿੰਨੇ ਲੀਰ ਲੱਪੇ ਪਈ ਸੀ ਸਾਰੇ ਚੱਕ ਕੇ ਪਾਤੇ ਓਏ ਹੋਏ ਓਏ ਮੈਂ ਵੀ ਸਾਰਾ ਦਿਮਾਗ ਤੇ ਵਜਨ ਪਾਈ ਜਾਵਾ ਬਈ ਉਹਨਾਂ ਦੇ ਚਾਦਰੇ ਤੇ ਆਪਾਂ ਨੇ ਕੋਈ ਸਿਉਨਤਾ ਮਾਰੀ ਨਹੀਂ ਹੈਗੀ ਓ ਮੇਰੀ ਗੱਲ ਸੁਣ ਓਏ ਦਿਮਾਗ ਭਾਰਿਆ ਓਏ ਹੁਣ ਉਹ ਦੁੱਗਣਾ ਗੁੱਸੇ ਹੋਊਗੀ ਗਾਲਾਂ ਕੱਢ ਕੇ ਤਾਂ ਢੰਡੀ ਹੋ ਗਈ ਸੀ ਚੱਲ ਮੇਰੀ ਗੱਲ ਸੁਣ ਲੈ ਲਿਖ ਹਾਂ ਫਸਾ ਤਫਤਪ ਕਰ ਲੈ ਲਿਖ ਲਿਖ ਲਾਲੀ ਰੁੜਕੀ ਲਾਲੀ ਰੁੜਕੀ ਹਾਂ 1600 ਰੁਪਈਆ 1600 ਰੁਪਈਆ ਹਾਂ ਬਿੱਲਾ ਰੁੜਕੀ ਬਿੱਲਾ ਰੁੜਕੀ 2300 2300 ਹਾਂ ਪਿਆਰ ਪਿਰਿੰਦੀ ਸੀ ਦੇਣਾ ਉਹ ਹਾਂ 2350 ਕਰ ਦੇ ਸਾਢੇ 2350 ਦਵਿੰਦਰ ਤਾ ਤਾਂ ਹੁੰਦਾ ਦਵਿੰਦਰ ਤਾ ਤਾਂ ਹੁੰਦਾ ਇਹਦੇ ਕਣੀ ਹੈਗਾ ਮੇਰੇ ਹਿਸਾਬ ਨਾਲ ਦੋ ਸੂਟ ਉਹਦੀ ਬਹੂ ਦੇ ਉਹਦੀ ਨੂੰਹ ਦਾ ਵੀ ਸੂਟ ਤੇ ਇੱਕ 7000 7000 ਜੱਗੀ ਪੰਜੋਲੀ ਜੱਗੀ ਪੰਜੋਲੀ ਹਾਂ 1900 ਰੁਪਿਆ ਦੇ ਕਣੀ ਹੂੰ ਇਹ ਹੋਰ ਫੜਾ ਹੁਣ ਮੈਨੂੰ ਦੇਖ ਲੈ ਕਿੰਨੇ ਪੈਸੇ ਲੈਣੇ ਨੇ ਲੋਕਾਂ ਤੋਂ ਆਪਾਂ ਇੱਕ ਮਿੰਟ ਪਹੁੰਚ ਹਾਰੋਸ਼ਨੀ ਹਾਂ ਕੀ ਮੈਨੂੰ ਐਲੀਜੀਬਲ ਦੀਆਂ ਬੁੱਕੇ ਹੈ ਸੀਤਾ ਫਲ ਹਾਂ ਹਾਂ ਮੈਂ ਪ੍ਰਬੰਧ ਕਰਦਾ ਫਿਰਦਾ ਤੈਨੂੰ ਐਨੇ ਕੀ ਕਹੜੀ ਪੈ ਕੀ ਸੀਤਾ ਫਲ ਦੀ ਹਾਂ ਲੈ ਸੇਵਕ ਦੀ ਜਵਾਨ ਹੈ ਹਾਂ ਤਰਤੀ ਆਏ ਤੂੰ ਐ ਕਮ ਸਾਦੀ ਜਵਾਨ ਨਹੀਂ ਬਦਲਦੀ ਅੱਡੇ ਦੀ ਸਾਂ ਮੈਂ ਤੇਰੇ ਵਾਸਤੇ ਸੀਤਾ ਫਲ ਤਾਂ ਲੈ ਰੱਖਿਆ ਲਫਾਫੇ ਚ ਪਾਇਆ ਪਿਆ ਹਾਂ ਆ ਗਿਆ ਬਸ ਮੈਂ ਰੋਸ਼ਨੀ ਦਾ ਪੌਂਸੀ আচ্ছা ਮਦਰੀ ਮੈਨੂੰ ਇਹ ਦੱਸ ਸੀਤਾ ਫਲ ਕੀ ਹੁੰਦਾ ਹੈ ਉਸਤਾਦ ਸੱਚੀ ਦੱਸਾਂ ਇਹ ਨਾ ਕੋਈ ਰਮਚਿਕ ਜਾ ਫਾਲ ਹੁੰਦਾ ਇਹਨੂੰ ਸਿਰਫ ਰਾਜੇ ਤੇ ਮਹਾਰਾਜੀ ਖਾਂਦੇ ਬਸ ਨਾ ਮੈਂ ਕਿਸੇ ਰਾਜੇ ਮਹਾਰਾਜੇ ਤੋਂ ਘਟਾ ਐਂ ਦੱਸੇ ਮਿਲੂ ਕਿੱਥੋਂ ਬੁਗੇ ਇਹ শ্রীলঙ্কা ਸੁਣਾ ਤੁਸੀਂ ਹਾਂ ਇਹ ਸਿਰਫ ਉੱਥੇ ਹੀ ਮਿਲਦਾ ਹੋਰ ਨਹੀਂ ਕਿੱਥੋਂ ਮਿਲਦਾ ਓਏ ਸਾਲਿਆ ਤੈਨੂੰ ਮਜ਼ਾਕ ਸੁਝਦੇ ਨੇ ਪਹਿਲੀ ਵਾਰ ਜ਼ਿੰਦਗੀ ਚ ਰੌਸ਼ਨੀ ਨੇ ਮੈਨੂੰ ਸਵਾਲ ਪਾਇਆ ਹੂੰ ਸਵਾਲ ਪਾਇਆ ਸੀ ਪਹਿਲੀ ਵਾਰੀ ਦਿਨ ਚ 12 ਵਾਰੀ ਤੇ ਸਵਾਲ ਪਾਉਂਦੀ ਆ ਕਦੇ ਲਿਪਿਸਟਿਕ ਲਿਆ ਦੇ ਹੈ ਕਦੇ ਕੱਜਲ ਲਿਆ ਦੇ ਕਦੇ ਆਈਲੈਨਰ ਲਿਆ ਦੇ ਨਾਲੇ ਨਾਲੇ ਅੱਜ ਹੀ 1200 ਰੁਪਏ ਦੇ ਕੇ ਹਟਿਆ ਤੇਰੀ ਵਸ ਦੀ ਗੱਲ ਨਹੀਂ ਗੋਲੂ ਪਹਿਲਵਾਨ ਨੂੰ ਕਹ ਦੇ ਓਏ ਗੋਲੂ ਪਹਿਲਵਾਨ ਨਾਲ ਉਹਦੀ ਚੁੱਟਫੁੱਟ ਹੋ ਚੁੱਕੀ ਐ ਉਹਨੂੰ ਰੋਸ਼ਨੀ ਨੂੰ ਪਤਾ ਲੱਗ ਗਿਆ ਵੀ ਗੋਲੂ ਪਹਿਲਵਾਨ ਸ਼ਾਦੀशुदा ਐ ਅੱਛਾ ਤੂੰ ਤਾਂ ਜਿਵੇਂ ਬਹੁਤ ਪਲੱਸ 2 ਚ ਪੜਦਾ ਨਾਲੇ ਗੱਲ ਸੁਣ ਲੈ ਚੰਦੋ ਉਸਤਾਦ ਨੇ ਨੂੰ ਪਤਾ ਲੱਗ ਗਿਆ ਨਾ ਤੇਰੀਆਂ ਨੇਰੀਆਂ ਲਈ ਤੂੰ ਨੇਰੀਆਂ ਤੇਰੀਆਂ ਸਿਉਣਾ ਮਰਾ ਦੁੱਗੀ ਉਹ ਦੇਖ ਮੇਰੀ ਗੱਲ ਸੁਣ ਮੁੰਦਰੀ ਸਿਆਣੇ ਕਹਿੰਦੇ ਨੇ ਖੰਗ ਖੁਰਕ ਇਸ਼ਕ ਮੁਸ਼ਕ ਕਦੇ ਛਪਾਇਆ ਨਹੀਂ ਛੁਪਦੇ ਮੇਰੇ ਇਸ਼ਕ ਨੂੰ ਤੂੰ ਛਪਾ ਕੇ ਰੱਖ ਸਕਦਾ ਬਸ ਤੂੰ ਹੀ ਛਪਾ ਕੇ ਰੱਖ ਸਕਦਾ ਓ ਤਾਂ ਮੇਰਾ ਨਾ ਬੈਲੈਂਸ ਜਮਕਿਆ ਪਿਆ ਮੈਸੇਜ ਮੁਸਰੀ ਨਹੀਂ ਜਾਂਦਾ ਮੈਂ ਤੇਰੇ ਵਾਸਤੇ ਸੁੱਖ ਤੋਂ ਕੈਨੇਡਾ ਤੋਂ ਆਈਫੋਨ ਮਗਵਾ ਦੂੰ ਤੂੰ ਬਸ ਪੈਰਾ ਰੱਖਿਆ ਕਰ ਆਪਦਾ ਫਿਰ ਇਹ ਦਿਸ ਟੈਂਸ਼ਨ ਨਾ ਠੀਕ ਹੈ ਮੈਂ ਜਾਣਾ ਸੀਤਾ ਫੜ ਦੇ ਕੇ ਆਉਣਾ ਰੋਸ਼ਨੀ ਨੂੰ ਠੀਕ ਠੀਕ ਹੈ ਕਿਸੇ ਨੂੰ ਨਹੀਂ ਦੱਸਣਾ ਕਹਿਦੀ ਕੰਮ ਗਿਆ ਬੇਫਿਕਰ ਹੋ ਜਾ ਤੁਸੀਂ ਆਈ ਮੈਂ ਚੱਲਿਆ ਅਨਲ ਸੱਚ ਗੱਲ ਸੁਣ ਮੇਰਾ ਨਾ ਸਮਸੇ ਕੰਨ ਨੂੰ ਬੜਾ ਹੀ ਦਿਲ ਕਰਦਾ ਤਿੰਨ ਕਿਲੇ ਆ ਜੀ ਇੱਕ ਖੱਟੀ ਖੱਟੀ ਚਟਨੀ ਓਏ ਲੈ ਆ ਤੂੰ ਸਾੜਿਆ ਠੀਕ ਹੈ ਠੀਕ ਹੈ ਉਸਤਾਨ ਚੰਗਾ ਮੈਂ ਚੱਲਿਆ ਰੋਸ਼ਨੀ ਠੀਕ ਆ ਹਾਈ ਰੋਸ਼ਨੀ ਨਾਲ ਹੀ ਮੇਰੀ ਜ਼ਿੰਦਗੀ ਚ ਬਹਾਰ ਆਉਣੀ ਐ ਰੋਸ਼ਨੀ ਨਾਲ ਆਈ ਆਏ ਠੀਕ ਆ ਉਸਤਾਦ ਜਾਓ ਹੁਣ ਮੇਰੀ ਜ਼ਿੰਦਗੀ ਐ ਤੂੰ ਹੂੰ ਥਰਕੀ ਕਿਸੇ ਥਾਂ ਦਾ ਨਾ ਹੋਇਤਾ ਕਿਵੇਂ ਥਰਕ ਭੋਰਦਾ ਰਹਿੰਦਾ ਪੀਪ ਗੁਫਤ ਕੁੱਲ ਜਾਣਾ ਬੁਹਾ ਮੇਰਾ ਬੰਦ ਦਰਵਾਜਾ ਮੈਂ ਕਹਣਾ ਤੈਨੂੰ ਲਚੀਆਂ ਦਾ ਬਾਗ ਮੰਗ ਲਿਆ ਸੀਗਾ ਇੱਕ ਚੰਦਰਾ ਸੀਤਾ ਫਾਲੀ ਮੰਗਿਆ ਸੀ ਤੇਰੇ ਤੋਂ ਉਹ ਮੈਂ ਸਾਰਾ ਬਾਜ਼ਾਰ ਗਾਤਾ ਸਾਰੇ ਬਾਜ਼ਾਰਾਂ ਚ ਜਾਇਆ ਸਾਰੀਆਂ ਸਬਜ਼ੀਆਂ ਮੰਡੀਆਂ ਗਾਤੀਆਂ ਮੈਨੂੰ ਬੁੱਗੇ ਸੀਤਾਫਲ ਨਹੀਂ ਮਿਲਿਆ ਹੈ ਤੇਰੇ ਵਾਸਤੇ ਕੀਚੂਆਂ ਦਾ ਥੈਲਾ ਪਰ ਲਿਆਉਣਾ ਮਿੱਠਾ ਮਿੱਠਾ ਤੇਰੇ ਵਰਗਾ ਇਹ ਤਾਂ ਬਾਮਣੇ ਦਲਵੀਰ ਨੂੰ ਕਹਿੰਦੀ ਨਾ ਉਹ ਵੀ ਲਿਆ ਸਕਦਾ ਸੀਗਾ ਨਾਲੇ ਹਾਂ ਤੂੰ ਤਾਂ ਕਹਿੰਦੇ ਮੇਰੇ ਕੋਲ ਪੈਸਾ ਵਾਧੂ ਆ ਬੜੀਆਂ ਫੜਾ ਮਾਰਦਾ ਆ ਉਹ ਪੈਸਾ ਤਾਂ ਵਾਧੂ ਆ ਬੁੱਗੇ ਪੈਸੇ ਦੀ ਕੋਈ ਘਟ ਨਹੀਂ ਹੈਗੀ ਹੈ ਤੇਰੀ ਜਾਨੂ ਕਿਤੇ ਲੱਡੂਆਂ ਦਾ ਘਾਟਾ ਬੁੱਗੇ ਕਿੱਥੇ ਸੀਤਾਫਲ ਕਿੱਥੇ ਲੱਡੂ ਉਹ ਮੈਨੂੰ ਲੱਗਦਾ ਸਰਕਾਰ ਨੇ ਨਾ ਜਿਹੜਾ ਸੀਤਾਫਲ ਹੈ ਇਹ ਪਾਕਿਸਤਾਨ ਭੇਜਦਾ ਉਹ ਨਾਰੋ ਨੀ ਨਾਰੋ ਮੇਰਾ ਕਾਜਾ ਕਰਦਾ ਹੈ ਮੇਰਾ ਮੇਰੀ ਉਹਦੀ ਧੜਕਨ ਵੱਜ ਜਾਂਦੀ ਹੈ ਮੇਰਾ ਦਿਲ ਪਟਕਦੇ ਨੇ ਬਾਹਰ ਨਿਕਲ ਜਾਂਦਾ ਇਹ ਤਾਂ ਗੋਲੂ ਪਹਿਲਵਾਨ ਨੂੰ ਕਹਿੰਦੀ ਨਾ ਹਣ ਤੇ ਟਰੱਕ ਲੈ ਕੇ ਖੜਾ ਕਰ ਦੇਣਾ ਸੀ ਸੀਤਾਫਲ ਦਾ ਹਾਏ ਰੱਬਾ ਓਏ ਓ ਤੇਰੇ ਮੇਰੇ ਪਿਆਰ ਚਾਹ ਪਹਿਲਵਾਨ ਕਿੱਥੋਂ ਆ ਜਾਂਦੇ ਨੇ ਜਦ ਉਹ ਪਹਿਲਵਾਨ ਆਉਂਦੇ ਨੇ ਨਾ ਆਪਣਾ ਪਿਆਰ ਤਾਂ ਜਮੀ ਮਿੱਧਿਆ ਜਾਂਦਾ ਉਹ ਮੈਂ ਤਾਂ ਸੀਤਾਫਲਾਂ ਦਾ ਹਾਰ ਪਾ ਦੂੰ ਤੇਰੇ ਗਲ ਚ ਹਾਰ ਗਲੇ ਚ ਰਾਣੀ ਹਾਰ ਪਾਈ ਦਾ ਚੰਦਰਿਆ ਸੀਤਾਫਲ ਤਾਂ ਖਾਣ ਵਾਲੀ ਚੀਜ਼ ਆ ਤੈਨੂੰ ਐਨਾ ਸੀਤਾਫਲ ਨਾਲ ਪਿਆਰ ਹੈ ਫੇਰ ਮੈਨੂੰ ਲੱਗਦਾ ਮੈਨੂੰ ਪਾਕਿਸਤਾਨ ਜਾਣੇ ਪੈਣਾ ਮਟਿਆਰੇ ਹਾਏ ਜਿਵੇਂ ਸਨੀਦਾਰ ਗਿਆ ਸੀਗਾ ਉਹ ਆਪਦੀ ਘਰ ਵਾਲੀ ਲੈਣ ਗਿਆ ਸੀ ਮੈਨੂੰ ਸੀਤਾਫਲ ਲੈਣ ਜਾਣਾ ਪਊਗਾ ਪਰ ਰਹਿਣ ਤੇ ਓਏ ਵੀ ਜਾ ਨਹੀਂ ਲੱਗਦਾ ਪਾਕਿਸਤਾਨ ਦਾ ਉਂਝ ਦੇਖਣ ਨੂੰ ਅਸੀਂ ਤੋਂ ਨੀ ਤੇਰੀ ਮੇਰੀ ਇੱਕ ਜਿੰਦੜੀ ਹਾਏ ਤੇਰੀ ਮੇਰੀ ਇੱਕ ਜਿੰਦੜੀ ਕਰਨ ਜਰਮਨ ਵਾਲਾ ਬੇਮੰਦਰੀ ਲੈ ਫੜ ਆ ਰੋਟੀ ਝੁਲਸ ਲਿਓ ਨਾਲੇ ਗੱਲ ਸੁਣ ਲੈ ਕੰਨ ਖੋਲ ਕੇ ਆਪਦੇ ਗਾਕਾਂ ਨੂੰ ਦੁਕਾਨ ਤੇ ਭਗਤਾਇਆ ਕਰੋ ਖਬਰਦਾਰ ਜੇ ਕਿਸੇ ਨੂੰ ਘਰ ਭੇਜਿਆ ਵੇ ਸੌ ਆਵਾ ਤਵਾ ਬੋਲ ਕੇ ਜਾਂਦੇ ਨੇ ਲੈ ਇੱਥੇ ਕਿਹੜਾ ਘਟ ਗੁਜਰਦੀ ਐ ਐਨਾ ਝੂਠਾ ਬੰਦਾ ਐਨੇ ਝੂਠ ਬੋਲਦਾ ਝੂਠ ਬੋਲ ਬੋਲ ਕੇ ਮੇਰਾ ਸੋਹਰਾ ਪਰਿਵਾਰ ਮਾਰਤਾ ਮੇਰਾ ਤੇਰਾ ਖਾਨਦਨ ਮਾਰਤਾ ਤਾਂ ਮੇਰੇ ਨੂੰ ਕਿਹੜਾ ਬਖਸ਼ਦਾ ਹੋ ਉਹ ਲੈ ਚੰਦੋ ਸਤਾ ਜਣੀ ਗੱਲ ਹੋਰ ਦੱਸਾਂ ਪਰ ਫਿਰ ਗਾਕ ਆਇਆ ਕਹਿੰਦਾ ਮੇਰੀ ਸੱਸ ਨੂੰ ਤਾਂ ਕਰੋਨਾ ਹੋ ਗਿਆ ਕਰੋਨਾ ਨਾਲ ਮਰ ਗਈ ਹਾਏ ਮੈਂ ਮਰ ਗਈ ਜੈ ਵੱਡੇ ਨੇ ਮੇਰੀ ਮਾਂ ਮਾਰਦੀ ਵੇ ਉਹ ਤਾਂ ਘੋੜੇ ਵਾਂਗੂ ਫਿਰਦੀ ਆ ਹੋਰ ਤੇ ਹੋਰ ਕਹਿੰਦਾ ਮੇਰੇ ਸੋਹਰਾ ਵੀ ਦਾਖਲ ਐ ਪੀਜੀ ਆਈਏ ਬਸ ਚੰਦਕ ਦੇ ਦਿਨਾਂ ਦਾ ਮਹਿਮਾਨ ਹੈ ਹਾਏ ਵੇ ਬਾਪੂ ਤੈਨੂੰ ਤਾਂ ਜੈ ਵੱਡਾ ਹਸਪਤਾਲ ਚ ਦਾਖਲ ਹੀ ਰੱਖਦਾ ਮੈਂ ਤਾਂ ਬਥੇਰੀ ਬਾਰੀ ਕਿਆ ਵੀ ਕਿਸੇ ਗਾਕ ਨੂੰ ਤਾਂ ਕਹਦਾ ਕਰ ਛੁੱਟੀ ਮਿਲ ਗਈ ਕਹਿੰਦਾ ਹੀ ਨਹੀਂ ਗਾ ਲੈ ਕੋਈ ਨਹੀਂ ਆ ਲੈਣਦੇ ਪਿਓ ਦੇ ਪੁੱਤ ਨੂੰ ਆਥ ਨੇ ਘਰੇ ਸੀਰਮੇ ਪੀ ਜੂ ਹਲੇ ਗੱਲ ਸੁਣ ਵੇ ਆ ਚਟਨੀ ਨਾਲ ਰੋਟੀ ਝੁਲਸਦੇ ਹੋ ਆਥ ਨੇ ਆਉਂਦੇ ਹੋਏ ਕੋਈ ਸਬਜ਼ੀ ਭਾਜੀ ਲਿਆਇਆ ਕਰੋ ਕੱਦੂ ਦੇ ਸੰਦਾ 2 ਕਿਲੋ ਮਿਲਦਾ ਕੱਦੂ ਤਾਂ ਘਰੇ ਲੈ ਜਾ ਨਹੀਂ ਸਕਦਾ ਸੀਤਾ ਫਲ ਕਿੱਥੇ ਲੈ ਜੂਗਾ ਕਿਹੜਾ ਸੀਤਾ ਫਲ ਮੈਂ ਅ ਮੇਰਾ ਮਤਲਬ ਬਾਮਣੀ ਸੀਤਾ ਨਹੀਂ ਉਹਦੇ ਘਰ ਵਾਲੀ ਬਾਮਣੀ ਦਲਵੀਰ ਦੀ ਉਦਨ ਆਪ ਲੈਣਗੇ ਜੈ ਵੱਡਾ ਛਿੱਤਰਖਣ ਗਿਆ ਹੋਊਗਾ ਦੁਕਾਨ ਤੇ ਵੀ ਛਿੱਤਰਖੰਦਾ ਪਿੰਡ 'ਚ ਵੀ ਛਿੱਤਰਖੰਦਾ ਘਰੇ ਵੀ ਛਿੱਤਰਖੰਦਾ ਉਹਦੀ ਕਿਸਮਤ ਤਾਂ ਹੁਣ ਛਿੱਤਾਂ ਰਹਿ ਗਏ ਚੰਗਾ ਮੈਂ ਚੱਲਦੀ ਆ ਜੇ ਸੀਤਾ ਫਲ ਨਾ ਮਿਲੇ ਨਾ ਛਿੱਤਰ ਰੋਸ਼ਨੀ ਤਾਂ ਵਿਖਾਊਗਾ ਕੰਜਰ ਕੁੱਤਾ ਕਮੀਨ ਨਾ ਲੰਡਰ ਛੱਡ ਭਰਾ ਹਾਂ ਹੂੰ ਹੂੰ ਹਾਂ ਹਾਂ ਹੂੰ ਹੂੰ ਹਾਂ ਨਹੀਂ ਜੰਦੋ ਹਾਂ ਨਹੀਂ ਜੰਦੋ ਬੇ ਕੀ ਆ ਤੂੰ ਖਾ ਖਾ ਕੇ ਧਰਮਲ ਪਲਾਟ ਬਣੀ ਜਾਨੀ ਐ ਨੀ ਤੂੰ ਸੀਤਾ ਫਲ ਖਾਇਆ ਕਰ ਸੀਤਾ ਫਲ ਮਾਰ ਕੇ ਨਾ ਥੱਪੜ ਦੰਦ ਕੱਢ ਦੂੰ ਤੇਰੇ ਪਿਓ ਦਾ ਖਾਨੀ ਆ ਦੇਖ ਦੇਖ ਕਿ ਮੈਂ ਜਵਾਨ ਚੱਲਦੀ ਐ ਘਰ ਆਲਾ ਤਾਂ ਤੇਰੇ ਵਾਸਤੇ ਨਹੀਂ ਹੈਗਾ ਦੇਖ ਪਾਗਲ ਕੀ ਕਰਦਾ ਹੁਣ ਉਹਨੇ ਕੀ ਚੰਚੜਦਾ ਵੇ ਚੰਤਬਰਗਾ ਚੰਤ ਨਿਓ ਬੰਤੇ ਅਮਲੀ ਦੀ ਘਰ ਆਲੀ ਨਹੀਂ ਹੈਗੀ ਰੋਸ਼ਨੀ ਨਿਉਨੂ ਸੀਤਾਫਲ ਖਵਾ ਰਿਹਾ ਸੀਤਾਫਲ ਹੋ ਵੀ ਉਹ ਕੀ ਹੁੰਦਾ ਐ ਤਾਂ ਮੈਨੂੰ ਵੀ ਨਹੀਂ ਪਤਾ ਵੀ ਉਹ ਕੀ ਹੁੰਦਾ ਪਰ ਮੈਂ ਸੁਣਿਆ ਕਹਿੰਦੇ ਉਹਦੀ ਪਾਕਿਸਤਾਨ ਤੱਕ ਡਿਮਾਂਡ ਹੈ ਹੋਵੇਂ ਮੱਚ ਗਈ ਘਰੇ ਤਾਂ ਉਹ ਤੋਂ ਸੇ ਰੰਗੂਰ ਨਹੀਂ ਜੁੜਦੇ ਲੋਕ ਕਹਿੰਦੇ ਟੀਮਾਂ ਨੂੰ ਖਵਾਉਂਦਾ ਫਿਰਦਾ ਉਹ ਸੀਤਾਫਲ ਹੂੰ ਕੋਈ ਨਾ ਕਰਦੀਆਂ ਸੂਤ ਮੈਂ ਉਹਨੂੰ ਹੂੰ ਆਪਾਂ ਚੱਲਦੇ ਆ ਮੈਂ ਵੀ ਉਹ ਤੋਂ ਪਜਾਮੀ ਦਾ ਬਦਲਾ ਲੈਣਾ ਚੱਲ ਤੈਨੂੰ ਲਾਈਵ ਮੈਚ ਦਿਖਾਉਣਾ ਚੱਲ ਚੱਲ ਆ ਜਾ ਚੱਲ ਫੋਨ ਮੈਂ ਜੇ ਦੇਖ ਲਈ ਨਾ ਤੀਵੀ ਕੋਈ ਦੁਕਾਨ ਤੇ ਤਾਂ ਦੇਖੀ ਖਾਕਾਂ ਪਾੜ ਦੂੰ ਹਰਾਮੜ ਦੀ ਉਹ ਕੋ ਰੌਲੀ ਐ ਓ ਤੇਰੇ ਸਦਕੇ ਜਾਵਣੀ ਸੀਤਾ ਫੜ ਦੀ ਕੀ ਗੱਲ ਕਰਦੀ ਦੁੱਧ ਚਿੜੀਆਂ ਦਾ ਲਿਆਵਣੀ ਸੱਚੀ ਗੱਲ ਆ ਨਾ ਉੱਥੇ ਹੀ ਆ ਨਾ ਹੋਰ ਤਾਂ ਮਾਇਦੇ ਨਹੀਂ ਐ ਠੇਠਰ ਨੂੰ ਪਤਾ ਮੇਰੀ ਗੱਲ ਸੁਣ ਲੈ ਚਾਚੀ ਮੇਰਾ ਨਾਂ ਨਹੀਂ ਆਉਣਾ ਚਾਹੀਦਾ ਨਹੀਂ ਨਹੀਂ ਤੈਨੂੰ ਨਹੀਂ ਕੋਈ ਕੁਛ ਆਂਦਾ ਉਹਨੂੰ ਤਾਂ ਮਾਇਦਨੀਆ ਪਤਾ ਮੇਰਾ ਨਾਂ ਧੋਖੇ ਕਮਾਉਂਦਾ ਫਿਰਦਾ ਆਹ ਇਹਨੂੰ ਤਾਂ ਮਾਇਆ ਦੱਸਦੀ ਆ ਬੂ ਮਾਤਾ ਫਾਸ ਦੀ ਆ ਜਾ ਖੁਆਚੇ ਬੰਦਾ ਠੇਠਰ ਨੇ ਕਿੰਨਾ ਮੇਰਾ ਲਹੂ ਪੀਤਾ ਮੈਨੂੰ ਟੱਕਰੰਦਾ ਐਸਾ ਹੀ ਇਹਨੂੰ ਤਾਂ ਮਾਇ ਵਿੱਚ ਪਾਉਣੀ ਆ ਖਟੰਗਾ ਬੰਗਾ ਹਾਂ ਆਹ ਦੁੱਧ ਚਿੜੀਆਂ ਦਾ ਲਿਆ ਮਾਨੀ ਆ ਹਾਂ ਆਏ ਤੇ ਕੀ ਗੁਲ ਖਲਾਉਣ ਲੱਗਿਆ ਹੋਇਆ ਬੁੜੀ ਕਰੇ ਬਿਮਾਰ ਪਈਆ ਉਹਨੂੰ ਬੱਕੀ ਨਾਲ ਜੋੜਦਾ ਨਹੀਂ ਹੈਗਾ ਇਹਨੂੰ ਚਿੜੀਆਂ ਤਾਂ ਤੇ ਜਾ ਕੇ ਪੀਉਣ ਲੱਗਿਆ ਸੋਕਣ ਨੂੰ ਇਹ ਤਾਂ ਸੀਖਾ ਫੜ ਘਮਾਉਣ ਦੀ ਵੀ ਗੱਲ ਨਾ ਕਰਦਾ ਸੀ ਮੇਟਾ ਨਾ ਮੈਂ ਲੈ ਰਹੀ ਸੀ ਗਲਾ ਕਿੰਨਾ ਕਰੱਖਾ ਗਲਾ ਤੇਰਾ ਮੈਂ ਘੁੱਟਦੀ ਆ ਨਾ ਆ ਉਮਰ ਤੇਰੀ ਆਗੁਸ਼ ਕਰਨ ਦੀ ਆ ਬੁੱਢਾ ਹੋ ਕੇ ਕਹਿਗੇ ਲੱਛਣ ਕਰਦਾ ਹਾਏ ਓਹੋ ਇਹ ਕੌਣਾ ਕਬੂਲ ਛੱਡੀ ਮੇਰੀ ਜਨਪਸ਼ਾਨ ਚੋਂ ਤੀਵੀਆ ਕੋਈ ਜਨਪਸ਼ਾਨ ਜੋ ਕਿਉਂ ਆ ਇਹਦੇ ਜਵਾਕਾਂ ਦੀ ਮਾਰੀ ਆਵੇ ਲੰਡਰ ਕਈ ਲੋ ਕਲੇਸ਼ ਕਰਨ ਐਡਾ ਵੱਡਾ ਤਾ ਨੀ ਕਹਿ ਲੋ ਤੂੰ ਵੀ ਇਹ ਤਾਂ ਸਿਤਾ ਫਲ ਖਾਣ ਆਈਆਂ ਨੀ ਮੈਂ ਤਾਂ ਥੁੱਕਦੀ ਨਹੀਂ ਅਜੇ ਲੰਡਰ ਸੀਤਾ ਫਲਾਂ ਤੇ ਜਉਂਦਾ ਬਜ਼ਾਰਾ ਹੈ ਮੇਰੇ ਜੱਜ ਜਿਹੜਾ ਫਲਾਂ ਦੇ ਘਰੇ ਢੇਰਾਂ ਦਾ ਢੇਰ ਲਾ ਦਿੰਦਾ ਇਹਨਾਂ ਨੇ ਤਾਂ ਲੰਡਰਾਂ ਨੇ ਮੇਰੇ ਨਾਲ ਧੋਖਾ ਕੀਤਾ ਆਂ ਦੇ ਤੇਰੇ ਸੌਰੇ ਦੇ ਚਾਦਰੇ ਤੇ ਸੋਣ ਮਾਰੀ ਪਈਆ ਤੇ ਲੰਡਰਾ ਨੇ ਲੀਰਾ પાਕੇ ਦੇਤ ਗਲਵਾ ਵੇਚੂ ਚਾਚੀ ਜੀ ਚੁੱਪ ਕਰੋ ਮੈਂ ਤਾਂ ਜੋ ਕਹੂੰਗਾ ਸੱਚ ਕਹੂੰਗਾ ਭਾਵੇਂ ਕਿਸ ਨੂੰ ਲੱਗੇ ਮਿਰਚ ਤੇ ਭਾਵੇਂ ਲੱਗੇ ਮਸਾਲਾ ਇਹਦਾ ਲੀੜੇ ਲੂੜੇ ਸੋਂ ਚ ਕੋਈ ਧਿਆਨ ਨਹੀਂ ਹੁੰਦਾ ਸਾਰਾ ਦਿਨ ਤਾਂ ਇਸੀ ਤਾਂ ਫਲਵਿੰਦਰ ਹਾਂ ਓਏ ਓਏ ਮੇਰੇ ਤੇ ਤੌਪ ਦਾ ਨਾ ਲਾਓ ਤੁਸੀਂ ਨਰਕਾਂ ਨੂੰ ਜਾਓਗੇ ਤੌਪ ਤਾਂ ਲਾ ਰਹੇ ਹੋ ਤੁਸੀਂ ਜਿਹੜੇ ਹੰਝੂ ਰੋਣਾਂ ਦਾ ਇਨਾਂ ਨੱਖਾਂ ਹੀ ਤਾਂ ਹੋਣੀਆਂ ਨੇ ਮੈਂ ਜਿਹੜੇ ਪਾਪ ਕਰਦਾ ਉਹ ਨਹੀਂ ਸਾਫ ਹੋਣੇ ਨਹੀਂ ਚੰਦੋ ਮਤ ਤੇਰੇ ਤੇ ਹਰਾਨ ਆ ਲੰਡਰ ਬੰਦਾ ਤੂੰ ਕੱਟੀ ਕਿਵੇਂ ਜਾਣੀ ਆ ਧੋਖੇ ਬਾਜਾ ਤੇਰਾ ਨਾ ਦੋਨੋਂ ਨਾਲ ਚੱਕਰ ਚੱਲਦਾ ਚੱਕਰ ਦਾ ਤੇਰਾ ਲੰਡੇ ਤੇਰੇ ਬੋਦੇ ਮੈਂ ਪੜਦੀ ਆ ਖਾਂਜਾ ਤੂੰ ਮੈਨੂੰ ਖਾਂਦੇ ਨਹੀਂ ਆ ਮੈਂ ਦੇਖੋ ਕਿੰਨਾ ਮਾਰਿਆ ਮੇਰੇ ਗੱਲ ਸੁਣੋ ਜਿਹੜਾ ਬੰਦਾ ਬਗਾਨੀਆਂ ਟੀਮਾਂ ਨੂੰ ਸੀਤਾਫਲ ਖਵਾਵੇ ਨਾ ਉਹਦਾ ਘਰ ਕਦੇ ਕਾਬਜਾ ਵੀ ਨਹੀਂ ਹੋ ਸਕਦਾ ਟੁੱਟ ਪੈਣੇ ਦਰਜੀਆ ਮੈਂ ਤੇਰੀ ਮਮਾ ਠਗਣੀਆਂ ਗੱਲਾਂ ਚ ਆ ਗਈ ਨਹੀਂ ਕੁੱਤੀਏ ਨਹੀਂ ਤੂੰ ਕਿਹੜਾ ਕੱਚੇ ਖੀਰੇ ਸੀ ਤੇਰੇ ਬਾਰੇ ਸਭ ਪਤਾ ਆ ਗੋਲੀ ਉਪਲਵਾਨ ਤਾਇ ਬਥੇਰੀਆਂ ਬਦਾਮਾਂ ਦੀਆਂ ਬੋਰੀਆਂ ਨੇ ਬੋਰਗਾਂ ਖਦਲਾਂ ਹਾਂ ਯੋ ਯਾਰ ਸੁਣ ਨਾ ਬਰਲਾ ਹੋ ਤਾਂ ਪਥਿਆਈਆਂ ਨੌਰਾਸ਼ ਲਗਾ ਮਗਾ ਕੇ ਥੋਕ ਚ ਵੇਚ ਗਏ ਨਹੀਂ ਕਾਇ ਲੋ ਨਹੀਂ ਤਾਂ ਪੰਚਾਇਤ ਖੜਾ ਕੇ ਲੰਡਰ ਟੀਮੀ ਦੇ ਉੱਥੇ ਬੋਦੇ ਮੁੰਨਾ ਗਿਆ ਨਹੀਂ ਮਾਇਆ ਤੇਰੇ ਨਾਲ ਆ ਏਹ ਤਾਂ ਲੰਡਰ ਨੇ ਇੱਕਦਰ ਜੱਜ ਨਾਲ ਵੀ ਲੈ ਲੈ ਮੈਂ ਸਤਾ ਮੈਂ ਵਿਚਾਰਕ ਢੰਡਾ ਪਾ ਕੇ ਲਾਣ ਵਾਡੀ ਤੋੜਤੀ ਕੀ ਹੋ ਮੇਰੇ ਮੈਨੂੰ ਤੂੰ ਹੀ ਬਚਾ ਸਕਦਾ 50 ਰੁਪਏ ਲੈ ਲਈ 50 ਪਿਓਚ ਨਹੀਂ ਨਿਭੜਨੀ ਗੱਲ ਮੈਂ ਤਾਂ ਪੂਰਾ 100 ਰੁਪਏ ਲਓ ਲੈ ਲਈ ਮੈਨੂੰ ਬਚਾ ਲੈ ਤੂੰ ਹੀ ਬਚਾ ਸਕਦਾ ਚਲ ਠੀਕ ਕਰ ਦੇ ਨਹੀਂ ਚਲ ਮਰੋ ਮਾ ਨਹੀਂ ਆਖੀ ਕਰਦੇ ਅੱਛਾ ਰੋ ਤੂੰ ਮੈਨੂੰ ਦੱਸਿਆ ਹਰਾਮ ਦਿਆ ਤੂੰ ਸੀ ਮੇਰੀ ਗੱਲ ਸੁਣ ਸਕਦੇ ਹੋ ਸਾਰੇ ਕੰਨ ਖੋਲ ਕੇ ਦੱਸਿਆ ਕੀ ਤੁਹਾਡੇ ਚ ਸੁਣਨ ਦੀ ਹਿੰਮਤ ਹੈ ਮੈਂ ਬੋਲੇਗਾ ਵੀ ਮੈਂ ਜੋ ਕਹੂੰਗਾ ਸੱਚ ਕਹੂੰਗਾ ਸੱਚ ਦੇ ਸਿਵਾ ਕੁਝ ਵੀ ਨਹੀਂ ਕਹੂੰਗਾ ਇਹ ਬਹੁਤ ਹੀ شریف ਬੰਦੇ ਨੇ ਇਹ ਬਹੁਤ ਹੀ ਨੇਕੀ ਬੰਦੇ ਨੇ ਮਸਤ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਨਾ ਹੈ ਅਸਲ ਰੌਸ਼ਨੀ ਨੂੰ ਰੌਸ਼ਨੀ ਨੂੰ ਮੈਂ ਬੋਲ ਵੀ ਮੇਰਾ ਦਿਲ ਪੈਂਦਾ ਜਾਂਦਾ ਹੈ ਰੌਸ਼ਨੀ ਨੂੰ ਕਰੋਨਾ ਤੂੰ რა ਨਲੀ ਕੀ ਗੱਲ ਡਾਕਟਰ ਨੇ ਕੀ ਆ ਜੀ ਤੇ ਨਹੀਂ ਸੀ ਤਫਲ ਖਾਦਾ ਤਾਂ ਠੀਕ ਆ ਨਹੀਂ ਤਾਂ ਸ਼ੀਜ਼ ਬੈ ਉਹ ਮਰ ਜੂਗੀ ਪਾਗਲ ਨੂੰ ਪੜੋ ਮਰ ਜੂਗੀ ਵਿਚਾਰੀ ਨਾ ਇਹਦਾ ਕੀ ਇਹਦਾ ਕੀ ਕੰਧਾ ਸੀਦਾ ਫੜਨਾ ਬਾਗਲਾ ਆਇਆ ਮੈਂ ਦੱਸਦਾ ਉਸਤਾਦ ਨਹੀਂ ਇਸ ਤਰੀਕ ਬੰਦੇ ਇਸ ਵਕਤ ਬੰਦੇ ਇਸ ਦੁਦਰੀਆ ਬੰਦੇ ਕਿਉਂ ਹਾਂ ਫੈਸਲਾ ਕੀਤਾ ਤੂੰ ਇਹਦਾ ਨਹੀਂ ਮੈਂ ਦੱਸਣਾ ਚਾਹਦਾ ਮੈਨੂੰ ਚਾ ਬੰਦਾ ਹਾਂ ਉਸਤਾਨ ਚਾ ਬੰਦਾ ਵੈਕਮੀਨਾ ਬੰਦਾ ਜਮੀਨੋ ਬੰਦਾ ਮੇਰਾ ਮੀਆਂ ਨਾ ਵੈਨ ਨਾ ਮੀਆਂ ਮੈਨੂੰ ਮੈਨੂੰ ਕਿਸੇ ਦਾ ਤੁਕਰੀ ਦੇ ਕਹ ਜਾਂਦਾ ਤੁਸੀਂ ਮੈਨੂੰ ਜੋ ਮਰਜੀ ਕਹਿ ਲੋ ਪਰ ਰੋਸ਼ਨੀ ਦੀ ਪਵਿੱਤਰਤਾ ਤੇ ਸ਼ੱਕ ਨਾ ਕਰੋ ਨਾ ਮੇਰੇ ਸਿਰ ਤੇ ਆਇਆ ਮੈਂ ਤਾਂ ਨਹੀਂ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰਕੇ ਡਾਰਲਿੰਗ ਮੈਂ ਤੇਰੇ ਤੇ ਦੁੱਖ ਮੈਂ ਹਾਰੇ ਰੱਬ ਦਾ ਨਹੀਂ ਚੰਦੋ ਮਿਆ ਭਾਗ ਤੇ ਬੰਦੇ ਤੇ ਦੂਸਣ ਲਾਗੇ ਰੂ ਕਿੱਥੇ ਭੁੱਟੇਗੀ ਬਾਬਾ ਸਾਸਿਓਲੇ ਇਹ ਤਾਂ ਗਲਤੀ ਹੋ ਗਈ ਤਾਂ ਤਾਂ ਸਤ ਗੁਰੂ ਤੇਰਾ ਹੀ ਆਸਰਾ ਬਾਬਾ ਸੇਵ ਕਿ ਦੀ ਮੈਨੂੰ ਮਾਫ ਕਰ ਦਿਓ ਓ ਤੁਸੀਂ ਚੁੱਪ ਕਰੋ ਇਹ ਨਾ ਸਾਨੂੰ ਸਾਰਿਆਂ ਨੂੰ ਪਾਗਲ ਬਣਾ ਰਿਹਾ ਤੁਸੀਂ ਮੇਰਾ ਯਕੀਨ ਕਰੋ ਉਹ ਮੈਂ ਤਾਂ ਇਹਨੂੰ ਆਪ ਦੇਖੇ ਲਾਡੀਆਂ ਪਾਡੀਆਂ ਕਰਦੇ ਰੂ ਅੱਛਾ ਗੜੀਆਂ ਕਰਦੇ ਦੇਖਿਆ ਇਹ ਤਾਂ ਜਨ ਅਸੀਂ ਤੋੜਿਆ ਖੁਰ ਜਾ ਤੂੰ ਬੱਟਾ ਤੂੰ ਪਰ ਖੜੇ ਬੱਟਾ ਤੂੰ ਕੋਰੇ ਮੈਂ ਨਾ ਆਉਂਦਾ ਤੇ ਮੈਂ ਨਾ ਆਉਂਦਾ ਇਹ ਚੱਲ ਇਹ ਫੋਨ ਬੱਟਾ ਹਾਂ ਜਾਣੇ ਕਿੱਥੇ ਤੂੰ ਘਰ ਜਾ ਘਰ ਜਾ ਅੱਗੇ ਅੱਗੇ ਨਾ ਮਗਰ ਨੀ ਨਹੀਂ ਚੰਦਾ ਨਹੀਂ ਚੰਦਾ ੱਡੀ ਨਾਣੀ ਇਹਦੇ ਪੈਰੀ ਹੱਲਾਉਣੀ ਆ ਓਏ ਪੈਰੀ ਹੱਥ ਨਹੀਂ ਤੂੰ ਤਾਂ ਸਿੱਧੀ ਇੱਕ ਚ ਭੱਜ ਕਨਾ ਬੈਰ ਨੇ ਫੜਕੇ ਨਹੀਂ ਯਾਰ ਕੁਲਾ ਪੱਤਾ ਵਰਗਾ ਹਾਈ ਜਾ ਓਸਤਾਦ ਸਿਆਪਾ ਸਭ ਚ ਜਾ ਪਾ ਜਾ ਜਾ ਪਾ ਜਾ ਓਹੀ ਗੱਲਾਂ ਕਰ ਦਿੰਦੇ ਓਏ ਮੁੰਦਰੀ ਹਾਂ ਉਸਤਾਦ ਬਾਕੀ ਗੱਲਾਂ ਤੇਰੀਆਂ ਸਮਝ ਆ ਗਈਆਂ ਆ ਰੋਣ ਵਾਲੀ ਗੱਲ ਤੇਰੀ ਮੇਰੇ ਸਮਝ ਨਹੀਂ ਆਈ ਯਾਰ ਉਸਤਾਦ ਤੂੰ ਸਮਝਿਆ ਨਹੀਂ ਨਾ ਜੇ ਮੋਦੀ ਰੋ ਰੋ ਕੇ ਸਾਰੇ ਹਿੰਦੁਸਤਾਨ ਨੂੰ ਬੇਵਕੂਫ ਬਣਾ ਸਕਦਾ ਤੇ ਆਪਾਂ ਘਰ ਦੀਆਂ ਤੀਵੀਆਂ ਨੂੰ ਨਹੀਂ ਬਣਾ ਸਕਦੇ ਹੈ ਮੇਰੇ ਮਾਲਕਾ ਸਤਨਾਮ ਸ੍ਰੀ ਵਾਹਿਗੁਰੂ ਸੱਚਾ ਪਾਤਸ਼ਾਹ ਕਜਰਾ ਸੱਜਾ ਮੇਰੇ ਦਾਰੇ ਦਾਰੇ ਨੇ ਨਾ ਇਹ ਏਰਾ ਸਾਰਿਆ ਮੇਰਾ ਆਇਆ ਹਰ ਵਕਤ ਰੀਲਾ ਬਣਾਈ ਜਾਈ ਕਭਲ ਧਿਆਨ ਨਹੀਂ ਹੋ ਇੱਧਰ ਬੈਠ ਉਸਤਾਦੀ ਸੀਟ ਤੇ ਨਹੀਂ ਬੈਠੀਦਾ ਹੁੰਦਾ ਅੱਛਾ ਹਾਂ ਉਹਨਾਂ ਲਈ ਕਹਿ ਲਓ ਆਈ ਸੀ ਸਰਸੇ ਵਾਲੀ ਹੁਣੇ ਹੁਣੇ ਤੇਰੇ ਸਿਆਪਾ ਕਰਕੇ ਗਈ ਆ ਨਾਲੇ ਮਿੰਦੋ ਨੇ ਆਣਾਈ ਸੀ ਉਹ ਇਤਰੀ ਕੀਰ ਨੇ ਪਾ ਕੇ ਗਈ ਆ ਪਿੰਡ ਦੇ ਹੋਰ ਵੀ ਪਤਵੰਤੇ ਸੱਜਣ ਆਏ ਸੀ ਸਾਰੇ ਇਹੀ ਕਹਿੰਦੇ ਸੀ ਵੀ ਟੁੱਟ ਪੈਣੇ ਦਰਜੀ ਨੂੰ ਮੌਤ ਨਹੀਂ ਆਉਂਦੀ ਆ ਉਹੀ ਤਾਂ ਕਹਿਣਾ ਪਤਾ ਨਹੀਂ ਕਦੋਂ ਆਉਗੀ ਮੌਤ ਦਾ ਫਰਿਸ਼ਤਾ ਤੇਰੀ ਮੌਤ ਦਾ ਇੰਤਜ਼ਾਰ ਕਰਦਾ ਹੁਣ ਇੱਥੇ ਆਉਣ ਦੀ ਤਿਆਰੀ ਕਰਦਾ ਓਏ ਓਏ ਆਏ ਨਹੀਂ ਮਰਦਾ ਤੇਰੇ ਵਰਕੇ 20 ਬੱਚੇ ਨੂੰ ਲੈ ਕੇ ਮਰੂ ਲੈ ਕੇ ਮਰੂ ਹਾਏ ਹਾਏ ਨਾ ਦੱਸ ਮੈਨੂੰ ਕਿਉਂ ਲੈ ਕੇ ਮਰੂ ਹੈ ਦੱਸ ਉਹੀ ਤਾਂ ਗੱਲ ਮੈਂ ਇਹ ਦੇਖਿਆ ਕੀ ਆ ਮੈਨੂੰ ਤਾਂ ਲੱਗਦਾ ਸੋਲੀ ਵਾਲੇ ਦੇ ਮੁੰਡੇ ਵਾਂਗੂ ਮੈਨੂੰ ਵੀ ਪਾਗਲ ਕਰੇਗਾ ਮੈਂ ਤੈਨੂੰ ਇਨੀ ਕੁੱਤੇ ਖਾਣੀ ਕਰਾ ਕੇ ਮਿਲਦਾ ਕੀ ਲੋਕਾਂ ਤੋਂ ਤਿੰਨ ਟਾਈਮ ਤਾਂ ਸੜਿਆ ਮੈਂ ਰੋਟੀ ਦਿਨਾ ਤਨਖਾਹ ਤੈਨੂੰ ਮਹੀਨਾ ਚੰਨ ਤੋਂ ਪਹਿਲਾਂ ਦੇ ਦਿਨਾ ਬੋਲੀ ਬੋਲੀ ਸੜਿਆ ਤੂੰ ਗਾਹ ਕਾਲੀ ਬੋਲਦਾ ਮੈਂ ਕਿਹੜੀ ਗਾਗਦੀ ਬੋਲੀ ਬੋਲਦਾ ਹੈ ਮੇਰੇ ਦਸੀ ਮੈਂ ਕਿਹੜੀ ਗਾਗਦੀ ਬੋਲੀ ਬੋਲਦਾ ਸਾਰੇ ਗਾਹ ਕਾ ਤੇਰੀ ਜਿੰਦਤ ਮੈਂ ਕੁੱਟ ਖਾਦੀ ਆ ਫਿਰ ਮੈਂ ਤੈਨੂੰ ਜਿਹੜੀ ਤਨਖਾਹ ਹੈ ਕੁੱਟ ਖਾਣ ਦੀ ਇਹ ਦਿਨਾ ਕੰਮ ਤਾਂ ਸੜਿਆ ਤੂੰ ਕੋਈ ਕਰਦਾ ਨਹੀਂ ਹੈਗਾ 24 ਘੰਟੇ ਰੀਲਾ ਮੜਾਈ ਜਾਉ ਪਹਿਲਾਂ ਤੇਰੇ ਵਰਗੇ ਨੇ ਉਹ ਟਿਕਟੌਕ ਬੰਦ ਕਰਾਈ ਹੈ ਹੁਣ ਇੰਸਟਾ ਬੰਦ ਕਰਾਉਣਗੇ ਆਮ ਸੌਰੀ ਸ਼ਿਟ ਯੂਰ ਮਾਥ ਕਿਸੇ ਦੀ ਪਰਸਨਲ ਲਾਈਫ ਨੂੰ ਟੌਰਚਰ ਨਹੀਂ ਕਰਦੇ ਓਕੇ ਓਏ ਚੁੱ ਕੋਟ ਪੈਣ ਦੇਣਾ ਆ ਕਰ ਲੈ ਇਹਨੂੰ ਮਰ ਰਹਾ ਹੈ ਹਰ ਵਕਤ ਫੋਨ ਤੇ ਲੱਗਾ ਰਹਿਣਾ ਇਹਨੂੰ ਭੱਜ ਦੂੰ ਮੈਂ ਪਲੀਜ਼ ਬੰਨੋ ਨਾ ਆ ਫੜ ਲੌਕ ਲਾਤਾ ਮੈਸੇਜ ਨਾ ਮਿੱਦਿਆ ਜਾਣ ਕਰ ਕੰਮ ਕਰ ਪਹਿਲੇ ਮੈਂ ਕੱਟ ਦਿੰਦਾ ਠੀਕ ਹੈ ਹੈਲੋ ਓ ਯਾਰ ਮੈਂ ਸੰਸਕਰਤਿਆ ਕਾਰੀਗਰਦੀ ਮਾਂ ਮਰ ਗਈ ਫੋਨ ਕਰਿਓ ਹਰ ਵਕਤ ਮੇਰੀ ਪਰਿਵਾਰ ਨੂੰ ਮਾਰੀ ਜਾਊਗਾ ਕਰ ਚਾਚਾ ਨਾਲ ਕੰਮ ਕਰ ਛੇਤੀ ਕਰ ਕੰਮ ਦੇਣਾ ਬਹੁਤ ਕੰਮ ਦੇਣਾ ਐਨ ਜਿ ਟੇਪ ਬਾਪੀ ਦੇ ਕਿਸ਼ਾਰੇ ਖੁੱਲਾ ਰੱਖਣਾ ਹੂੰ 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 ਸੇਬਕ ਮੋਲਿਆ ਵੱਡੇ ਟਿੱਡਵਾੜਾ ਮਛਲੀ ਦਸਕ ਮੜਕੇ ਨੀ ਸੇਬਕ ਮੋਲਿਆ ਵੱਡੇ ਟਿੱਡਵਾੜਾ ਮਸਲੀ ਦਸਕ ਮੜਕੇ ਆਏ ਹਾਏ ਹਾਏ ਰੋਸ਼ਨੀ ਤੂੰ ਮੇਰੀ ਅੱਖਾਂ ਦੀ ਰੋਸ਼ਨੀ ਹੈ ਜਦੋਂ ਤੂੰ ਹੱਸਦੀ ਹੈ ਪਾਵਰ ਮੇਰੀ ਵੱਧਦੀ ਹੈ ਜਦੋਂ ਤੂੰ ਰੋਨੀ ਹੈ ਮੈਂ ਫਰਸ ਹੋ ਜਾਣਾ ਸੱਖਿਓ ਮਤੂੰ ਲਾਉਣੀ ਐ ਤੇ ਖੁਸ਼ਬੂ ਮੇਰੇ ਚੋਂ ਆਉਂਦੀ ਐ। ਇਸ ਨੂੰ ਤਾਂ ਰੋਸ਼ਨੀ ਨਾਲ ਐਡਾ ਤਕੜਾ ਕਨੈਕਸ਼ਨ। ਪਾਣੀ ਤੂੰ ਪੀਣੀ ਐ ਪਿਆਸ ਮੇਰੀ ਬੁਝਦੀ ਐ। ਰੋਟੀ ਤੂੰ ਖਾਨੀ ਐ ਭੁੱਖ ਮੇਰੀ ਮਿਟਦੀ ਐ। ਆਏ ਹਾਏ ਹਾਏ ਹਾਏ। ਨੀਂਦ ਤੇਰੀ ਅੱਖਾਂ ਚ ਹੁੰਦੀ ਐ। ਨੀ ਟੂਲੇ ਮੈਨੂੰ ਆਉਂਦੇ ਨੇ। ਟੂਲੇ ਮੈਨੂੰ ਆਉਂਦੇ ਨੇ। ਉਹ 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 ਹਾਂ ਓਏ ਕੀ ਚਾਹੀਦਾ 10 ਪਾ ਅਗਲਾ ਤੈਨੂੰ ਪਤਾ ਰੋਸ਼ਨੀ ਕਿੱਥੇ ਆ ਰੋਸ਼ਨੀ ਦਾ ਕਿਸੇ ਬੰਦੇ ਨਾਲ ਗਲਤੋਂ ਟਾਂਕਾ ਫਿੱਟ ਹੋ ਗਿਆ ਇਹ ਤੂੰ ਕੀ ਬਕਵਾਸ ਕਰਦਾ ਮੈਂ ਬਕਵਾਸ ਨਹੀਂ ਕਰਦਾ ਉਹਦਾ ਸੇਵਕਦਰ ਜੀ ਨਾਲ ਟਾਂਕਾ ਫਿੱਟ ਹੋ ਗਿਆ ਗੱਲ ਬਹੁਤ ਦੂਰ ਤੱਕ ਵੱਧ ਗਈ ਤੈਨੂੰ ਪਤਾ ਰੋਸ਼ਨੀ ਕਿੱਥੇ ਆ ਰੋਸ਼ਨੀ ਦਾ ਕੀ ਕੁਦਰਤੀ ਦੀਆਂ ਬਾਹਾਂ ਚ ਲੁੱਡੀਆਂ ਪਾਰੀ ਐ ਇਹ ਤੂੰ ਸੱਚ ਕਹਿਣਾ ਮੈਂ ਜੋ ਮਾ ਸੱਚ ਕਹਿਆ ਨਾ ਚੱਲ ਮੇਰੇ ਨਾਲ ਤੈਨੂੰ ਅੱਖੀਂ ਡਿੱਠਾ ਮੈਂ ਤੇ ਦਿਖਾਵਾਂ ਨਾਲੇ ਮੇਰੀ ਪਜਾਮੀ ਦਾ ਬਦਲਾ ਪੂਰਾ ਹੋ ਜਾਊਗਾ ਜੇ ਇਹ ਗੱਲ ਸੱਚ ਹੋਈ ਸੇਵਕ ਤੇ ਰੋਸ਼ਨੀ ਦਾ ਅੱਜ ਆਖਰੀ ਦਿਨ ਐ ਚਲ ਆਪਾਂ ਚੱਲੀਏ ਚੱਲ ਦਿਖਾਉਣਾ ਤੈਨੂੰ ਉਹਨਾਂ ਦਾ ਪਿਆਰ ਭੱਜ ਕੇ ਤੇਨੂੰ ਤੂੰ ਦੂਰ ਚਲੀ ਜਾਨੀ ਐ ਮੈਂ ਮੌਤੇ ਕਰੀਸ ਦਾ ਜਨ ਤੈਨੂੰ ਪਤਾ ਹੈ ਤੈਨੂੰ ਦੇਖ ਕੇ ਮੇਰੇ ਸਾਹ ਚੱਲਦੇ ਨੇ ਰੱਬਾ ਕਰੇ ਜੇ ਚੱਲ ਗਿਆ ਤੇ ਛੱਡ ਕੇ ਨਹੀਂ ਦਸ ਰੋਇਆ ਕਰਾਂਗੀ ਸਵਕ ਨੂੰ ਯਾਦ ਕਰਕੇ ਮੈਂ ਮਰ ਜਾਵਾਂਗੀ ਤੇਰੇ ਬਿਨਾ ਹਾਏ ਆਇਨਾ ਕਹਿ ਤੇਰੀ ਆਈ ਮੈਂ ਮਰ ਜਾ ਤੇਰਾ ਵਾਲ ਵੀਂਗਾ ਨਾ ਹੋਵੇ ਰੌਸ਼ਨੀ ਜੇ ਤੂੰ ਹੱਸਦੀ ਹੈ ਨਾ ਮੇਰੀ ਜ਼ਿੰਦਗੀ ਹੈ ਬਸ ਗੇਮ ਓਵਰ ਸ਼ੇਵ ਕਾ ਮੈਨੂੰ ਨਾ 10000 ਰੁਪਇਆ ਚਾਹੀਦਾ ਹਾਈ ਤੜਕਨ ਤੇਜ਼ ਹੋ ਗਈ ਆ ਦੇਖ ਲੈ ਕਿਵੇਂ ਤੇਜ਼ ਹੋ ਗਈ ਜਦੋਂ ਪੈਸੇ ਮੰਗਦੀ ਹੈ ਨਾ ਜਮਾ ਸੋਣੀ ਨਹੀਂ ਲੱਗਦੀ ਹੈਗੀ ਮੈਨੂੰ ਤੂੰ ਮੇਰਾ ਮਤਲਬ ਸੋਣੀ ਤਾਂ ਲੱਗਦੀ ਹੈ ਬਹੁਤ ਸੋਹਣੀ ਹੈ ਤੂੰ ਐ ਐ ਆਪਣਾ ਜਿਹੜਾ ਕਾਰੀਗਰਤੀ ਉਹਦਾ ਨਾ ਬਾਪ ਫਾਹ ਲੈ ਕੇ ਮਰ ਗਿਆ ਉਧਰ ਪੈਸੇ ਦੇ ਦਿੱਤੀ ਮੈਂ ਕੱਲ ਨੂੰ ਪੈਸੇ ਹੋਰ ਦੇ ਦੂੰਗਾ ਮੈਂ ਨਾਲ ਮਿਲਾਂਗੇ ਗੱਲਾਂਬੱਤਾਂ ਕਰਾਂਗੇ ਆ ਲੈ ਏ.ਟੀ.ਐਮ ਤੇਰਾ ਉੱਤੀ ਆ ਜਾਂਦਾ ਤੈਨੂੰ 800 ਰੁਪਇਆ ਕਰਾਦਾ ਆ ਲੈ ਆ ਲੈ 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 ਵੈਸੇ ਚੈੱਕ ਕਰੋ ਤੇਰਾ 800 ਤਾਂ ਮੈਂ ਨਾ 10000 ਵਰਗਾ ਆ ਮਾਰ ਮਾਰ ਖਾਲੀ ਦੀ ਲੱਤ ਤੇ ਪੜਦੇ ਲੱਤਾ ਪੜਦੇ ਜਦੋਂ ਸੇਵਕ ਦੀ ਮੌਤ ਆਉਂਦੀ ਹੈ ਤਾਂ ਉਹ ਰੌਸ਼ਨੀ ਬਲ ਪੱਜਦਾ ਮੈਨੂੰ ਮਾਫ ਕਰ ਦੇ ਸੀ ਸੰਤਿਆ ਮੈਨੂੰ ਮਾਫ ਕਰ ਦੇ ਮੈਂ ਤਾਂ ਨਾ ਭ ਲੈਣ ਆਇਆ ਸੀ oh no ਮੈਂ ਕਿਹਾ ਦੀ ਨਾ ਪਲੱਗਾ ਇਹ ਤਾਂ ਰੋਜ਼ ਰੋਜ਼ ਨੂੰ ਫਲ ਫਰੂਟ ਖਵਾਉਂਦਾ ਤੂੰ ਆਖੇ ਖਾਨੀਆਂ ਬਦਕਾਰੇ ਸੇਵਕਾ ਤੇਰੀ ਮੌਤ ਮੇਰੇ ਹੱਥੋਂ ਲਿਖੀ ਆ ਕਿੰਨੇ ਪੈਸੇ ਲੈਨੇ ਤੋ 800 ਰੁਪਿਆ ਅੱਛਾ ਚਲ ਕੋਈ ਨਾ ਕਰੋ ਇੰਜੋਏ ਉਹ ਸਾਲਾ ਮਾਰੇ ਨੂੰ ਨਾ ਓਏ ਪਾਗਲਾ ਆਪਾਂ ਨੇ ਕਿਸੇ ਦੀ ਪਰਸਨਲ ਲਾਈਫ ਤੋ ਕੀ ਲੈਣਾ ਸਾਲਾ ਸੰਦਾ ਚਲ ਕੋਈ ਨਾ ਚਲਿਏ ਚਲ ਕਰਨ ਦੇ ਫਾਨੇ ਨੂੰ ਰੋਸ਼ਨੀ ਦੀ ਪਰਸਨਲ ਲਾਈਫ ਆ ਹਾਏ ਮੇਰੀ ਜਾਨ ਹਾਏ ਜੇ ਪਗਰ ਜਾ ਤਾਂ ਟੜ ਕਰ ਬੈ ਗਈ ਤੀ ਇਨਾਂ ਅੱਖੀਆਂ 'ਚ ਪਾਵਾਂ ਕਿਵੇਂ ਕਜਲਾਵੇਂ ਅੱਖੀਆਂ 'ਚ ਤੂੰ ਵੱਸਦਾ ਨਹੀਂ ਦੇਰਾਂ ਤੇਰੀਆਂ ਅੱਖਾਂ 'ਚ ਮਰਿਆੜ ਲੰਢਰੇ ਲੋਕਾਂ ਨੂੰ ਕੀ ਕਹਿੰਦੀ ਫਿਰਦੀਆਂ ਆਖੇ ਸਿਰਕ ਦਰਜੀ ਤੋਂ ਕੱਪੜੇ ਨਾ ਸਮਾਇਓ ਐਵੇਂ ਨਹੀਂ ਲੋਕੀ ਹਟਣ ਲੱਗੇ ਜੀ ਮੈਂ ਤਾਂ ਕਹਿਨੀ ਹੈਗੀ ਮੈਂ ਤਾਂ ਸ਼ਰਮ ਆ ਮੈਂ ਕਹਿਨੀ ਲੰਢਰੇ ਸਾਡੇ ਬੋੜੇ ਦੇ ਕਚਾਤre ਤੁਹਾਡੇ ਤੋਂ ਸਿਉਣ ਤਾਂ ਬੱਜੀ ਨਹੀਂ ਗਈ ਕੱਲਾ ਮਾਰ ਦਿਓ ਤੁਸੀਂ ਪੱਟੀਆਂ ਪੱਟੀਆਂ ਨਹੀਂ ਕੰਮ ਨੂੰ ਸਲਾਮਾ ਹੁੰਦੀਆਂ ਨੇ ਜਿਹਨੇ ਸਾਡੇ ਕੋਲ ਆਉਣਾ ਸਾਡੇ ਕੋਲ ਹੀ ਆਊਗਾ ਜੋ ਮਰਜੀ ਜੋ ਨਾਲ ਜਿਵੇਂ ਮਰਜੀ ਗਲੀ ਚ ਕੁੱਤਿਆਂ ਨੂੰ ਧੰਗਦੀ ਫਿਰ ਕੁੱਤੀ ਤੂੰ ਕੁੱਤਾ ਤੁਹਾਡਾ ਖਾਦਦਾਨ ਨਹੀਂ ਤੇਰੇ ਬਾਰੇ ਕਿਹੜਾ ਪਤਾ ਨਹੀਂ ਕੰਜਰ ਦੀ ਜਨਾਨੀ ਹੈ ਆ ਧਿਆਰ ਦਾ ਘਰ ਤੇਰੀ ਵਸਣ ਦਿੱਤਾ ਖਾਣ ਦੀ ਤਾਂ ਲਟ ਲਟ ਖਾ ਲਈ ਹਲੇ ਹੋਰ ਬਲਣਾ ਹਲੇ ਹੋਰ ਮੈਥੋਂ ਕੀ ਸੁਣਨਾ ਕੁੱਤ ਗਿਆ ਨਹੀਂ ਪਿੰਡ ਚ ਪਿੰਡ ਚ ਕਾਹ ਕੁੱਤੇ ਤੇਰੀਆਂ ਗੱਲਾਂ ਨਹੀਂ ਕਰਦੇ ਥਾਂ ਥਾਂ ਗੱਲਾਂ ਹੁੰਦੀਆਂ ਨੇ ਅਕੇਰੇ ਅੰਦਰ ਤਾਂ ਇੱਕ ਆਉਂਦਾ ਇੱਕ ਜਾਂਦਾ ਨਹੀਂ ਗੋਲੂ ਪਲਵਾਨ ਦਾ ਤੇਰੇ ਅੰਦਰੋਂ ਨਿਕਲਦਾ ਬਾਬਾ ਸੱਸ ਵਾਲਾ ਦੇਖ ਲੈ ਮੇਰੇ ਤੇ ਕੁੱਟਗਾ ਕੁੱਟਗਾ ਤਾਉ ਤਾਲਾਉਂਦੀ ਹੋ ਨਹੀਂ ਹੋ ਮੇਰੇ ਮਾਮੇ ਦਾ ਪਤਾ ਤੇਰੇ ਬਾਰੇ ਵੀ ਸਭ ਪਤਾ ਨੀ ਤਸੀਂ ਕਾਰੀਗਰ ਲਟ ਲਟ ਖਾ ਲੈ ਆ ਚਾਰ ਪੰਜ ਸਾਲ ਪਹਿਲਾਂ ਤੁਹਾਡੇ ਰਾਮੂ ਹੁੰਦਾ ਸੀਗਾ ਨੀ ਆਏ ਤੁਸੀਂ ਪੈਸੇ ਦਿੱਤੇ ਨਹੀਂ ਨੀ ਤੋ ਗੋਲਗਾ ਪੇ ਖਾਂਦੀ ਰਹੀ ਨੀ ਤੋ ਦਹੀਂ ਭੱਲੇ ਵਾਲੀਆਂ ਪਲੇਟਾਂ ਚੜ ਚੜ ਖਾ ਗਈਆਂ ਲੱੜੇ ਜੇ ਹੈਜਰਦੂਤਾ ਦੇ ਮਾਲਕ ਹੋ ਨਾ ਤਾਂ ਹੀ 5 ਕਿਲੋ ਤਾਂ ਗਿੱਟੇ ਚੰਗਾ ਕੇ ਆਏ ਹੋ ਖਾਲੀ ਨਹੀਂ ਮੁੜੇ ਮੁੱਚੀ ਤੀ ਵੀ ਨੀ ਸਾਡੇ ਬਾਪਾ ਜੀ ਹੁੰਦਾ ਚੰਗਾ ਨਾ ਬਾਲ ਦੋਹਾ ਜਾਣਾਂ ਤਾਂ ਕੋਈ ਜਾਏਗੀ ਕੁੱਤ ਗਿਆ ਧੀਮਗਾ ਹਾਂ ਵੱਡੀ ਬਾਬਾ ਜੀ ਵਾਲੀ ਜੇ ਜੇ ਕਰਤੂਤਾਂ ਦਾ ਮਾਲਕ ਆ ਤਾਂ ਹੀ ਜੇਲ੍ਹ ਚ ਬੈਠਾ ਹਾਂ ਸਾਡੇ ਬਾਬਾ ਜੀ ਜੇਲ੍ਹ ਚ ਸ਼ੌਕ ਨੂੰ ਨਹੀਂ ਬੈਠੇ ਸਾਰੀ ਦੁਨੀਆ ਦਾ ਭਲਾ ਕਰਦੇ ਫਿਰਦੇ ਜੇਲ੍ਹ ਚ ਬਹਿ ਕੇ ਹੁਣ ਕੈਦੀਆਂ ਦਾ ਭਲਾ ਕਰਨ ਗਏ ਆ ਬੋਲਦੀ ਆ ਲੱਗੀ ਕੈਦੀਆਂ ਦੇ ਭਲੇ ਦੀ ਆਪਦਾ ਤਾਂ ਹੁੰਦਾ ਨਹੀਂ ਨਹੀਂ ਤਾਂ satsang ਸੁਣਨੀ ਨਹੀਂ ਜਾਂਦੀ ਤੂੰ ਤਾਂ ਸਵਾਦਾਂ ਦੀ ਪੱਟੀ ਹੋਈਆਂ ਸਵਾਦਾਂ ਦੀ ਪੱਟੀ ਚੁੰਡੀਆਂ ਬਣਾਉਣ ਜਾਂਦੀਆਂ ਬੰਦਿਆਂ ਤੋਂ ਚੁੰਡੀਆਂ ਮੇਰਤ ਕਿੱ데 ਕਿੱ데 ਤੂੰ ਛਾਲਾਉਂਦੀ ਆ ਖੋਰ ਜਾ ਲੰਢਰੇ

ਹਾ 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 ਹ

ਕੀ ਕਰਤੀ ਆ ਜਦ ਲੈ ਸਾਰੇ ਨੂੰ ਟੱਕੇ ਅੱਜ ਤਾਂਕਾਣ ਹੁਣ ਖੁੱਲੀ ਐ ਚੱਲ ਜਾ ਕੇ ਕੰਮ ਕਰ ਬਹੁਤ ਕੰਮ ਦੇਣਾ ਲਿਆ ਪਿਆ ਚੱਲ ਜਾ ਜਾ ਪੱਜਾ ਇੱਥੋਂ タルਕੇ ਨਾ ਕੰਮ ਕਰ ਦੇ ਬਹੁਤ ਕੰਮ ਦੇਣਾ ਪਿਆ ਓਏ ਮੈਂ ਮੰਗਤਾ ਨਹੀਂ ਹੈਗਾ ਹੋਰ ਕੀ ਐ ਤੂੰ ਤੂੰ ਮੈਨੂੰ ਪਿਛਾਣਾ ਨਹੀਂ ਓ ਸੜਾ ਮੈਂ ਤੇਰੇ ਨਾਲ ਪਰਦਾ ਰਿਹਾ ਚੱਲ ਬਾਹਰ ਤੋਂ ਚੱਲ ਜਾ ਓਏ ਮੈਂ ਤੇਰੀ ਮੌਤ ਦਾ ਬਲਾਵਾ ਮੈਂ ਜਮਦੂਤ ਆ ਇਹ ਕੋਈ ਪਲੀਸ ਮੈਨੂੰ ਲੈ ਆਇਆ ਮੈਨੂੰ ਲੈ ਜਾ ਮੈਂ ਤਨਖਾਹ ਦੀ ਕੰਮ ਕਰਦਾ ਹੁਸਤਾਦ ਮੈਂ ਤੈਨੂੰ ਕਿਹਾ ਸੀ ਨਾ ਅੱਜ ਤੈਨੂੰ ਮੌਤ ਦਾ ਬਲਾਵਾ ਆਉਣਾ ਆ ਗਿਆ ਓਏ ਮੇਰੀ ਮੌਤ ਦਾ ਬਲਾ ਬਣੀ ਆ ਸਾਲਾ ਤੇਰੀ ਮੌਤ ਦਾ ਬਲਾ ਆਇਆ ਲੈ ਜਾ ਲੈ ਜਾ ਲੈ ਜਾ ਲੈ ਜਾ ਬੰਦੂ ਹੈ ਸਾਲਾ ਓਏ ਮੈਂ ਮੰਤਰੀ ਦਾ ਬਲਾਵਾ ਨਹੀਂ ਲੈ ਕੇ ਆਇਆ ਮੈਂ ਸੇਵਕ ਦਰਜੀ ਦਾ ਬਲਾਵਾ ਲੈ ਕੇ ਆਇਆ ਮੈਂ ਤਾਂ ਹੋਈ ਦੇਖੇ ਕਿ ਜਾ ਰਸਤੇ ਦੇਖ ਲਈ ਜਾਂਦਾ ਹੋਇਆ ਮੇਰੀ ਗੱਲ ਸੁਣ ਸੇਵ ਦਰਜੀ ਮੈਂ ਨਹੀਂ ਹੈਗਾ ਅੱਡੇ ਦੀ ਸੌ ਮੈਂ ਸੇਵ ਦਰਜੀ ਨਹੀਂ ਹੈਗਾ ਆ ਲੈ ਅੱਡੇ ਦੀ ਸੌ ਤੇਰੀ ਮਦਦ ਦੇ ਸੌ ਓਏ ਜਿੰਨੇ ਤੂੰ ਝੂਠ ਬੋਲਦਾ ਨਾ ਐਨਾ ਤਾਂ ਮੋਦੀ ਵੀ ਝੂਠ ਨਹੀਂ ਬੋਲਦਾ ਤੂੰ ਤਾਂ ਉਹਨੂੰ ਵੀ ਪਿੱਛੇ ਛੱਡਤਾ ਚੱਲ ਤਿਆਰ ਹੋ ਕੇ ਨਾਲ ਚੱਲ ਨਹੀਂ ਨਹੀਂ ਮੇਰੀ ਗੱਲ ਸੁਣ ਮੈਨੂੰ ਇੱਜੇ ਕੰਮ ਦੇਣਾ ਹੈ ਦੇਖੋ ਪਿਆਰਾ ਸਿੰਘਾਪੁਰਾ ਦਾ ਕੋਟ ਪੈਨ ਦੇਣਾ ਪੱਪੂ ਹਾਂਗਕਾਂਗ ਵਾਲਾ ਦਾ ਕੁਰਤਾ ਪਜਾਮਾ ਦੇਣਾ ਦਰਸ਼ੋਣਾਂ ਦੇ ਨੇ ਕੱਪੜੇ ਦੇਣੇ ਨੇ ਹੈ ਕੈਨੋ ਕਲੇਸ਼ਨ ਤੇ ਦੇਣੇ ਨੇ ਰੱਬ ਦੇ ਵਾਸਤੇ ਮੈਨੂੰ ਬਹੁਤ ਟਾਈਮ ਚਾਹੀਦਾ ਓਏ ਗੱਲ ਸੁਣ ਤੇਰੇ ਕੋਲ ਸਿਰਫ 15 ਮਿੰਟ ਨੇ ਇਹ ਹਾਂ 12 ਵਜ ਗਏ ਨੇ 15 ਮਿੰਟ ਬਚੇ ਨੇ 15 ਮਿੰਟ ਜਿਹੜਾ ਕੰਮ ਕਰਨਾ ਕਰਦਾ 15 ਮਿੰਟ ਵਿੱਚ ਮੈਂ ਕੀ ਕਰ ਦੂ ਕਮਾਲ ਦੀ ਗੱਲ ਅੱਡੇ ਦੀ ਸਮਝ ਰੇ ਕਮਾਲ ਦੀ ਗੱਲ ਕਰਦਾ ਯਾਰ ਓਏ ਚਲ ਮੇਰੀ ਗੱਲ ਸੁਣ ਪਹਿਲਾਂ ਓਏ ਪਾਪੀ ਪੁਰਸ਼ ਇਹ ਤਾਂ ਮਤਲਬ ਤੂੰ ਮੈਨੂੰ ਰਿਸ਼ਵਤ ਦੇ ਰਿਹਾ ਉਹ ਵੀ 500 ਕੀ 2000 ਰੁਪਏ ਦੇ ਮੈਨੂੰ ਅੱਛਾ 2000 ਦੇ ਦੀ ਜਾਨ ਤੂੰ ਖੜਾ ਛੜਾ ਪਰ ਇਹ ਜਿਹੜੀ ਰਿਸ਼ਵਤ ਹੈ ਨਾ ਇਹ ਲਕੋ ਕੀ ਦਿੰਦੇ ਹੁੰਦੇ ਨੇ ਸ਼ਗਨ ਸ਼ਗਨ ਠੀਕ ਹੈ ਇੱਕ ਮਿੰਟ ਫੋਟੋ ਕਰਾਉ ਮੇਰੇ ਨਾਲ ਮੈਂ ਭੇਜਨੀ ਹੈ ਚਿੱਤਰਗਗਪਤ ਨੂੰ ਹਾਈ ਹਾਈ ਮੇਰੀ ਨੇ ਵਿੱਚ ਆਵੀ ਮੈਂ ਚੱਕਾ ਜਾਊਂਗਾ ਚੱਲ ਠੀਕ ਹੈ ਐ ਕਰ ਹੁਣ ਜਿੰਨਾ ਤੂੰ ਕੰਮ ਨਿਮੇੜਨਾ ਨਿਮੇੜ ਲਾ ਜਿਹਨੂੰ ਮਿਲਣਾ ਤੂੰ ਮਿਲਲਾ ਉਹਨਾਂ ਟਾਈਮ ਮੈਂ ਤੇਰੇ ਨਾਲ ਹੀ ਰਹੂੰਗਾ ਇੱਥੇ ਅੱਛਾ ਮੈਨੂੰ ਇਹ ਦੱਸ ਫੋਟੋ ਕਾਦੇ ਵਾਸਤੇ ਖਿੱਚੀ ਐ ਤਾਂ ਕਿ ਸਬੂਤ ਪਹੁੰਚ ਜਾਵੇ ਚਿਤਰਗੁਪਤ ਕੋਲ ਕਿ ਮੈਂ ਸਹੀ ਥਾਂ ਤੇ ਆ ਗਿਆ ਅੱਛਾ 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 ਇਹਨਾਂ ਨੂੰ ਵੀ ਸਾਰਾ ਗੇ ਸਬੂਤ ਦੇਣਾ ਪੈਂਦਾ ਨਾ ਬੰਦੇ ਦਾ ਲੇਖਾ ਦੇਣਾ ਪੈਂਦਾ ਉਸਤਾਦ ਹਾਂ ਸ਼ਰੇਸ਼ ਦੋ ਕਪਾਚਾ ਭੇਜ ਦੇ ਦੁੱਧ ਚ ਪੱਤੀ ਪਾ ਦੀ ਜਮਦੂਤ ਵੀਰ ਜੀ ਆਏ ਨੇ ਪਰਲੋਕ ਤੋਂ ਓਏ ਮੈਂ ਦੁੱਧ ਪੱਤੀ ਨਹੀਂ ਪੀਂਦਾ ਹੋਰ ਕੀ ਪੀਣਾ ਤੂੰ ਮੈਂ ਖੂਨ ਚ ਪੱਤੀ ਪੀਂਦਾ ਕਹਿੰਸੀ ਖੂਨ ਪੀਨੇ ਹੋ ਹਾਂ ਹੋਰ ਮੈ ਮੂਤ ਪੀਣਾ ਮੇਰੀ ਗੱਲ ਸੁਣ ਅੱਛਾ ਖਾਣੇ ਵਿੱਚ ਕੀ ਖਾਵੇਂਗਾ ਕੱਟਾ ਜਿੜਾਉਂ ਕਰ ਦੋ ਆਏ ਅੱਛਾ ਮੇਰੀ ਗੱਲ ਸੁਣ ਖੂਨ ਪੀਏਗਾ ਹਾਂ ਸ਼ਰਮ ਕਰੋ ਖੂਨ ਪੀਨੇ ਹੋ ਤੁਸੀਂ ਮੈਂ ਖੂਨ ਪੀਣਾ ਓਏ ਅਸੀਂ ਤਾਂ ਫਿਰ ਵੀ ਜਾਨਵਰਾਂ ਦਾ ਖੂਨ ਪੀਨੇ ਆ ਅਸੀਂ ਤੁਹਾਡੇ ਵਰਗੇ ਨਹੀਂ ਹੈਗੇ ਜਿਹੜੇ ਤੁਸੀਂ ਭਰਾ ਭਰਾ ਦਾ ਖੂਨ ਪੀ ਜਾਂਦੇ ਹੋ ਅਮੀਰ ਗਰੀਬਾਂ ਦਾ ਖੂਨ ਪੀ ਜਾਂਦੇ ਹੋ ਓਏ ਤੁਸੀਂ ਬੜੇ ਖਤਰਨਾਕ ਲੋਕ ਹੋ ਲੈ ਜਾ ਇਹਨੂੰ ਪਰ ਮਨ ਜਾ ਯਾਰ ਮੇਰੀ ਗੱਲ ਸੁਣ ਦੇਖ ਮੈਂ ਬਹੁਤ ਕੰਮ ਦੇਣਾ ਹੈ ਮੈਨੂੰ ਥੋੜਾ ਟਾਈਮ ਤਾਂ ਲੱਗੂਗਾ ਹਲੇ ਬਹੁਤ ਕੰਮ ਦੇਣਾ ਮੈਂ ਰੱਬ ਦੇ ਵਾਸਤੇ ਮੈਨੂੰ ਲੋਕ ਮਾਰ ਦੇਣਗੇ ਠੀਕ ਹੈ ਘੰਟਾ ਦਾ ਘੰਟਾ ਲੇਟ ਹੋ ਸਕਦਾ ਘੰਟੇ ਤੇ ਘੰਟੇ ਨਾਲ ਨਹੀਂ ਕੁਝ ਹੁੰਦਾ ਹੈਗਾ ਫੇਰ ਮੈਥੋਂ 2-4000 ਹੋਰ ਲੈ ਜੀ ਦੇਖ ਤੇਰੀ ਸੇਵਾ ਕਰੂੰਗਾ ਪੂਰੀ ਸੇਵਾ ਕਰੂੰਗਾ ਜੋ ਮਰਜੀ ਖਾਣਾ ਖਾਈ ਪਰ ਮੈਨੂੰ ਸੇਵਾ ਹਾਂ ਕਹੋ ਜੀ ਬਹੁਤ ਵਧੀਆ ਸੇਵਾ ਜੋ ਕਹੇਗਾ ਉਹ ਖਵਾਉਂਗਾ ਦਾਰੂ ਵੀ ਪਿਲਾਉਂਗਾ ਹੈ ਪਹਿਲੇ ਤੋੜਦੀ ਹਾਂ ਨਾਲ ਕੀ ਖਵਾਏਗਾ ਕਟਾ ਠੀਕ ਹੈ ਅੱਛਾ ਫਿਰ ਐਂ ਕਰਾ ਮੇਰੀ ਗੱਲ ਸੁਣ ਓਏ ਤੂੰ ਸਾਮ ਸੜਾ ਦੁਕਾਨ ਆ ਚੁੱਪ ਕਰਕੇ ਕਿਸੇ ਪਾਸੇ ਜਾਣਾ ਨਹੀਂ ਹੈਗਾ ਚੱਲ ਆਪਾਂ ਮੋਟਰ ਤੇ ਚੱਲਦੇ ਆ ਉੱਥੇ ਬਹਿ ਕੇ ਲਾਵਾਂਗੇ ਗੱਲ ਸੁਣ ਘਰੇ ਚਲਾਂਗੇ ਨਾਲੇ ਆਪਾਂ ਘਰੇ ਚੱਲ ਕੇ ਖਾਵਾ ਪੀਵਾਗੇ ਹਾਂ じゃ ਮੈਂ ਕਰੇ ਫੋਨ ਕਰਦਾ ਹਾਂ ਹਲੋ ਗੱਲਾਂ ਕਰ ਤੱਕੜ ਜਾਨੀ ਹੈ ਕੋਈ ਇਦਰੀ ਗੱਲ ਕਰੇ ਤੇਰੇ ਨਾਲ ਮੈਂ ਮਾਨਾ ਆਪਣਾ ਇੱਕ ਉਹ ਪਾਸਲਾ ਬੰਦਾ ਹੈ ਉਹ ਅਜਿੱਥੇ ਰਹੂਗਾ ਮੇਰੇ ਕੋਲੇ ਹਾਂ ਐ ਕਰੀ ਇੱਥੋਂ ਮੁੰਡੇ ਨੂੰ ਵੇਚ ਕੇ ਨਾ ਕੱਟਾ ਮੰਗਾ ਲੈ ਹਾਂ ਗਾਇ ਨਾ ਕੱਟ ਗਾਇ ਕਿ ਉੜ ਜੇ ਤੂੰ ਮਹਿਮਾਨ ਆ ਹੋ ਉਹ ਬੰਦੇ ਨੂੰ ਤੂੰ ਦੇਖੇਂਗੀ ਤੂੰ ਵੀ ਹੈਰਾਨ ਹੋ ਜਾਵੇਂਗੀ ਹਾਂ ਓਏ ਹਾਜਾ ਬੰਦਾ ਉਹਨੇ ਸਭ ਨੂੰ ਲੈ ਕੇ ਜਾਣਾ ਹੈ ਹਾਂ ਚੰਗਾ ਠੀਕ ਆ ਚੱਲ ਫੋਨ ਰੱਖ ਮੇਰੀ ਗੱਲ ਸੁਣ ਤੇਰੀ ਘਰ ਹਰ ਤਿੰਨ ਤਾਂ ਰੋਟੀ ਹੁੰਦੀ ਨਹੀਂ ਐਨੂੰ ਕਿਤੇ ਰੋਟੀ ਖਵਾ ਦੂਗੀ ਉਹ ਗੱਲ ਸੁਣ ਲੈ ਮੇਰੀ ਹਾਂ ਮੇਰੀ ਘਰ ਆਈ ਨਾ ਬਣਦੀ ਨਹੀਂ ਹੈਗੀ ਹਾਂ ਹਾਂ ਜੇ ਮੇਰੀ ਬੇਇਤੀ ਹੁੰਦੀ ਆ ਤੇਰੀ ਹੋਊਗੀ ਗੁੱਸਾ ਘਸਾ ਨਾ ਕਰੀ ਥੋੜਾ ਥੋੜਾ ਹਾਂ 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 ਠੀਕ ਹੈ ਚੱਲ ਆ ਜਾ ਆ ਜਾ ਆ ਜਾ ਮੋਟਰ ਤੇ ਚੱਲਦੇ ਆਂ ਉਹ ਉੱਥੇ ਪੈਗਸ਼ਿਕ ਲਾਵਾਂਗੇ ਆ ਮੁਸਕਵਾਲਾ ਮਾਰਦਾ ਮੇਰੇ ਸਾਡੇ ਜੰਦੂਤ ਜੀ ਬਾਈ ਚੱਲ ਚੱਲ ਓਕੀ ਗੱਡੀ ਵਿੱਚ ਬੈਗੀ ਬੰਤੋ ਚਿੱਟੀ ਕੁੜਤੀ ਗਰਾਰਾ ਕਾਲਾ ਸੇਵਕ ਨੂੰ ਮੋਕੇ ਲੈ ਗਿਆ ਨਖਰਾ ਉਹਦੇ ਚ ਸਿਵਾਲਾ ਇਹ ਚੱਕ ਛੋਟੇ ਭਾਈ ਦੇਖ ਲੈ ਜਮਦੂਤ ਭਾਈ ਜਦੋਂ ਆਪਾਂ ਪਿੰਡੋਂ ਮੋਟਰ ਤੇ ਆ ਰਹੇ ਸੀਗੇ ਹੈ ਕਿਵੇਂ ਸਸਰੀ ਕਾਰ ਬਜਦੀ ਤੀ ਤੇ ਕਿਤੇ ਇਸੇਵਕ ਦੀ ਚੜ੍ਹਾਈ ਐ ਓਏ ਮੈਨੂੰ ਚੰਗੀ ਤਰ੍ਹਾਂ ਪਤਾ ਐਵੇਂ ਛੱਡ ਨਾ ਕਿੰਨੇ ਲੋਕਾਂ ਨੇ ਤੈਨੂੰ ਸਸਰੀ ਕਾਲ ਕੀਤੀ ਐ ਤੇ ਕਿੰਨੇ ਨੇ ਤੈਨੂੰ ਲਾਂਤਾਂ ਪਾਈਆਂ ਨੇ ਮੇਰੀ ਵੀ ਪੇਸ਼ਤੀ ਕਰਾ ਕੇ ਰੱਖਤੀ ਪਿੰਡ ਚ ਯਾਰ ਮੈਂ ਮੰਨਦਾ ਸਹੀ ਗੱਲ ਐ ਭਾਈ ਮੈਂ ਮਾੜਾ ਬੰਦਾ ਪਰ ਸੁਤੇ ਭਾਈ ਤੂੰ ਇੱਕ ਨੰਬਰ ਦਾ ਫੁੱਦੂ ਲੰਡੂ ਲੁੱੱਚਾ ਕਮੀਨਾ ਕੁੱਤਾ ਤੇ ਠਰਕੀ ਆਸ਼ਕ ਐ ਇਹ ਗੱਲ ਮੈਂ ਨਹੀਂ ਕਹਿੰਦਾ ਨਾਲੇ ਕਿਤਰ ਗੁਪਤ ਦਾ ਫੋਨ ਆਇਆ ਸੀ ਮੇਰੀ ਗੱਲ ਸੁਣ ਮੈਂ ਤਾਂ ਆਪ ਮੰਨਦਾ ਵੀ ਮੈਂ ਲੁੱੱਚਾ ਬੰਦਾ ਮੈਂ ਆਪ ਮੰਨਦਾ ਪਰ ਛੋਟੇ ਭਾਈ ਦੇਖ ਹੁਣ ਆਪਾਂ ਦੋਨੇ ਪੈਗ ਬਟ ਭਰਾ ਹੋ ਗਏ ਬਈ ਮੈਨੂੰ ਹੁਣ ਇਹ ਦੱਸ ਦੇ ਬਈ ਤਾ ਮੇਰੀ ਜਾਨ ਕਿਵੇਂ ਕੱਢਣੀ ਐ ਓਏ ਇਹ ਸੀਕ੍ਰਟ ਗੱਲਾਂ ਨੇ ਅਸੀਂ ਕਿਸੇ ਨੂੰ ਨਹੀਂ ਦੱਸ ਸਕਦੇ ਨਾਲੇ ਅਸੀਂ ਰਾਖਸ਼ ਲੋਕ ਤੇ ਤੁਸੀਂ ਮਨੁੱਖ ਜਾਤੀ ਹੈ ਸਾਡੇ ਪਰਲੋਕ ਦੇ ਵਿੱਚ ਇੱਕ ਗੱਲ ਬੜੀ ਮਸ਼ਹੂਰ ਹੈ ਕਿਹੜੀ ਵੀ ਕਿਸੇ ਤੇ ਮਰਜ਼ੀ ਯਕੀਨ ਕਰ ਲਈ ਪਰ ਮਨੁੱਖ ਜਾਤੀ ਤੇ ਮਤਲਬ ਹੀ ਨਹੀਂ ਪਰ ਪੰਜੇ ਉਂਗਣਾ ਛੋਟੇ ਪਾਈਕਸਾਰ ਨਹੀਂ ਹੁੰਦੀਆਂ ਓਏ ਸਾਰ ਕਿਉਂ ਨਹੀਂ ਹੁੰਦੀਆਂ ਤੁਸੀਂ ਲੋਕ ਐਨੇ ਮਤਲਬੀ ਹੋ ਨਾ ਥੋੜੇ ਵਰਗੇ ਘਟਿਆ ਲੋਕ ਕਿਤੇ ਹੀ ਨਹੀਂ ਹੋਣੇ ਅੱਛਾ ਤੁਸੀਂ ਇੱਕ ਜ਼ਮੀਨ ਦੀ ਖੁੱਡ ਪਿੱਛੇ ਨਾ ਭਰਾ ਭਰਾ ਦਾ ਕਤਲ ਕਰ ਦਿੰਦਾ ਮਾਵਾ ਨੂੰ ਤੁਸੀਂ ਬਿਰਦਾ ਸ਼ਮ ਚ ਘੱਲ ਦਿੰਨੇ ਹੋ ਓਏ ਤੁਸੀਂ ਬਹੁਤ ਮਤਲਬੀ ਹੋ ਯਾਰ ਮੈਂ ਮੰਨਦਾ ਸਾਡੀ ਮਨੁੱਖ ਜਾਤੀ ਮਾੜੀ ਕੌਮ ਹੈ ਸਾਡੀ ਮਾੜੀ ਕੌਮ ਦੇ ਵਿੱਚ ਹੁਣ ਸਾਡਾ ਪ੍ਰਧਾਨ ਮੰਤਰੀ ਕਿਸਾਨਾਂ ਨੂੰ 6 ਮਹੀਨੇ ਤੋਂ ਉੱਤੇ ਹੋ ਗਿਆ ਹਾਂ ਮੇਰੇ ਸਾਲੇ ਨੇ ਹਜੇ ਉਹ ਬਿੱਲ ਨਹੀਂ ਮਾਫ ਕਰੇ ੱੱਕੇ ਨਾਲ ਤਿੰਨ ਬਿੱਲ ਖਸੁਰਤੇ ਉਹ ਵਾਪਸ ਨਹੀਂ ਲੈ ਰਿਹਾ ਇਹ ਮਾੜੇ ਬੰਦੇ ਨੇ ਇਹਨਾਂ ਨੂੰ ਬੜੀ ਫੈੜੀ ਮੌਤ ਆਣੀ ਚਾਹੀਦੀ ਐ ਜਦੋਂ ਉਹਦੇ ਕੋਲੇ ਜਾਵੇਂਗਾ ਉਹਦੀ ਜਾਨ ਕੱਢਣ ਉਹਦੇ ਪਿਓ ਪਿਓ ਛਿੱਤਰ ਮਾਰਨੇ ਨੇ ਇੱਕ ਮੇਰੇ ਸਾਲੇ ਉਹ ਜਿਹੜੇ ਉਹਨੂੰ ਰੱਬ ਮੰਨਦੇ ਐ ਐਡਾ ਉਹਨਾਂ ਨੇ ਸਾਡੇ ਮੁਲਕ ਦਾ ਬੇੜਾ ਖਰਾਬ ਕਰਤਾ ਪੱਟਾ-ਬਟਾ ਕੇ ਰੱਖਤਾ ਹੁਣ ਦੇਖ ਤੇਰੇ ਤੇਰੇ ਤੋਂ ਨਹੀਂ ਲੱਗਦਾ ਵੀ ਤੂੰ ਜੰਮਦੂਤ ਐ ਹੈ ਬਈ ਮੈਂ ਦੇਖ ਇਹਨੇ ਕਹੀ ਵੀ ਪੱਗ ਲਾ ਕੇ ਤੇਰੀ ਤਾਰੀਫ ਕਰ ਰਿਹਾ ਤੂੰ ਦੇਖਣੀ ਪੱਖਣੀ ਚੱਕਣੀ ਤੁਰਨ ਫਿਰਨ ਤੋਂ ਹਾਂ ਪੂਰਾ ਸਦਾਰ ਲੱਗ ਰਹਾ ਹਾਂ ਭਾਈ ਸਿੰਗਾ ਤੋਂ ਲੱਗਦਾ ਭਾਈ ਤੂੰ ਰਾਖਸ਼ ਹੈ ਭਾਈ ਤੂੰ ਇਹ ਦੱਸ ਮੇਰਾ ਭਰਾ ਬਣ ਕੇ ਹਾਂ ਹਾਂ ਭਾਈ ਤੈ ਮੇਰੀ ਜਾਨ ਹੈ ਮੇਰੀ ਕਿਵੇਂ ਕੱਢਣੀ ਹੈ ਸੁਣ ਫਿਰ ਇਧਰ ਨੂੰ ਕੰਨ ਕਰ ਮੈਂ ਤੇਰੀ ਜਾਨ ਪਤਾ ਕਿਵੇਂ ਕੱਢਣੀ ਹੈ ਹਾਂ ਤੈਨੂੰ ਲੱਗੂਗਾ ਕਰੰਟ ਆਏ ਪ੍ਰੈਸ ਕਰ ਦੇਨੂੰ ਓ ਨੋ ਅੱਛਾ ਤੇ ਫਿਰ ਹੋਊਗੀ ਤੇਰੀ ਮੌਤ ਹਾਏ ਹੋਏ ਕਿੰਨੀ ਵਧੀਆ ਮੌਤ ਹੈ ਜਦੋਂ ਮੈਨੂੰ ਲੱਗੇ ਨਾ ਛੱਟ ਕੇ ਹਾਏ ਕਿੰਨਾ ਸਵਾਦ ਆਊਗਾ ਸੌਖੀ ਜੀ ਮੌਤ ਹੈ ਤਾਂ ਯਾਰ ਪਾਪੀ ਬੰਦਿਆਂ ਦੇ ਕੀੜੇ ਪੈ ਜਾਂਦੇ ਨੇ ਮੇਰੇ ਸੜੇ ਤੇ ਇੰਥੇ ਪਤਾ ਲੱਗਦਾ ਵੀ ਮੈਂ ਕੋਈ ਪਾਪ ਨਹੀਂ ਕਰਿਆ ਮੈਂ ਕਿਸੇ ਦਾ ਮਾੜਾ ਨਹੀਂ ਕਰਿਆ ਐਨੀ ਸੌਖੀ ਮੌਤ ਉਹ ਤਾਂ ਮੈਂ ਮੰਨਦਾ ਵੀ ਮੈਂ ਕੱਪੜਾ ਲੇਟ ਫਿਟ ਕਰ ਦਿੰਦਾ ਪਰ ਮੈਂ ਕੰਮ ਜੀ ਲਾ ਕੇ ਕਰਦਾ ਹਾਏ ਓਏ ਕਿੰਨਾ ਨਜ਼ਾਰਾ ਹੋਗਾ ਓਏ ਨਜ਼ਾਰੇ ਆਉਣਗੇ ਨਜ਼ਾਰੇ ਜਾਣਗੇ ਜਦੋਂ ਸਾਰਾ ਕਰੰਟ ਲੱਗੂਗਾ ਆਦ ਮੈਂ ਕਿਵੇਂ ਸੁਬਸੋ ਮੈਨੂੰ ਕਰੇ ਬਲਕੀ ਕੰਮ ਹਾਏ ਓਏ ਹਾਂ ਓਏ ਮੁੰਦਰੀ ਹਮ ਅੱਜ 12 15 ਤੇ ਜਮਦੂਤ ਨੇ ਮੇਰੀ ਜਾਨ ਕੱਢੀ ਏ ਹਾਏ ਉਸਤਾਦ ਸੱਚੀ ਤੁਸੀਂ ਮਰ ਜਾਣਾ ਜਾਂਦੇ ਜਾਂਦੀ ਕਰੀਲਤਾ ਬਣਾ ਲਓ ਉਹ ਕਹਿੰਦੇ ਨਹੀਂ ਮਨਾ ਮਰ ਜਾਣਿਆ ਪਿੱਛੀ ਯਾਦਾਂ ਰੀ ਜਾਣਿਆ ਮਨ ਮਰੀ ਉਹ ਸਾळ्या ਤੈਨੂੰ ਰੀਲਾਂ ਦੀ ਪਈ ਹੈ ਮੈਨੂੰ ਜਾਣ ਤੇ ਬਣੀ ਪਈ ਐ ਮੈਂ ਸਾਰੀ ਰਾਤ ਸੁੱਤਾ ਨਹੀਂ ਮੈਨੂੰ ਮੌਤ ਨਜ਼ਰ ਆਈ ਗਈ ਓਏ ਮੈਨੂੰ ਜਮਦੂਤ ਕਹਿੰਦਾ ਤੇਰੀ ਮੌਤ ਕਰੰਟ ਲੱਗਣ ਨਾਲ ਹੋਣੀ ਐ ਹਈ ਛਟਕੀ ਲੱਗਣੀ ਆਂ ਮੁੰਦਰੀ ਮੈਨੂੰ ਤੂੰ ਹੀ ਬਚਾ ਸਕਦਾ ਤੂੰ ਜਾ ਕੇ ਟਰਾਂਸਫਾਰਮਰ ਦੀ ਸੁੱਚ ਚੱਕਣੀ ਐ ਤੇ ਆਪਾਂ ਕੱਪੜੇ ਬਾਹਰੋਂ ਪ੍ਰੈਸ ਕਰਾ ਲਾਂਗੇ ਨਹੀਂ 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 ਜਮਦੂਤ ਨਾਲ ਧੋਖਾ ਨਹੀਂ ਕਰਨਾ ਤੇਰਾ ਜਮਦੂਤ ਸੜਾ ਯਾਰ ਲੱਗਦਾ ਹੈ ਹੈ ਮੇਰੀ ਗੱਲ ਸੁਣ ਤੂੰ ਕਦੇ ਮੇਰੇ ਕੰਮ ਨਹੀਂ ਆਇਆ। ਨਹੀਂ ਨਹੀਂ ਓਸਤ ਇਹ ਗੱਲ ਨਹੀਂ ਗੱਲ ਤਾਂ ਇਹ ਹੈ ਵਿਚਾਰਾ ਇੰਨੀ ਦੂਰੋਂ ਆਇਆ ਹੈ ਤੇ ਤੂੰ ਉਹਨੂੰ ਖੱਜਲ ਖਵਾਰ ਕਰੀ ਜਾਣਾ। ਵੈਸੇ ਵੀ ਅੱਜ ਮਰਨਾ ਕੱਲ ਮਰਨਾ ਮਰ ਕੇ ਸਿਆਪਾ ਖਤਮ ਕਰ ਪਰਾਂ। ਓ ਮੁੰਦਰੀ ਹਾਂ ਮੈਂ ਤੇਰੇ ਕਿੰਨਾ ਕੰਮ ਆਇਆ। ਦੁੱਖ ਦੇ ਸੁੱਖ ਦੇ ਵਿੱਚ ਤੇਰੇ ਕਿੱਥੇ ਨਹੀਂ ਖੜਿਆ। ਦੇਖ ਲਾ ਤੇਰੀ ਮਾਂ ਬਿਮਾਰ ਹੋ ਗਈ ਸੀ। ਮੈਂ ਹਸਪਤਾਲ ਵਿੱਚ ਉਹਦਾ ਇਲਾਜ ਕਰਾਇਆ। ਤੇਰੇ ਪਾਪੇ ਦੀ ਲੱਤ ਟੁੱਟ ਗਈ ਸੀ ਮੈਂ ਉਸ ਲੱਤ 'ਚ ਪਲਸਟਰ ਕਰਵਾਇਆ ਅੱਜ ਤੂੰ ਤੂੰ ਮੈਨੂੰ ਔਖੀ ਕੜੀ ਦੇ ਵਿੱਚ ਛੱਡ ਕੇ ਮੈਨੂੰ ਛੱਡ ਰਿਹਾ ਹੈ ਨਹੀਂ ਉਸਤਾਦ 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 ਰੋਣਾ ਮੈਥੋਂ ਗਲਤੀ ਹੋ ਗਈ ਆਮ ਸੌਰੀ ਉਸਤਾਦ ਮੈਂ ਹਮੇਸ਼ਾ ਤੇਰੇ ਨਾਲ ਖੜਾ ਕੋਈ ਨਾ ਮੈਂ ਸਵੇਰ 7 ਵਜੇ ਜਾ ਕੇ ਰੂ ਮੈਂ ਟ੍ਰਾਂਸਫਰਮਰ ਦੀ ਸੋਰ ਚੱਕ ਦਿਆ ਕਰੂੰ ਹਾਏ ਓਏ ਦਿਲ ਜਿੱਤ ਲਿਆ ਓਏ ਪਰ ਮੇਰੀ ਇੱਕ ਸ਼ਰਤ ਹੈ ਓ ਕਿਹੜੀ ਮੈਨੂੰ ਇੱਕ ਹਫ਼ਤੇ ਦੀ ਛੁੱਟੀ ਚਾਹੀਦੀ ਕਾਦੇ ਵਾਸਤੇ ਮੈਂ ਬਾਮਣਾ ਦਲਵੀਰ ਰਗੁਨਾਥ ਦਾ ਬੋਬੀ ਅਸੀਂ ਪਹਾੜਾਂ ਤੱਕ ਨੂੰ ਮੰ ਜਾ ਰਹੇ ਹਾਂ ਜੇ ਮੈਂ ਬਚ ਗਿਆ ਹਾਂ ਜਿੱਥੇ ਮਰਜੀ ਜਾਇ ਮੈਂ ਤਾਂ ਆਪ ਵੀ ਜਾਊਗਾ ਬਸ ਹਾਂ ਤੂੰ ਸੱਚ ਚੱਕਦੀ ਪੱਕਾ ਉਹ ਜਮਦੂਤ ਨੂੰ ਜੇ ਪਾਗਲ ਨਾ ਕਰਿਆ ਤਾਂ ਮੈਨੂੰ ਵੀ ਚਿੰਬੇ ਦਾ ਪੁੱਤ ਨਾ ਕੀ ਆ ਜਾ ਵੀ ਆ ਜਾ ਆ ਜਾ ਵੀ ਜਮਦੂਤ ਬੜੇ ਭਾਈ ਹਾਂ ਆ ਸਾਡਾ ਉਜੜਿਆ ਹੋਇਆ ਚਮਨ ਹੈ ਜੀ ਬੇਬੜ ਮੇਲੀ ਪੈਲੇ ਆਹ ਜਾਨਵਰ ਜਾਂ ਕਿੱਥੋਂ ਚੱਕ ਲਿਆ ਆ ਮੇਥਾ ਨਹੀਂ ਲੈਂਦਾ ਇਹਦਾ ਲੰਗਰ ਆ ਨਵਾਂ ਪੁਰਾਣਾ ਦੱਦ ਲਾਤਾ ਮੇਰੀ ਜਾਨ ਨੂੰ ਓਏ ਹੋਏ ਉਹ ਬੇਸੂਰੀਏ ਇਹ ਇਸ ਮੁਲਕ ਦਾ ਨਹੀਂ ਉੱਤੋਂ ਪਰਲੋਕ ਤੋਂ ਆਇਆ ਅੱਜ ਇਹਨੇ 12-15 ਤੇ ਮੇਰੀ ਜਾਨ ਕੱਢਣੀ ਆਏ ਮੈਂ ਸਦਕੇ ਜਾਵਾ ਬੇਵਿਰ ਤੇਤੋਂ ਬਾਹਰੇ ਜਾਵਾ ਤੂੰ ਖੜਾ ਕੱਦਿਆਂ ਬੈਠ ਬੈਠ 6 ਦਿਨ ਬਹਿ ਜਾ ਨਾਲੇ ਨਾ ਇਹਨੇ ਸਾਰੀ ਦੁਨੀਆ ਤੇ ਪਾਈ ਪਈਆ ਕਿਸੇ ਦਾ ਲੀੜਾ ਟਾਈਮ ਸਰ ਨਹੀਂ ਦਿੰਦਾ ਲੋਕੀ ਤੜਕੇ ਹੀ ਇਹਦੀ ਜਾਨ ਨੂੰ ਰੋਣ ਘਰੇ ਆ ਜਾਂਦੇ ਨੇ ਓ ਇਹ ਬੀਬੀ ਕੌਣ ਹੈ ਏ ਮੇਰੀ ਮੂੰਹ ਬੋਲੀ ਘਰ ਵਾਲੀ ਐ ਹਾਂ ਮੂੰਹ ਬੋਲੀ ਘਰ ਵਾਲੀ ਉਹ ਫੇਰ ਤਾਂ ਭਰਾਵਾ ਤੂੰ ਨਰਕ ਇੱਥੇ ਬੜਾ ਭੋਗੀ ਬੈਠਾ ਤੈਨੇ ਕਿ ਨਰਕ ਭੋਗਿਆ ਨਰਕ ਤਾਂ ਇਹਨੇ ਮੇਰੀ ਜ਼ਿੰਦਗੀ ਕੀਤੀ ਪਈਆ ਲਾਂਚ ਤਾਂ ਸਾਈ ਮੋਦੀ ਨੂੰ ਵੀ ਪਿੱਛੇ ਛੱਡ ਗਿਆ ਸੁੱਡੜ ਜਾ ਮੋਦੀ ਨੂੰ ਦੇਖ ਲੈ ਦੇਖ ਲੈ ਜਮਦੂਤ ਭਾਈ ਸਾਹਿਬ ਮੇਰੀ ਮੌਤ ਦੀ ਸਭ ਤੋਂ ਵੱਧ ਇਹਨੂੰ ਖੁਸ਼ੀ ਹੈ ਰੱਬ ਦੇ ਵਾਸਤੇ ਮੈਨੂੰ ਨਾ ਮਾਰ ਓ ਬੀਬੀ ਓ ਕਿਸੇ ਦੀ ਮੌਤ ਤੇ ਖੁਸ਼ ਹੋਣ ਵਾਲੀ ਐ ਇਹ ਨਾ ਪੁੱਲ ਕੱਲ ਨੂੰ ਤੇਰੀ ਵੀ ਮੌਤ ਆਉਣੀ ਐ ਦੇਖ ਮੈਂ ਮੌਤ ਤੋਂ ਜਮਾਂ ਨਹੀਂ ਡਰਦੀ ਆ ਕਰੋੜੀਮਲ ਸੌਦੇ ਵਾਲਾ ਜਿਹੜਾ ਉਹਦਾ ਪੂਰਾ 3500 ਰੁਪਿਆ ਦੇਣ ਵਾਲਾ ਦੁੱਧ ਵਾਲੇ ਦਾ 2600 ਦੇਣ ਵਾਲਾ ਜੇ ਇਹ ਮਰ ਗਿਆ ਲੋਕੀ ਤਾਂ ਮੇਰੀ ਜਾਨ ਨੂੰ ਰੋਣਗੇ ਨਾ ਨਾਲੇ ਗੱਲ ਸੁਣ ਇਹਨੂੰ ਮੂੰਹ ਕਰ ਆ 12 15 ਛੇ ਜੀ ਖਾਸਾ ਟਾਈਮ ਪਿਆ ਤੂੰ ਇਹਦਾ ਕੋ ਗਜਤ ਹੁਣੇ ਕਰ ਦੇ ਓਏ ਐ ਨਹੀਂ ਮਰਦਾ ਤੈਨੂੰ ਲੈ ਕੇ ਮਰੂੰ ਮੈਂ ਲੈ ਕੇ ਮਰੂੰ ਭੇੜੇ ਦੇ ਕੌੜੇ ਵਾਲੀ ਐ ਚੱਲ ਮੇਰੀ ਗੱਲ ਸੁਣ ਜਮਦੂਤ ਭਾਈ ਸਾਹਿਬ ਕੋਈ ਨਾ ਸਾਡੇ ਤਾਂ ਇਹ ਹਾਲ ਚੱਲਦਾ ਰਹਿੰਦਾ ਸਾਡੇ ਤਾਂ ਤਿੰਨ ਸ਼ੋਅ ਚੱਲਦੀ ਰਹਿੰਦੇ ਨੇ ਪੂਰੇ ਬੈਠ ਮੈਂ ਤੇਰੇ ਵਾਸਤੇ ਕੈਪਟਨ ਦਾ ਪ੍ਰਬੰਧ ਕਰਦਾ ਕੈਪਟਨ ਕੱਟਾ ਦੇ ਭਾਈ ਮੈਨੂੰ ਇਹ ਦੱਸ ਤੂੰ ਕੀ ਪੀਏਗਾ ਤੇਰੇ ਵਾਸਤੇ ਦੁੱਧ ਚ ਪੱਤੀ ਪਾ ਦੇ ਨਹੀਂ ਮੈਨੂੰ ਖੂਨ ਚ ਪੱਤੀ ਪਾ ਦੇ ਖੂਨ ਚ ਪੱਤੀ ਦੇਖਿਆ ਤੁਸੀਂ ਕਿੰਨਾ ਲਹੂ ਚਿੱਟਾ ਹੋ ਗਿਆ ਰਿਸ਼ਤਿਆਂ ਦੀ ਪੂਰਾ ਕਦਰ ਹੀ ਨਹੀਂ ਰਹੀ ਇੱਕ ਸਮਾਂ ਹੁੰਦਾ ਸੀ ਜਦੋਂ ਔਰਤਾਂ ਆਪਣੇ ਪਤੀ ਨੂੰ ਪਰਮੇਸ਼ਰ ਸਮਝਦੀਆਂ ਸੀ ਤੇ ਅੱਜ ਅੱਜ ਸੇਵਕ ਦਰਜੀ ਵਰਗਿਆਂ ਦੀ ਜੂਨ ਕੁੱਤੇ ਨਾਲੋਂ ਭੈੜੀ ਹੋ ਗਈ ਹੈ ਦਾ 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 ਰਿਆ ਹਾ ਹਾਈ ਮੇ ਕਿੱਦਾਂ ਉਸਤਾਦ ਜੀ ਵਰਦੀ ਮੇਰੀ ਸੋਹਣੀ ਲੱਗਦੀ ਮੈਂ ਪੁਲਿਸ ਚ ਭਰਤੀ ਹੋ ਜਾਊਂਗਾ ਉਹ ਬੜਾ ਮਨਹੂਸ ਲੱਗਦਾ ਓਏ ਮੁੰਡੇ ਕੁੜੀਆਂ ਦੀ ਭਰਤੀ ਹੁੰਦੀ ਹੈ ਉਹ ਤੇਰੇ ਵਰਗਿਆਂ ਦੀ ਤੇਰੇ ਵਰਗਿਆਂ ਦੀ ਸਲੂਨ ਚ ਭਰਤੀ ਹੁੰਦੀ ਹੈ ਕੰਮ ਕਰ ਲੈ ਸੜਿਆ ਵਰਦੀ ਪਾ ਕੇ ਖੜਾ ਕੰਮ ਕਰ ਵਰਦੀ ਪਾਈ ਰੱਖੇ ਦੇਖ ਆਹ ਪਰੋਣੇ ਦੀ ਸ਼ਰਮ ਖਾਲਾ ਮੈਂ ਤਾਂ ਕੰਜਰ ਦਾ ਇੱਕ ਪਾਸਾ ਕਰਕੇ ਜਾਉਂਗੀ ਮੈਂ ਤਾਂ ਮਰ ਜੇ ਤੇਰੇ ਫੇਫਰੇ ਜਾਵਾਂ ਗਲ ਜੜ ਬੇ ਮੈਨੂੰ ਐਂ ਦੱਸ ਸਾਡੇ ਬੁੜੇ ਦੇ ਚਾਦਰੇ ਸਿਉਣ ਕਿਉਂ ਨਹੀਂ ਮਾਰ ਕੇ ਦਿੰਦਾ ਬੇ ਤੇਰੇ 2 ਮਿੰਟ ਦਾ ਕੰਮ ਆਵੇ ਉਹਦੇ ਚਾਦਰੇ ਸਿਉਣ ਕਿਉਂ ਨਹੀਂ ਮਾਰਦਾ ਕਿਉਂ ਨਹੀਂ ਮਾਰਦਾ ਕਹਿ ਲੋ ਕਿਉਂ ਮਾਰੇ ਬਚਨ ਬੋਲਦੀ ਜਾਂਦੀ ਵਰੀ ਕੱਲ ਨੂੰ ਲੈ ਜੀ ਅੱਡੇ ਦੀ ਸੌ ਲੱਗੇ ਚੱਲ ਵੇ ਤੇਰੀ ਤਾਂ ਕੱਲ ਹੀ ਨਹੀਂ ਆਉਂਦੀ ਇਹ ਜਨ ਮੌਤ ਵੀ ਨਹੀਂ ਪੈਂਦੀ ਹਾਈ ਹਾਈ ਕਿੰਨੋ ਪੈਣ ਵਾਲੀ ਆ ਅੱਜ 12 15 ਤੇ ਹਾਂ ਹੋਰ ਕੀ ਹੋ ਗਿਆ 12 15 ਤੇ ਬੱਸ ਆ ਵੇਖ ਪਰ ਲੋਕ ਤਾਂ ਪੁਰਾਣਾ ਹੀ ਬੈਠਾ ਉਹ ਆ ਕੀ ਪਟਾਈ ਬੈਠੇ ਆ ਵੇ ਹਾਏ ਮਰ ਤੈਨੂੰ ਕਰਦੇ ਸੀ ਸਵਾਸਤਰੀਕਾਲ ਭਾਈ ਸਤਿ ਸ੍ਰੀਕਾਲ ਲਾ ਦੇਖੀ ਮੂੰਹ ਤਾਂ ਆ ਜਾਵਾਏ ਬੰਦੇ ਰਗਾ ਤੇਆ ਸਿੰਘ ਜੀ ਹਾਏ ਵਾਤ ਕੀ ਬੇ ਭਾਈ ਸੱਚ ਤੈਨੂੰ ਗੱਲ ਕਹਿਣੀ ਸੀ ਭਲਾ ਇਸ ਤਰ੍ਹਾਂ ਪਿੰਡ ਕੋਈੜਾਗਾ ਮੇਰਾ ਪਿੰਡਾ ਯਮ ਲੋਕ ਇਹ ਬੜੀ ਬਰਨ ਵਾਲੇ ਕੋਲੇ ਨਹੀਂ ਮੈਂ ਮੇਕੇ ਪਧਾਉੜਾ ਨਾ ਤਾਂ ਕਰਕੇ ਨਹੀਂ ਹਾਂ ਇਹ ਨਰਕ ਲੋਕ ਕੋਲੇ ਹਾਂ ਕਿਸੇ ਗੰਦੇ ਨਾਲੇ ਕੋਲੇ ਹੋਊਗਾ ਤਾਂ ਹੀ ਤਾਂ ਹਜਨਗਾ ਬੇ ਭਾਈ ਮੇਰੀ ਗੱਲ ਸੁਣ ਹਾਂ ਆ ਜਿਹੜਾ ਸੇਵ ਕਲੰਡਰ ਆ ਨਾ ਇਹਨੂੰ ਜਦੋਂ ਲੈ ਕੇ ਗਿਆ ਇਹਨੂੰ ਕਿਸੇ ਕਿਤੇ ਮਿਲ ਜੂਰ ਪਾਈ ਇਹਨੇ ਸਾਰੇ ਪਿੰਡ ਦਾ ਲਹੂ ਪੀਤਾ ਪਿਆ ਹੋਇਆ ਤੇ ਮੇਰਾ ਤਾਂ ਬਲੱਡ ਪੂਰਾ ਵਧਾ ਕੇ ਰੱਖਦਾ ਹੈ ਓਕੇ ਲੋ ਅੱਡੇ ਦੀ ਸੌ ਕੱਲ ਨੂੰ ਲੈ ਜੀ ਮੈਂ ਤੂੰ ਮੇਰਾ ਲੀੜਾ ਮੋੜ ਦੇ ਮੈਂ ਮਰਨ ਵਾਲੇ ਬੰਦੇ ਦੇ ਹੱਥ ਜਮਾ ਨਹੀਂ ਲੱਗਣ ਦੇਣੇ ਚਾਚੀ ਚਲ ਜਾਂਦੀ ਵੇ ਤੂੰ ਵਿਚਾਰੇ ਨੂੰ ਮਾਫ ਕਰ ਦੇ ਚੱਲ ਵੇ ਟੋਬੇ ਦਾ ਗਵਾ ਡੱਡੂ ਓਏ ਕੋਈ ਗੱਲ ਨਹੀਂ ਚੁੱਪ ਕਰ ਤੂੰ ਪਹਿਲਾਂ ਤੇਰੇ ਕੱਪੜੇ ਤਿਆਰ ਕਰਵਾਉਣੇ ਆ ਓਏ ਸੇਵਕਾ ਪਹਿਲਾਂ ਇਹਨਾਂ ਦੇ ਕੱਪੜੇ ਸੌਕੇ ਦੇ ਜੋ ਹੁਕਮ ਮੇਰੇ ਸਤਕਾਰਯੋਗ ਜੀਜਾ ਜੀ ਲੈ ਇਹਨੇ ਕਹਿਤਾ ਮੈਤੋ ਲੈ ਜੀ ਨਾਲੇ ਕਹਿ ਲੋ ਤੈਂ ਆਉਤ ਦੀ ਸਮਾਦ ਵਾਂਗੂ ਮੂੰਹ ਕਿਉਂ ਲੈ ਪ੍ਰਖਿਆ ਮੈਂ ਮੈਂ ਤਾਂ ਸਾਹ ਫੁੱਜੜਨਾ ਸੀ ਆ ਥੋੜੇ ਕੰਜਰਖਾਨੇ ਚ ਲੇਟ ਹੋਈ ਜਾਨੀਓ ਪਤਾ ਨਹੀਂ ਕਦੋਂ ਜਾਉਂਗੀ ਵੇ ਭਾਈ ਸੱਚ ਆ ਉਹਦਾ ਨੰਬਰ ਹੀ ਦੇ ਦੇ ਸੱਚੀ ਸ਼ਰਮਿੰਦੀ ਬਗਾਨੇ ਬੰਦੇ ਨੰਬਰ ਮੰਗਦੀਆਂ ਚੱਲ ਵੇ ਵੇ ਭਾਈ ਸੱਚ ਖਾਏਗਾ ਕਿ ਇੱਕ ਵਾਰੀ ਫੇਰ ਦੱਸ ਦੇ ਕੱਟਾ ਹਾ ਵੇ ਤੁਸੀਂ ਮਰ ਜਾਓ ਜਹੇ ਜਹ ਗੰਦਾ ਬੰਦਾ ਬੰਦਾ ਹੋ ਜਿਆ ਗੰਧੀਆਂ ਚੀਜ਼ਾਂ ਖਾਂਦਾ ਓਏ ਕੌਣ ਸੀ ਇਹ ਕਿਵੇਂ ਖੁੱਲੀ ਜੀ ਫਿਰਦੀ ਐ ਇਹ ਕੈਲੋਤੀ ਸਾਡੇ ਪਿੰਡ ਦੀ ਸਰਸੇ ਵਾਲੇ ਬਾਬੇ ਦੀ ਭਗਤਣੀ ਐ ਹੂੰ ਹੋਏ ਸੇਵਕਾ ਪਹਿਲਾਂ ਕੈਲੋ ਦਾ ਕੰਮ ਨਿਬੜੀ ਹੁਣ ਨਉ ਵੀ ਰਹਿਣ ਦੀ ਇਸ ਤੋਂ ਵੀ ਕਾਲੇ ਪਏ ਐ ਪਹਿਲਾਂ ਉਹਨਾਂ ਦਾ ਕਾਰ ਕੰਮ ਹੈ ਇੱਕ ਤਾਂ ਮੈਨੂੰ ਐ ਸਮਝ ਨਹੀਂ ਲੱਗਦੀ 12 15 ਹੋਣ ਵਾਲਿਆ ਲੇਟ ਕਿਉਂ ਨਹੀਂ ਆਇਆ ਸਾਡੇ ਪਾਰਟ ਚ ਨਹੀਂ ਆਉਂਦੀ ਆਪ ਦੇ ਹਿਸਾਬ ਨਾਲ ਆਉਂਦੀ ਆ ਹਾਂ ਹੈਲੋ ਤੇਰੇ ਗਾਲਾਂ ਕਾ ਤੋ ਕੱਢੀ ਜਾਣਾ ਹੈ ਯਰ ਤੂੰ ਐਡੇ ਵੱਡੇ ਮਿਲਕਿਚ ਰਹਿਣਾ ਗਾਲਾਂ ਕਰਦਾ ਤੋ ਸੁਣਾ ਲੱਗਦਾ ਮੈਨੂੰ ਹਾਂ ਕਪੜੇ ਤੇਰੇ ਤਿਆਰ ਨੇ ਲਫਾਪੇ ਚ ਪਾਏ ਪੈਨੇ ਪ੍ਰੈਸ ਕਰੇ ਪੈਨੇ ਯਾਰ ਨਾ 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 ਦੁਕਾਨ ਤੇ ਨਹੀਂ ਮੈਂ ਦੁਕਾਨ ਤੇ ਹੈ ਨਹੀਂ ਮੈਂ ਤਾਂ ਕਾਰੀ ਕਰਦੇ ਕਰਿਆ ਕਾਰੀ ਕਰਦਾ ਪੇ ਫਹਾ ਲੈ ਕੇ ਮਰਗ ਸੰਸਕਾਰ ਕਰਾ ਰਿਆ ਹਾਂ ਪਰਸੋਂ ਲਈ ਦੀ ਹਾਂ ਪਰਸੋਂ ਲਈ ਦੀ ਅੱਡੇ ਦੀ ਸੋ ਇਹ ਸੇਬ ਦੀ ਜਵਾਨ ਹੈ ਧਰਤੀ ਐ ਤਾਂ ਹਕਮ ਸਕਦੀ ਐ ਪਰ ਜਵਾਨ ਨਹੀਂ ਬਦਲਦੀ ਹਾਂ ਯਾਰ ਕਿੱਡਾ ਝੂਠਾ ਬੰਦਾ ਤੂੰ ਝੂਠ ਬਿਨਾ ਤਾਂ ਦੁਕਾਨਦਾਰੀ ਨਹੀਂ ਚੱਲਦੀ ਸਮਝ ਗਿਆ ਐ ਉਹ ਮੈਨੂੰ ਤਾਂ ਐ ਸਮਝ ਨਹੀਂ ਲੱਗਦੀ ਤੇਰੇ ਘਰ ਦੇ ਤੈਨੂੰ ਕਿਵੇਂ ਬਰਦਾਸ਼ਤ ਕਰਦੇ ਨੇ ਯਾਰ ਓਏ ਮੰਦਰੀ ਹਾਂ ਯਾਰ ਲਾਈਟ ਕਦੋਂ ਕਾਊਗੀ ਮੇਰੇ ਹਿਸਾਬ ਨਾਲ ਤਾਂ ਨਹੀਂ ਆਉਂਦੀ ਕੋਈ ਖਰਾਬੀ ਲੱਗਦੀ ਆ ਓਹੋ ਓ ਮੇਰੀ ਗੱਲ ਸੁਣ ਕਿਉਂ ਨਾਲੇ ਸਾਡਾ ਟਾਈਮ ਖਰਾਬ ਕਰੀਂ ਨਾ ਨਾਲੇ ਆਪ ਦਾ ਟਾਈਮ ਖਰਾਬ ਕਰੀਂ ਨਾ ਬੈਠੇ ਦੇਖੀ ਕੀ ਹੁੰਦੀ ਕਹਿੰਦੀ ਸ਼ੋਰੇ ਕਰੀ ਜਾਂਦਾ ਜਾਂ ਹੋਰ ਕੰਮ ਕਰ ਲਾ ਜਾ ਮੇਰੀ ਗੱਲ ਸੁਣ ਲੈ ਆ ਮੈਂ 10 ਵਾਰੀ ਮਿਲ ਲਿਆ ਮੈਂ ਤਾਂ ਨਾ ਭੁੱਲ ਜਾਣਾ ਯਾਰ ਤੂੰ ਮੇਰੇ ਸਾਹਮਣੇ ਬੈਠਾ ਮੈਨੂੰ ਤਾਂ ਮੌਤ ਨਜ਼ਰ ਆ ਰਹੀ ਹੈ ਕਿਸੇ ਬਸ ਇਧਰ ਉਧਰ ਵਗ ਜਾ ਘੁੰਮਿਆ ਸ਼ੇਅਰ ਕਰਿਆ ਫੋਨ ਸੁਣ ਲੈ ਕਰੇ ਨਾਲੇ ਕਰੇ ਫੋਨ ਕਰ ਲੈ ਕਮਾਲ ਕਰੀ ਰੇ ਯਾਰ ਮੈਂ ਤਾਂ ਤੈਨੂੰ ਆਪਣੇ ਨਾਲ ਲੈ ਕੇ ਜਾਊਗਾ ਤੂੰ ਇਨਸਾਨਾਂ ਨੂੰ ਲਾਰੇ ਲਾ ਸਕਦਾ ਮੈਨੂੰ ਨਹੀਂ ਹਾਂ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਪਰਛਾਵਾਂ ਬਣ ਕੇ ਰਹੂੰਗਾ ਸਮਝ ਗਿਆ ਪਰਛਾਵਾਂ ਸੇਵਕਾ ਕੋਸ਼ਿਸ਼ ਵੀ ਹੋ ਜੇ ਚਾਂਟ ਤਾਂ ਮੈਂ ਤੇਰੀ ਅੱਜ ਕੱਢਣੀ ਕੱਢਣੀ ਆ ਹਾਂ ਤੂੰ ਦੇਖਦਾ ਜਾ ਤੇਰਾ ਕੜੱਚ ਗੁੱਲਾ ਤਾਂ ਪੁੱਤ ਅੱਜ ਮੇਰੇ ਹੱਥੋਂ ਹੋਣਾ ਹੈ ਇਹ ਕਿੱਧਰ ਪਾ ਲਿਆ ਇੱਕ ਮਿੰਟ ਇੱਕ ਮਿੰਟ ਬਾਜੀ ਟੋਕਾ ਟੋਕੀ ਨਾ ਕਰਿਆ ਕਰ ਸਮਝ ਗਿਆ ਆਪਣੇ ਕੰਮ ਤੱਕਰ ਮਤਲਬ ਰੱਖਿਆ ਕਰ ਤੇਰਾ ਕੰਮ ਹੈ ਸਿਰਫ ਜਾਨ ਕੱਢਣਾ ਸਮਝ ਗਿਆ ਜਾਨ ਕੱਢਣ ਤੱਕਰ ਮਤਲਬ ਰੱਖਿਆ ਕਰ ਠੀਕ ਹੈ ਨਾ ਤੇਰੀ ਜ਼ਿੰਦਗੀ ਖਤਮ ਕਰਨ ਆਇਆ ਬੱਚੂ ਮੈਂ ਸਾਰਾ ਸਾਰੀ ਥੜੀ ਦੰਦ ਕੱਢੀ ਜਾਊਗਾ ਐਡੀ ਸਿਹਤ ਹੈ ਸਾਡੇ ਦੇ ਦਿਮਾਗ ਇੰਨਾ ਕ ਵੀ ਨਹੀਂ ਚੰਗਾ ਓਏ ਮੈਂ ਕਿੱਥੇ ਜਾਵਾਂ ਹੁਣ ਉਹ ਚੁੱਪ ਕਰਕੇ ਖੜਾ ਰਿਹਾ ਸਾਲਾ ਥੱਪੜੇ ਖਾਵੇਂਗਾ ਮੈਂ ਸਾਲਾ ਇੱਥੇ ਪਰਸਨ ਕਮਾਇਆ ਹੋਇਆ ਸਮਝ ਗਿਆ ਹਾਏ ਹਾਈ ਨਹੀਂ ਮੇਰੀ ਢਿੰਗ 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 ਹਾਏ ਹਾਏ ਰੋਸ਼ਨੀ ਹਾਏ 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 ਤੇਰੇ ਵਿੱਚ ਵਸੇ ਮੇਰੀ ਜਾਨਨੀ ਰੋਸ਼ਨੀ ਤੇਰੇ ਵਿੱਚ ਤੇਰੇ ਵਿੱਚ ਵਸੇ ਮੇਰੀ ਜਾਨ ਰੋਸ਼ਨੀ ਤੇਰੇ ਵਿੱਚ ਤੇਰੇ ਵਿੱਚ ਵਸੇ ਮੇਰੀ ਜਾਨ ਰੋਸ਼ਨੀ ਤੇਰੇ ਵਿੱਚ ਹਾਏ ਨੀ ਤੇਰੇ ਵਿੱਚ ਆ ਲੈ ਰੋਸ਼ਨੀ ਤੇਰੇ ਵਾਸਤੇ ਕੀ ਚੂਤੇ ਸੀਤਾ ਫਲ ਲੈ ਕੇ ਆਇਆ ਸਾਂਭ ਲੈ ਮਿੱਠੇ ਮਿੱਠੇ ਨੇ ਮਿੱਠੇ ਤੇਰੇ ਵਰਗੇ ਪਾਕਿਸਤਾਨ ਤੋਂ ਮਗਵਾਏ ਨੇ ਪਾਕਿਸਤਾਨ ਤੋਂ ਦੇਖ ਲੈ ਕੰਟਾ ਹੋ ਗਿਆ ਤੇਰਾ ਇੰਤਜ਼ਾਰ ਕਰਦੀ ਨੂੰ ਇੰਨੀ ਲੇਟ ਆਇਆ ਕੀ ਕਰਾ ਰੋਸ਼ਨੀ ਮੇਰੇ ਸਾਲੇ ਜਮਦੂਤ ਨੇ ਲਹੂ ਪੀ ਰੱਖਿਆ ਮੇਰਾ ਜਮਦੂਤ ਆ? ਇੱਕ ਹੀ ਹੁੰਦਾ ਹੈਗਾ ਇੱਕ ਮੇਰਾ ਸਾਲਾ ਬੇਕਟਾ ਬਾਜਾ ਖਾਨ ਸੂਰਾ ਐਡੀ ਸਾਲੇ ਦੀ ਸਿਹਤ ਹੈ ਦਿਮਾਗ ਮੇਰੇ ਸਾਲੇ ਦਾ ਕਾਣੀ ਕੌਡੀ ਦਾ ਨਹੀਂ ਹੈਗਾ ਉਹਦਾ ਹੈ ਓਏ ਪਰ ਪ੍ਰਵਾਹ ਨਾ ਮੰਨ ਮੈਂ ਉਹਦੀ ਕੋਈ ਪਰਵਾਹ ਨਹੀਂ ਕਰਦਾ ਹੈਗਾ ਮੈਂ ਤਾਂ ਸਾਰੇ ਪਿੰਡ ਨੂੰ ਉਂਗਲਾਂ ਤੇ ਨਾਚ ਨਚਾਉਣਾ ਇਹ ਸਾਲਾ ਜਮਦੂਤ ਕਿਹੜੇ ਬਾਗ ਦਾ ਕੱਦੂ ਹੈ ਪਾਪ ਵਰਗਾ ਤੇਰਾ ਆਸਰਾ ਮਿੱਤਰਾ ਜਿਉਂਦਾ ਰਹ ਸੱਜਣਾ ਆਏ ਹਾਏ 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 ਰੌਸ਼ਨੀ ਜਾਨ ਪਾਤੀ ਸੇਵਕ ਚ ਐਨੀ ਗਰਮੀ ਦੇ ਵਿੱਚ ਠਾਰਤਾ ਸੀਨਾ ਹਾਂ ਸੱਚ ਮੈਨੂੰ 5000 ਰੁਪਏ ਗੂਗਲ ਪੇ ਹੀ ਕਰ ਦੇ ਪਾਪ 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 5000 ਇਹਨੇ ਬੇਸਿੱਦਗੀ ਕਰਨੇ ਨੇ ਅੱਜ ਕਾਰੀ ਕਰਦੀ ਮਾਂ ਮਰ ਗਈ ਤੀ ਮਨੂ ਪਾਕੇ ਹਟਿਆ 10000 ਕੋਈ ਨਾ 10000 ਕਰਾ ਦੇਣਾ ਤੈਨੂੰ ਇਹ ਆ ਲੈ ਇਹ ਆ ਲੈ ਆ ਲੈ ਤੂੰ ਤਾਂ ਉੱਤੀ ਪਈਆਂ ਏ ਆ ਗਿਆ ਮੈਂ ਸਜ ਆਏ ਹਾਏ ਹੋਰ ਬੋਲ ਕੀ ਚਾਹੀਦਾ ਕੱਲ ਨੂੰ ਸੱਚਾ ਹਾਂ ਕੱਲ ਨੂੰ ਨਾ ਮੈਨੂੰ ਇੱਕ ਸੋਹਣਾ ਜਾ ਪਲਾਜ਼ਾ ਲਿਆ ਦੀ ਹਾਏ ਫਿਰ ਤੂੰ ਪਲਾਜੋ ਪਾ ਕੇ ਨਾ ਸਰਪੰਚਣੀ ਲੱਗੇਗੀ ਚੰਗਾ ਮੈਂ ਹੁਣ ਚੱਲਦਾ ਦੁਕਾਨ ਦਾ ਟਾਈਮ ਹੋਇਆ ਪਿਆਗਾ ਠੀਕ ਹੈ ਕੱਲ ਨੂੰ ਤੈਨੂੰ ਇੱਥੇ ਮਿਲੂੰਗਾ ਤੂੰ ਬੱਸ ਇੰਤਜ਼ਾਰ ਕਰਦੀ ਰਹਾ ਕਰ ਮੇਰਾ ਹਾਂ ਕੱਲੂ ਬੋਲ ਇੱਕ ਤਾਂ ਪਲਾਜੋ ਚਾਹੀਦਾ ਹੋਰ ਕੀ ਚਾਹੀਦਾ ਇੱਕ ਬਸ ਟਾਈਮ ਤੇ ਆ ਜੀ ਹਾਏ ਮੈਂ ਇੰਤਜ਼ਾਰ ਨਾ ਕਰਾਈ ਹਾਏ ਓਏ ਮੇਰਾ ਇੰਤਜ਼ਾਰ ਤੇਰੇ ਕਰਕੇ ਬਚਿਆ ਪਿਆ ਨਹੀਂ ਮੇਰੇ ਸਾਡੇ ਜਮਦੂਤ ਨੇ ਮੇਰੀ ਜਾਨ ਕੱਢ ਲੈਣੀ ਸੀ ਤੇਰੇ ਭਾਗਾ ਦਾ ਬਚ ਗਿਆ ਮੈਂ ਨਹੀਂ ਤੇਰੇ ਭਾਗਾ ਦਾ ਭਾਗਾ ਦਾ ਬਚ ਗਿਆ ਰੋਸ਼ਨੀ ਹਾਏ ਦਰਜੀ ਤੇਰੇ ਹੀ ਐ ਚੰਗਾ ਮੈਂ ਚੱਲਿਆ ਹੂੰ ਚੰਗਾ ਏ ਤੇਰੇ ਵਿੱਚ ਵਸੇ ਮੇਰੀ ਜਾਨ ਰੋਸ਼ਨੀ ਤੇਰੇ ਵਿੱਚ ਹਾਂ استاد ਓਏ ਸੜਾ ਤੂੰ ਬਾਹਰ ਬੈਠੀ ਐ ਕੰਮ ਕਰ ਲੈ ਲੈਟ ਤਾਂ ਹੈ ਨਹੀਂ ਕੰਮ ਕੀ ਕਰਾਂ ਏ ਮੇਰੇ ਮਾਲਕ ਗਾਹਕਾਂ ਦੀਆ ਲੈਣਾ ਲਾ ਦੇ ਅੱਜ ਬਿਲਕੁਲ ਨਹੀਂ ਪਹਿਲਾ ਜਿਹੜਾ ਕੰਮ ਫੜਿਆ ਹੋਇਆ ਉਹ ਪੂਰਾ ਕਰ ਸਾਲਾ ਟੁੱਟੇ ਛਤਰੰਗੂ ਵੱਧਦਾ ਹੀ ਤੁਰਿਆ ਜਾਂਦਾ ਓਏ ਕਿਉਂ ਮਨਹੂਸ ਗੱਲਾਂ ਕਰਦਾ ਹੁੰਦਾ ਗਾਕ ਰੱਬ ਦਾ ਰੂਪ ਹੁੰਦਾ ਗਾਕ ਨੂੰ ਕਦੇ ਖਾਲੀ ਨਹੀਂ ਮੜਿਆ ਜਾਂਦਾ ਹੈਗਾ ਤੂੰ ਖਾਲੀ ਮੁਰ ਜਾ ਮੈਂ ਖਾਲੀ ਨਹੀਂ ਮੁਰਦਾ ਇੱਥੇ ਮੈਂ ਤੈਨੂੰ ਲੈ ਕੇ ਜਾਊਂਗਾ ਪੰਜ ਦਿਨ ਹੋ ਗਏ ਮੈਨੂੰ ਆਏ ਨੂੰ ਸਾਲਾ ਕੁੱਤੇ ਵਾਂਗੂ ਮਗਰ ਲਈ ਫਿਰਦਾਗਾ ਮੈਨੂੰ ਬਾਰੀ-ਬਾਰੀ ਲਾਰੇ ਲਈ ਜਾਂਦਾਗਾ ਮੇਰੇ ਨਾਲ ਜਾਂਦਾ ਹੀ ਨਹੀਂ ਤਿਆਰ ਹੋ ਕੇ ਮੇਰੀ ਗੱਲ ਸੁਣ ਪਹਿਲਾਂ ਬਹਿ ਜਾ ਇੱਥੇ ਬਹਿ ਜਾ ਬਹਿ ਜਾ ਬਹਿ ਜਾ ਤੇਰੀ ਵਜ੍ਹਾ ਕਰਕੇ ਸਾਲਾ ਮੇਰੇ ਗਾ ਘਟ ਕੇ ਕਮਾਲ ਕਰੀ ਜਾਣਾ ਯਾਰ ਤੂੰ ਬਕਵਾਸ ਬੰਦ ਕਰ ਓਏ ਚੁੱਪ ਕਰਕੇ ਮੇਰੇ ਨਾਲ ਚੱਲ ਓ ਮੈਂ ਕਾ ਕਹਿੰਦੇ ਕੱਪੜੇ ਦੇਣੇ ਮੈਂ ਨਹੀਂ ਜਾਦਾ ਖਾਲੀ ਜਾ ਇੱਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਆ ਬਿਜਲੀ ਕਿਉਂ ਨਹੀਂ ਆਉਂਦੀ ਓਏ ਮੰਦਰੀ ਹਾਂ ਓ ਲਾਈਟ ਕਦੋਂ ਆਉਗੀ ਯਾਰ ਲਾਈਟ ਆਈ ਡੋਨਟ ਨੋ ਮੈਨੂੰ ਨਹੀਂ ਪਤਾਗਾ ਲੈ ਚੰਗਾ ਫਿਰ ਮੈਨੂੰ ਬਿਜਲੀ ਵਾਲਿਆਂ ਦਾ ਨੰਬਰ ਦੇ ਲੈ ਮੈਨੂੰ ਇੱਕ ਪਤਾ ਬਿਜਲੀ ਵਾਲਿਆਂ ਦਾ ਨੰਬਰ ਦੇ ਜਾ ਕੇ ਉੱਥੇ ਜਾ ਉਹਨਾਂ ਦੇ ਮੱਥੇ ਵਿੱਚ ਤਾਰਾਂ ਨਾਲ ਲੱਗ ਮਰ ਜਾ ਪਰ ਦਫਾ ਹੋ ਜਾ ਰੋਟੀ ਖਾਇਆ ਕਰੇ ਜਾ ਕੇ ਓ ਮੈਂ ਰੋਟੀ ਨਹੀਂ ਖਾਣੀ ਮੇਰੇ ਘਰ ਵਾਲੀ ਨੇ ਮੈਨੂੰ ਫੋਨ ਕੀਤਾਗਾ ਮੇਰੇ ਛੋਟੇ ਮੁੰਡੇ ਦਾ ਹੱਥ ਰੱਥ ਦੇ ਪੱਖੇ 'ਚ ਆ ਗਿਆ ਏ ਇਹ ਰਾਥ ਸਾਡੇ ਉਥੇ ਰਸ ਚੱਲਦੇ ਨੇ ਐ ਜਿਵੇਂ ਤੁਹਾਡੇ ਜਹਾਜ਼ ਚੱਲਦੇ ਨੇ ਓ ਛੋ ਛੋ ਜਿਵੇਂ ਕੜੁੱਕੀ ਚੱਲਦੀ ਜਿਵੇਂ ਯਾਰ ਚੱਲਦੇ ਹਾਂ ਅਨਾਲ ਮੇਰੀ ਗੱਲ ਸੁਣ ਲੈ ਜਾ ਕੇ ਉਸਤਾਨੀ ਦਾ ਪਤਾ ਲੈ ਲੈ ਜਮਦੂਤਨੀ ਦਾ ਕਿਸੇ ਹੋਰ ਜਮਦੂਤ ਨਾਲ ਰਸ ਗੁੱਲੇ ਖਾਂਦੀ ਫਿਰਦੀ ਓਏ ਮੇਰਾ ਮਜ਼ਾਕ ਡੋਨੇ ਤੁਸੀਂ ਓ ਜਾ ਕੇ ਕਰੇ ਰੋਟੀ ਖਾਏ ਰੋਟੀ ਦੇ ਖੋਣਾ ਜਿੰਨੇ ਰੋਟੀ ਤਿਆਰ ਬਣੀ ਪਈ ਐ ਜਾ 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 ਕੇ ਖਾਇਆ ਮੋਟਰਸਾਈਕਲ ਦੀ ਚਾਬੀ ਦੇ ਸੜਾ ਤੇਲ ਨਾ ਮੈਂ ਕਹਾਂ ਤੁਰਕੇ ਜਾ ਉੱਥੋਂ ਆ ਸਕਦਾ ਇੱਥੇ ਨਹੀਂ ਜਾ ਸਕਦਾ 100 ਰੁਪਏ ਤੇਲ ਜਾ ਭੱਜ ਜਾ 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 ਤੁਰ ਜਾ ਖੜਾ ਹੋ ਵੱਡਾ ਜਨ ਸਾਲੇ ਦੇ ਜੰਦੂਤ ਨੂੰ ਕੁੱਤਾ ਬਣਾ ਕੇ ਰੱਖ ਪਾਣੇ ਗਿਆ ਉਸਤਾਦ ਗਿਆ ਮੇਰੀ ਗੱਲ ਸੁਣ ਉਸਤਾਦ ਐਂ ਕਰਦੇ ਆਪਾਂ ਉਹਨੂੰ ਖਾਣੇ ਦੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੰਨੇ ਆ ਨਹੀਂ ਓਏ ਸਾੜਾ ਉਹ ਬਾਲ ਬੱਚੇਦਾਰ ਐ ਹੂੰ ਐਵੇਂ ਜਾਗ ਤਾਂ ਤੇਰੀ ਦੀ ਤੇਰੇ ਤੇ ਤਰਸ ਖਾਂਦਾ ਉਹ ਮੇਰੀ ਗੱਲ ਸੁਣੋ ਓਸਤਾਦ ਮੈਂ ਕਿੰਨਾ ਟਾਈਮ ਟ੍ਰਾਂਸਫਰ ਦੀ ਸੁਚਕਦਾ ਰਾਵਾਂਗਾ ਲਾਉਂਦਾ ਰਾਵਾਂਗਾ ਜੇ ਕਿਸੇ ਦਿਨ ਮੈਨੂੰ ਬਿਜਲੀ ਲੱਗੀ ਮੈਨੂੰ ਚੱਕਾ ਲੱਗ ਗਿਆ ਮੇਰੀ ਮੌਤ ਹੋ ਜਾਣੀ ਓਸਤਾਦ ਪਰ ਖਾ ਵੀ ਤੈਨੂੰ ਸੱਚ ਚੱਕਣ ਦੀ ਦੇਣਾ ਕੰਮ ਤਾਂ ਆਪਣਾ ਠੱਪ ਪਿਆ ਆਪ ਤੋਂ ਨੂੰ ਯਾਦ ਐ 1 ਮਿੰਟ ਇੱਥੇ ਰੁਕਿਓ ਇੱਥੇ ਰੁਕਿਓ ਆਪ੍ਰੈਸ ਆਪ੍ਰੈਸ ਇਥੇ ਰਸਨਾ ਤੁਸੀਂ ਮੈਨੂੰ ਲਾ ਲਾ ਕੇ ਕੰਮ ਕਰਵਾਉਂਦੀ ਹੁੰਦੀ ਸੀ ਨਾ ਅੱਜ ਇਹੀ ਪ੍ਰੈਸ ਤੁਹਾਡੀ ਜਾਨ ਦੀ ਵੈਰੀ ਬਣੀ ਪਈ ਆ ਜਿਵੇਂ ਉੱਥੇ ਜਾ ਕੇ ਸੁੱਚ ਨਾ ਚੱਕਾਂ ਉਹ ਤਾਂ ਤੁਹਾਡਾ ਕੋ ਗਚਿਤ ਕਰ ਦੇ ਤੁਹਾਨੂੰ ਪਿਸਲਾ ਕੇ ਮਾਰੂ ਉਸਤਾਦ ਉਹ ਸਾਲਿਆ ਐ ਮਰਹੂਸ ਗੱਲਾਂ ਨਾ ਕਰ ਮੁੰਦਰੀ ਤੇਰੇ ਵਿੱਚ ਤਾਂ ਮੇਰੀ ਜਾਨ ਵਸਦੀ ਹੈ ਤਨਖਾਹ ਵੀ ਤੇਰੀ ਕਿੰਨੀ ਵਧ ਰਹੀ ਹੈ ਜਿਉਂ-ਜਿਉਂ ਮੇਰੀ ਉਮਰ ਵਧ ਰਹੀ ਹੈ ਤੇਰੀ ਤਨਖਾਹ ਵਧ ਰਹੀ ਹੈ ਤੇਰੇ ਵਿੱਚੇ ਵਸਦੀ ਹੈ ਜਾਨ ਮੇਰੀ ਮੁੰਦਰੀ ਤੇਰੇ ਵਿੱਚੇ ਵਸਦੀ ਹੈ ਜਾਨ ਹਾ ਕਰਦੇ ਆ ਆਪਾਂ ਕੰਮ ਕਰਦੇ ਆ ਜਦੋਂ ਤੱਕ ਕੋ ਰੋਟੀ ਖਾ ਕੇ ਆਉਂਦਾ ਓਏ ਤੇਰੇ ਵਿੱਚ ਵਸਦੀ ਆ ਜਾਨ ਲੈ ਲੀਆਸਤਾਂ ਲੈ ਲੀਆਗੀ ਤੇਰੇ ਵਿੱਚ ਵਸਦੀ ਆ ਜਾਨ ਹੂੰ ਹੂੰ ਕੋਈ ਆ ਨਹੀਂ ਜੀ ਇਹ 3 1 ਕਨੂੰ ਬੁਛੋ ਰੇ ਹੂੰ ਹੂੰ ਆ ਲੈ ਫੜ ਬੇ ਹੱਥ ਓਲਾ ਭਰਾਵਾ ਨਾ ਮੇਰੀ ਗੱਲ ਸੁਣ ਤੈਨੂੰ ਜਮਦੂਤ ਕਿਹੜੇ ਕੰਜਰ ਨੇ ਬਣਾਤਾ ਕਿਉਂ ਹਫਤਾ ਹੋ ਗਿਆ ਤੈਨੂੰ ਇੱਥੇ ਧੱਕੇ ਖਾਂਦੇ ਫਿਰਦੇ ਨੂੰ ਤੂੰ ਜਾਣਤਾ ਉਹ ਨਹੀਂ ਕੱਢ ਨਹੀਂ ਸਕਿਆ ਤੇਰਾ ਅਸਲ ਗੱਲ ਪਤਾ ਕੀ ਹੈ ਚੰਦੋ ਮੈਂ ਨਾ ਦੋ ਕਿ ਲੰਡੂ ਜੇ ਪੈਗ ਲਾਉਣ ਤੋਂ ਬਾਅਦ ਟੈਟ ਵਾਲਾ ਹੋ ਜਾਣਾ ਉਹਦੇ ਵਿੱਚ ਆ ਕੇ ਮੈਂ ਇਹਨੂੰ ਦੱਸ ਬੈਠਾ ਵੀ ਤੇਰੀ ਮੌਤ ਪ੍ਰੈਸ ਨਾਲ ਲੱਗਣ ਕਰਕੇ ਹੋਣੀ ਹੈ ਲੈ ਤੂੰ ਸੁਣ ਉਹਦੇ ਦੀ ਨਾ ਬਿਜਲੀ ਨਹੀਂ ਆ ਰਹੀ ਹੁਣ ਮੈਨੂੰ ਤਾਂ ਲੱਗਦਾ ਇਹ ਮੰਦਰੀ ਤੇ ਸੇਵਕ ਨਾਲ ਕੋਈ ਚਲਾਕੀ ਕਰਦੇ ਆਂ ਨਹੀਂ ਇੱਥੇ ਤੂੰ ਗਲਤ ਆ ਜੇ ਇੰਨੇ ਚਲਾਕ ਹੁੰਦੇ ਨਾ ਆ ਪਿੰਡ ਦੇ ਜਣੇ ਖਣੇ ਬੰਦੇ ਤਾਂ ਛਿੱਤਰ ਨਾ ਖਾਂਦੇ ਪਿੰਡ 'ਚ ਕੋਈ ਬੰਦਾ ਨਹੀਂ ਕੋਈ ਬੁੜੀ ਨਹੀਂ ਜਿਹੜਾ ਇਹਨਾਂ ਨੂੰ ਨਾ ਕੁੱਟ ਕੇ ਗਿਆ ਹੋਵੇ ਜੀਨੇ ਕਦੇ ਆਪਦੀ ਜ਼ਿੰਦਗੀ 'ਚ ਕਦੇ ਕੁੱਤੇ ਦੇ ਸੋਟੀ ਨਹੀਂ ਨਾ ਮਾਰੀ ਸੇਵਕ ਤਾਂ ਉਹ ਤੋਂ ਵੀ ਕੁੱਟਖਾਈ ਬੈਠਾ ਆ ਗੱਲ ਤੂੰ ਜਮਾ ਸਹੀ ਕਹੀ ਹੈ ਆ ਗੱਲ ਜਮਾ ਸਹੀ ਆਖੀ ਹੈ ਆ ਪਰਸੋ ਬਹਾਮਣਾ ਦਲਵੀ ਨਹੀਂ ਜਿਹੜਾ ਮੇਰੇ ਸਾਹਮਣੇ ਕੁੱਟ ਕੇ ਗਿਆ ਬਈ ਉਹ ਬੰਦੇ ਨੇ ਇੰਨਾ ਕੁੱਟਿਆ ਬਈ ਕੁੱਟ-ਕਟ ਉਹਨੇ ਲੰਬ ਠਾਤੀ ਇਹਨੇ ਉਂ ਨਹੀਂ ਕੀਤੀ ਯਾਰਾ ਲੈਟ ਦਾ ਕੀ ਬਣੂਗਾ ਇਹ ਕਦੋਂ ਆਉਗੀ ਬੇ ਲੈਟ ਵਾਲਾ ਨੂੰ ਰੋਲਾ ਲੈਟ ਵਾਲੇ ਤਾਂ ਬਾਲੇ ਕੁੱਤੇ ਨੇ ਬਾਲੇ ਕੁੱਤੇ ਨੇ ਤਾਂ ਬਿਲ ਭੇ ਜਿਹੜੇ ਹੁਣ ਤਾਂ ਐਡੇ ਐਡੇ ਭੇਜ ਦਿੰਦੇ ਆ ਤੇ ਲੈਟ 24 ਘੰਟੇ ਕੱਟੀ ਰੱਖਦੇ ਆ ਪਰ ਤੈਨੂੰ ਨਹੀਂ ਪਤਾ ਚੰਦੋ ਜੇ ਮੈਂ ਉਹਨੂੰ ਨਾ ਲੈ ਕੇ ਗਿਆ ਨਾ ਤਾਂ ਮੇਰੀ ਨੌਕਰੀ ਚਲੀ ਜਾਊਗੀ ਬੇ ਫਿਰ ਆ ਤੇਰੇ ਮੂਰੇ ਬੰਨੇ ਹੱਥ ਮੈਂਥੋ ਨਹੀਂ ਤੇਰਾ ਲੰਗਰ ਪਕਦਾ ਖਾਨ ਸੁਰੇ ਜਿਹੇ ਦਾ ਗੁਰਦੁਆਰੇ ਜਾ ਕੇ ਖਾ ਲਿਆ ਕਰ ਟੋਕਰਾ ਤਾਂ ਤੂੰ ਰੋਟੀਆਂ ਦਾ ਖਾਣਾ ਹੁਣ ਤਾਂ ਪਿੰਡ 'ਚ ਮੇਰੀਆਂ ਗੱਲਾਂ ਹੋਣ ਲੱਗੀਆਂ ਕਹਿੰਦੇ ਇਹਨਾਂ ਦੇ ਘਰੇ ਅਜੀਬ ਜਿਹਾ ਬੰਦਾ ਰਹਿੰਦਾ ਆ ਜਲਕੁਰ ਕੰਜਰੀ ਦਾ ਕੰਦਾ ਨੂੰ ਕੰਨ ਲਾਲਾ ਸੁਣਦੀ ਆ ਪਿੰਡ 'ਚ ਮੇਰੀ ਬੇਇੱਜ਼ਤੀ ਹੋਈ ਪਈ ਆ ਹੈ ਜਲਕੁਰ ਕੰਜਰੀ ਕੋਈ ਗੱਲ ਨਹੀਂ ਤੂੰ ਬੇਫਿਕਰ ਹੈ ਅਗਲੇ ਹਫਤੇ ਮੈਂ ਜਲਕੁਰ ਦਾ ਵੀ ਘੁਗਾ ਚਿੱਤ ਕਰਨਾ ਤੂੰ ਤਾਂ ਮਨੂਸ ਆ ਮਨੂਸ ਇਥੇ ਬੰਦਾ ਨਹੀਂ ਮਾਰ ਹੁੰਦਾ ਇੱਕ ਨਾਲੇ ਗੱਲ ਸੁਣ ਮੇਰੀ ਕੰਨ ਖੋਲ ਕੇ ਅੱਜ ਜਿਹੜਾ ਸਾਡਾ ਮੁੰਦਰੀ ਆ ਨਾ ਇਹ ਬਾਹੂਚਲਾ ਕਾ ਇਹ ਤਾਂ ਬਚ ਕੇ ਰਹੀ ਹਾਂ ਹਾਂ ਮੁੰਦਰੀ ਹਾਂ ਹਾਂ ਆਈਨੀ ਡੌਲਿਆਂ ਚ ਜਾਣ ਥੰਮ ਦੇਈ ਦਾ ਤੂਫਾਨ ਆਈਨੀ ਡੌਲਿਆਂ ਚ ਜਾਣ ਥੰਮ ਦੇਈ ਦਾ ਤੂਫਾਨ ਲੰਘ ਜਾਂਨੇ ਆ ਬੱਦਲ ਵਾਂਗੂ ਨਹੀਂ ਉਹ ਗੱਜਦੇ ਓ ਜਿੱਥੋਂ ਲੰਗੀ ਦਾ ਜਿੱਥੋਂ ਲੰਗੀ ਦਾ ਐਵੇਂ ਨਹੀਂ ਲੋਕੀ ਰਾਹ ਚੜਾ ਡਰੋ ਨਾ ਡਰੋ ਨਾ ਮੈਂ ਤਾਂ ਬਿੰਦਰਾ ਮੁੱਕ ਗਿਆ ਹਾਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਸੇਵਕ ਦਰਜੀ ਦੀ ਜਾਨ ਲੈਣਾ ਹੈ ਓ ਹਾਂ ਇਹ ਤਾਂ ਸਾਰੇ ਪਿੰਡ ਨੂੰ ਪਤਾ ਕੋਈ ਹੋਰ ਗੱਲ ਕਰ ਤੁਸੀਂ ਸੇਵਕ ਦਰਜੀ ਦੀ ਜਾਨ ਨਹੀਂ ਲੈ ਸਕਦੇ ਮੈਂ ਨਹੀਂ ਜਾਨ ਲੈ ਸਕਦਾ ਓ ਮੈਂ ਨਹੀਂ ਜਾਨ ਲੈ ਸਕਦਾ ਓ ਮੈਂ ਜੰਦੂਤ ਹਾਂ ਮੈਂ ਹਰ ਕਿਸੇ ਦੀ ਜਾਨ ਲੈ ਸਕਦਾ ਆ ਸਾਰੇ ਈਲਵਾਲ ਦੀ ਜ਼ਿੰਦਗੀ ਨਾ ਮੇਰੀ ਮੁਠੀ ਚ ਈਲਵਾਲ ਦੀ ਤਾਂ ਹੋਣੀ ਪਰ ਸੇਵਕ ਦਰਜੀ ਦੀ ਜ਼ਿੰਦਗੀ ਸੋਡੇ ਹੱਥ ਚ ਨਹੀਂ ਹੈਗੀ ਹਾਂ ਫੇਰ ਕਿਹਦੇ ਹੱਥ ਚ ਨਾ ਮੈਂ ਨਹੀਂ ਦੱਸਦਾ ਲੈ ਯਾਰ ਦੱਸਤਾ ਸਹੀ ਨਾ ਔਰ ਯਾਰ ਦੱਸੇਗਾ ਤਾਂ ਮੈਨੂੰ ਫੇਰ ਹੀ ਪਤਾ ਲੱਗੂਗਾ ਦੱਸ ਕਿਹਦੇ ਹੱਥ ਚ ਦੱਸਾਂ ਔਰ ਸਾਰੇ ਪੁਆੜੇ ਦੀ ਜੜ ਨਾ ਹਾਂ ਔਰ ਮੇਰਾ ਸਹਲਾ ਮੁੰਦਰੀ ਜਨਨ ਨਾ ਜਾ ਮੁੰਦਰੀ ਪਰ ਉਹ ਕਿਵੇਂ ਜਿਹੜਾ मुंदਰੀ ਐ ਜਿਹੜਾ ਆਪਣੇ ਪਿੰਡ ਵਾਲਾ ਟਰਾਂਸਫਾਰਮ ਐ ਹੈ ਜਿੱਥੋਂ ਲਾਈਟ ਜਾਂਦੀ ਐ ਦੁਕਾਨ ਨੂੰ ਹਾਂ ਹਾਂ ਸਾਲਾ ਉਹਦੀ ਸੁੱੱਚ ਕੱਟ ਦਿੰਦਾ ਮੈਂ ਆਪ ਦੇਖਿਆ ਉਹਨੂੰ ਸੁੱੱਚ ਕੱਟਦੇ ਨੂੰ ਅੱਛਾ ਹਾਂ ਤਾਂ ਇਹਦਾ ਮਤਲਬ ਐ ਕਿ मुंदਰੀ ਮੇਰੇ ਨਾਲ ਚਲਾਕੀ ਕਰ ਰਿਹਾ ਉਹ ਸਾਲਾ ਬਹੁਤ ਚਲਾਕ ਐ ਹੈ ਹਾਂ ਕੋਈ ਗੱਲ ਨਹੀਂ ਹੁਣ ਤੂੰ ਦੇਖਦਾ ਜਾਈ ਹੈ ਇਹ मुंदਰੀ ਦੇ ਨਾਲ ਕਿਵੇਂ ਹੁੰਦੀ ਐ ਤੇ ਮੈਂ ਕਿਵੇਂ ਬਣਾਉਣਾ मुंदਰੀ ਤੋਂ ਸੁੰਦਰੀ ਹੋ ਮੈਨੂੰ ਕਿੱਥੇ ਬੰਨ ਸੁਟਿਆ ਜੀ ਮੈਨੂੰ ਜ਼ਾਲਮਾ ਓਏ ਹਾਲੇ ਤਾਂ ਮੈਂ ਮਾਰਿਆ ਨਹੀਂ ਪਹਿਲਾਂ ਚਿੱਕਾ ਮਾਰਨ ਲੱਗ ਗਈ ਓ ਕੀ ਤਬਰਦਸ ਓਏ ਤੂੰ ਹੀ ਚਲਾਕੀਆਂ ਕਰਦਾ ਸੀ ਨਾ ਆਪਦੇ ਉਸਤਾਦ ਨੂੰ ਬਚਾਉਣ ਖਾਤਰ ਓਏ ਤੇਰੀ ਵਜ੍ਹਾ ਕਰਕੇ ਮੇਰੀ ਨੌਕਰੀ ਚਲੀ ਗਈ ਹਾਈ ਰੋਣਾ ਵੀ ਨੋਕਰੀਂ ਮੈਂ ਕਿਹੜਾ ਕੈਪਟਨ ਦਾ ਪੀ ਲੱਗਿਆ ਨਾਲੇ ਮੈਂ ਕਿਹੜੇ ਤਰੀ ਪੈਸੇ ਮਾਰੇ ਓਏ ਪੈਸੇ ਤਾਂ ਨਹੀਂ ਮਾਰੇ ਪਰ ਤੂੰ ਆਪਦੇ ਉਸਤਾਦ ਨੂੰ ਬਚਾਉਂਦਾ ਤਾਰੇ ਹਾ ਨਾ ਹਾਈ ਗੁੱਸੇ ਨਾ ਹੋਵੇ ਗੁੱਸੇ ਨਾ ਹੋ ਉਸਤਾਦ ਤਾਂ ਪਿਆਮੋ ਤੋ ਵੱਧ ਹੁੰਦੀ ਆ ਜਿਹਨੇ ਰੋਟੀ ਪਾਇਆ ਹੋਵੇ ਉਹਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਮੈਂ ਆਪਣੇ ਉਸਤਾਦ ਦੀ ਖਾਤਰ ਜਾਨ ਵੀ ਦੇ ਸਕਨਾ ਵਾ ਅੱਛਾ ਹਾਂ ਜਾਨ ਵੀ ਦੇ ਸਕਦਾ ਹਾਂ ਚਲ ਠੀਕ ਹੈ ਹੁਣ ਮੈਂ ਸੇਵਕ ਦਰਜੀ ਦੇ ਨਹੀਂ ਤੇਰੀ ਜਾਨ ਕੱਢਾਂਗਾ ਮੈਨੂੰ ਧਰਮਰਾਜ ਦਾ ਮੈਸੇਜ ਆਇਆ ਵੀ ਤੂੰ ਸੇਵਕ ਦਰਜੀ ਨੂੰ ਛੱਡ ਤੇ ਪਹਿਲਾਂ ਮੰਦਰੀ ਨੂੰ ਲੈ ਕੇ ਆ ਹਾਏ ਹੱਸਣਾ ਵੀ ਮੈਂ ਹਜੇ ਇਸ ਜਗ ਤੇ ਵੇਖੀ ਕੀ ਆ ਉਸਤਾਦ ਤਾਂ ਖਾਈ ਪੀ ਹੜਾਈ ਬੈਠਾ ਲੋਕਾਂ ਤੋਂ ਗਾਲਾਂ ਲੈ ਲੈ ਕੇ ਫਿਰ ਵੀ ਕਿੰਨਾ ਕਾਮਯਾਬ ਹੋਇਆ ਪਿਆ ਮੈਨੂੰ ਛੱਡ ਦੇ ਜ਼ਮਦੂਤਾ ਚਲ ਮਾਓ ਮੇਰੇ ਸਾਢੇ 3/4 ਜੀ ਚਾਹ ਮੈਨੂੰ ਦੱਸ ਤੂੰ ਆਪਦੇ ਉਸਤਾਦ ਨੂੰ ਬਚਾਉਣ ਖਾਤਰ ਕਿਹੜੀਆਂ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਦਸਾਂ ਜਿਆਦਾ ਕੋਈ ਕੋਸ਼ਿਸ਼ ਨਹੀਂ ਕੀਤੀ ਬਸ ਦੁਕਾਨ ਤੇ ਆਉਣ ਤੋਂ ਪਹਿਲਾਂ 7 ਵਜੇ ਸੁੱਚ ਚੱਕ ਦਿੰਦਾ ਸੀ ਸ਼ਾਮ ਨੂੰ ਸਿੱਟ ਦਿੰਦਾ ਸੀ ਸੁੱਚ ਚੱਕ ਦਿੰਦਾ ਸੀ ਕੱਲ ਦੀ ਟਰਾਂਸਫਾਰਮ ਦੀ ਅੱਛਾ 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 ਤਾਂ ਤੂੰ ਆਪਣੇ ਉਸਤਾਦ ਨੂੰ ਬਚਾਉਣ ਦੀ ਖਾਤਰ ਟਰਾਂਸਫਾਰਮ ਦੀ ਸੁੱਚ ਚੱਕ ਦਿੰਦਾ ਸੀ ਅੱਜ ਤੋਂ ਬਾਅਦ ਤੂੰ ਉਹਵੇਂ ਕਰੇਂਗਾ ਜਿਵੇਂ ਤੈਨੂੰ ਮੈਂ ਕਹੂੰਗਾ ਹਾਂ ਜੀ ਹਾਂ ਜੀ ਮੈਂ ਤਾਂ ਨੌਕਰ ਬੰਦਾ ਜਿਵੇਂ ਉਹਨੇ ਕਿਹਾ ਮੈਨੂੰ ਉਹ ਕਰਨਾ ਪੈਂਦਾ ਸੀ ਜਮਦੂਤ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਹਵੇਂ ਕਰਾਂਗਾ ਪੱਕਾ ਪ੍ਰੋਮਿਸ ਹੱਥ ਖੋਲ੍ਹ ਦਰ ਸਿੱਧੀ ਸੌਣ ਨੀ ਪਰ ਮੇਰੇ ਸਿਰ ਦੀ ਸੌਂ ਖਾਣ ਦੀ ਕੋਈ ਲੋੜ ਨਹੀਂ ਅੱਜ ਤੋਂ ਬਾਅਦ ਤੂੰ ਵੀ ਉਹੀ ਕਰੇਂਗਾ ਜਿਹੜਾ ਕੁਝ ਮੈਂ ਕਹੂੰਗਾ ਚੱਲ ਮੇਰੇ ਨਾਲ ਤੇ ਸੁੱਚਲਾ ਆਪਾਂ ਦੋਨੇ ਚੱਲਦੇ ਆ ਆ ਖੋਲ ਦਿਓ ਅਬਾ ਬਬਾ ਹਾਂ ਹੂੰ ਮੰਤਰੀ ਰਹਿਣਾ ਸਾਲਿਆਂ ਦਾ 4 ਦਾ 4 ਹੂੰ ਕੋਈ ਨਾ ਚੱਕੋ ਸੁੱਚ ਮੈਂ ਸਾਲਿਓ ਮੀਟਰੇ ਪਟਾ ਦਿੰਨਾ ਸੇਵਕ ਦਰਜੀ ਨੋ ਆਇਆ ਮੇਰਾ ਹੋਏ ਅੱਲਾ ਆਇਆ ਨਾ ਸੁਖਦਾ ਸਾ ਬਿਲਕੁਲ ਕਿੰਨੀ ਜ਼ੋਰ ਦੀ ਬੰਨਿਆ ਸੀ ਹਾਂ ਚੱਲ ਚੱਲ ਇੱਧਰ ਨੂੰ ਆ ਮੱਮ ਕਿਊਟ ਆਜੋ ਫੋਲੋ ਮੀ ਚੱਲ ਹਾਂ ਮੈਂ ਮਰ ਜਾ ਜਬਰੂਆ ਕਿੰਨਾ ਸੋਹਣਾ ਲੱਗਦਾ ਨੀ ਕਹੇ ਲੋ ਜੇ ਤੂੰ ਇਹ ਨਾਲ ਫੈਂਡਸ਼ਿਪ ਕਰ ਲੈ 20 ਤੱਕ ਕਈ ਜੂਨਾ ਨਹੀਂ ਮਰਦੀ ਬਾਈ ਤੂੰ ਸਾਲਾ ਚਾਚੀ ਇਸ ਗਰਲ ਸਾਸਰਿਕ ਵਾਲਾ ਹੂੰ ਬੇ ਮੰਤਰੀ ਬੇ ਮੰਤਰੀ ਹਾਂ ਚਾਚੀ ਉਰੇ ਆਵੇ 2 ਮਿੰਟ ਵੇ ਤਾ ਜਮ ਜਨ ਨਾਲ ਕੀ ਕਰਦਾ ਫਿਰਦਾ ਜੰਗਲਾ ਰੋਹੀ ਵੀ ਆ ਬਾਂ ਚ ਹੂੰ ਕੁਛ ਕੀ ਗੱਲਾਂ ਪਰਸਨਲ ਹੁੰਦੀਆਂ ਨਹੀਂ ਸੀਕ੍ਰੀਟ ਹੁੰਦੀਆਂ ਨਹੀਂ ਪੈਸੇ ਮੈਂ ਪਹਿਲਾਂ ਬਹੁਤ ਪਰੇਸ਼ਾਨ ਬੇ ਮੰਤਰੀ ਤੇ ਮੇਰਾ ਕੋ ਨੁੱਕਾ ਜਿਹਾ ਕਾਮੀ ਕਰਦੇ ਬੇ ਮੇਰੀ ਆਪਸ ਵਿੱਚ ਨਾਲ ਫਰੈਂਡਸhip ਕਰਾ ਰਹੇ ਚਾਚੀ ਤੈਨੂੰ ਦੱਲਾ ਸਮਝ ਰੱਖਿਆ ਮਰ ਜਣਾ ਲੈ ਲਈ ਵੀਰ ਭੱਜਿਆ ਕਿੱਥੇ ਕਰਦਾ ਹੁੰਨਾ ਬੀਬੂ ਪੀ ਕੋਈ ਨਹੀਂ ਲੈਂਦਾ ਮੈਂ ਹੋਰ ਕਿੰਨੇ ਲਾਏਗਾ ਪੂਰੀ ਪਿਆਰ ਲਊਗਾ ਚੱਲ ਠੀਕ ਆ ਠੇਵਲੀ ਦੀਆਂ ਪੁੜੀਆਂ ਮੇਰੇ ਵੱਲ ਤੈਨੂੰ ਫਰੀ ਚਾਚੀ ਗੋਲ ਸੁਣ ਹਾਂ ਨਾ ਤੈਨੂੰ ਇਹ ਸਾਰੇ ਪਿੰਡ ਚ ਸਿੰਗੋਲਾ ਪਸ਼ੂ ਜੇ ਲੱਭਿਆ ਚਲ ਵੇ ਗੱਲ ਕਰਾਂ ਮੇਰੇ ਛੇਤੀ ਹੋਇਆ ਹਰ ਕੋਈ ਆਸ਼ਿਕ ਹੋਇਆ ਫਿਰਦਤ ਮੇਰੀ ਅਕਮਸਤਾਨੀ ਦਾ ਹਰ ਕੋਈ ਏਕਸਕਿਊਜ਼ ਮੀ ਹਾਂ ਮੇਰੀ ਗੱਲ ਸੁਣੀਓ ਹਾਂ ਉਹ ਮੇਰੀ ਜੱਜੀ ਕਹ ਲੋ ਨਹੀਂ ਕਿਹੜੀ ਜੱਸੀ ਉਹ ਸੱਟ ਨੂੰ ਕਿਤੇ ਨਹੀਂ ਜਾਂਦਾ ਉਹ ਵੀ ਕੋੜੀ ਪਿੱਛੇ ਹਾਂ ਉਹਨੇ ਤੁਹਾਨੂੰ ਲਾਇਕ ਕਰਦੀ ਆ ਤੁਹਾਨੂੰ ਪਸੰਦ ਕਰਦੀ ਆ ਤੁਹਾਡੇ ਨਾਲ ਫਰੈਂਡਸ਼ਿਪ ਕਰਨਾ ਚਾਹੁੰਦੀ ਆ ਤੁਹਾਡੇ ਨਾਲ ਪਿਆਰ ਕਰਨਾ ਚਾਹੁੰਦੀ ਆ ਅੱਖਾਂ ਚਾਕ ਕਰਨਾ ਚਾਹੁੰਦੀ ਆ ਦੱਸੋ ਹਾਂ ਜਨਾ ਓਏ ਮੰਦਰੀ ਤੈਨੂੰ ਪਤਾ ਮੈਂ ਸ਼ਾਦੀशुदा ਬਾਲ ਬੱਚੇਦਾਰ ਹਾਂ ਲੈ ਉਹ ਕਿਹੜੇ ਛੜੀ ਆ ਉਹ ਵੀ ਤਾਂ ਬਾਲ ਬੱਚਿਆਂ ਵਾਲੀ ਆ ਨਹੀਂ ਓਏ ਅਸੀਂ ਰਕਸ਼ ਲੋਕ ਐਨਾ ਮਨੁੱਖ ਜਾਤੀ ਤੋਂ ਨਫ਼ਰਤ ਕਰਦੇ ਆ ਇਹ ਲੋਕ ਕੁੱਖ ਵਿੱਚ ਧੀਆਂ ਮਾਰ ਦਿੰਦੇ ਨੇ ਦਾਜ ਦੇ ਪਿੱਛੇ ਨੂਹਾਂ ਸਾੜ ਦਿੰਦੇ ਨੇ ਤੇ ਇੱਕ ਬੋਤਲ ਸ਼ਰਾਬ ਦੇ ਪਿੱਛੇ ਆਪਣੀ ਵੋਟ ਵੇਚ ਦਿੰਦੇ ਨੇ ਆਪ ਦੇ ਸਕੇ ਪਿਓ ਨੂੰ ਪਿਓ ਨਹੀਂ ਕਹਿੰਦੇ ਤੇ ਪਖੰਡੀ ਸਾਧਾ ਨੂੰ ਪਿਤਾ ਜੀ ਪਿਤਾ ਜੀ ਕਰਦੇ ਆ ਅਸੀਂ ਲੋਕ ਇਹਨਾਂ ਮਨੁੱਖ ਜਾਤੀ ਨੂੰ ਪਸੰਦ ਨਹੀਂ ਕਰਦੇ ਪਰ ਕਿਸੇ ਦਿਲ ਤੋੜਨਾ ਵੀ ਤਾਂ ਪਾਪ ਹੁੰਦਾ ਹੁਣ ਮੈਨੂੰ ਇਹ ਦੱਸੋ ਹਾਂ ਜਾਂ ਨਾ ਫਿਰ ਮੈਂ ਅਗਲੇ ਨੂੰ ਮੈਸੇਜ ਲਾਵਾਂ ਜਾ ਜਾ ਕੇ ਕਹਦੇ ਉਹਨੂੰ ਕਿ ਮੈਨੂੰ ਮਨੁੱਖਾਂ ਤੋਂ ਨਫ਼ਰਤ ਹੈ ਜਾ ਡਰਨਾ ਕਾ ਤੂੰ ਜਾ ਨਾ ਮਾਂ ਲੌਂਗ ਵੀ ਤੂੰ ਲੈ ਚੀਤੇ ਰੇਖੀਆਂ ਦਾ ਚਾਚੀ ਤੂੰ ਲੁੱਟੀ ਗਈ ਥੰਬਰਵਾਦ ਹੋ ਗਈ ਚਾਚੀ ਹੁਣ ਇਹ ਤੈਨੂੰ ਕਹਤਾ ਕੀ ਕਹਤਾ ਉਨੇ ਗੇਤਾ ਭਾਈ ਉਹਨੇ ਮੇਰੇ ਕੋਲ ਨਾ ਬਸ ਉਹ ਨਾਲ ਦਾ ਜਾ ਉਹਨੂੰ ਕਹਿ ਦੇ ਕਿ ਕੈਲੋ ਤੇਰੇ ਵਾਸਤੇ ਜਾਣ ਵੀ ਦੇ ਸਕਦੀ ਆ ਹੂੰ ਤੇਰੀ ਜਾਨ ਵੀ ਤੂੰ ਨਹੀਂ ਕੱਢਣੀ ਚਾਚੀ ਸਾਰੇ ਈਲਵਲ ਪਿੰਡ ਦੀ ਡਿਊਟੀ ਆ ਹਾਂ ਚੱਲ ਮੈਂ ਇੱਕ ਵਾਰੀ ਟਰਾਈ ਕਰਦਾ ਠੀਕ ਹੈ ਮੈਂ ਕੋਸ਼ਿਸ਼ ਕਰਦਾ ਬੇ ਮੇਰੀ ਗੱਲ ਸੁ ਜੇ ਤਾਈ ਮੇਰਾ ਕੰਮ ਨਾ ਨਾ ਕੀਤਾ ਨਾਲੇ ਤਾਂ 50 ਰੁਪਏ ਨਹੀਂ ਦੇਣੇ ਨਾਲੇ ਹਾਂ ਸਾਡੇ ਘਰੇ ਖੱਟੀ ਈਮਲੀ ਤੇ ਸਮੋਸੇ ਸਾਰਾ ਕੁਝ ਤਿਆਰ ਹੈ ਜਾ ਪਾ ਜਾ ਫਿਰ ਤੇ ਮੈਂ ਪੱਕਾ ਕਰੂੰਗਾ ਕਮ ਕਾਫੀ ਖਰਾਬ ਹੋ ਗਿਆ। ਉਤਾਪਾਂਤੀ ਤੇਰਾ ਨਾਮ ਲਖਵਾਈ ਫਿਰਦੀਆ ਜੰਦੂਤ ਜੰਦੂਤ ਦੇ ਤੇਰੇ ਘਰ ਵਾਲੀ ਭੱਜੀ ਆ ਉਹਦੇ ਘਰ ਵਾਲਾ ਭੱਜਿਆ ਵਾ ਭੱਜਿਆ ਹੋਇਆ ਕਿੱਥੇ ਦੁਬਈ ਗਿਆ 3 ਸਾਲ ਹੋ ਗਏ ਵਾਪਸ ਨਹੀਂ ਆਇਆ ਵਿਚਾਰੀ ਨੂੰ ਸਹਾਰੇ ਦੀ ਲੋੜ ਹੈ ਸਾਰੀ ਰਾਤ ਤੂੰ ਉਹਦੇ ਸੁਪਨੇ ਚੋਂ ਨਰਨ ਮਰਸੋਂ ਪਲਾਛਾ ਲੱਤੀ ਆਪੀ ਕਿ ਮਰ ਲੱਗੀ ਸੀ ਮੈਂ ਰੋਕਿਆ ਮੈਂ ਜ਼ਿੰਦਗੀ ਬਚਾਈ ਓਹ ਹੋ ਪਰਮੰਦਰ ਯਾਰ ਤੈਨੂੰ ਤਾਂ ਪਤਾ ਮੈਂ ਇਸ ਇਸ਼ਕ ਮੁਸ਼ਕ ਦੇ ਚੱਕਰਾਂ 'ਚ ਨਹੀਂ ਪੈਣਾ ਇਹ ਇਸ਼ਕ ਬੜਾ ਡਾਡਾ ਹੁੰਦਾ ਹੈ ਇਹ ਡੋਬ ਕੇ ਰੱਖ ਦਿੰਦਾ ਤੂੰ 우ਸਤਾਦ ਕੁਲਦੀਪ ਮਾਨਕ ਦਾ ਗਾਉਣਾ ਤਾਂ ਸੁਣ ਹੀ ਹੋਵੇਗਾ ਕਿਹੜਾ ਓਹੋ ਸਹਿਬਾ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ ਵੇ ਨਹੀਂ ਜਮਦੂਤਾ ਹਰ ਕੋਈ ਸਹਿਬਾ ਨਹੀਂ ਹੁੰਦੀ ਕੱਦੀ ਵੀ ਕਿਸੇ ਦਾ ਦਿਲ ਨਹੀਂ ਦੁਖਾਈਦਾ ਦਿਲ ਨਹੀਂ ਤੋੜੀਦਾ ਦਿਲ ਟੁੱਟਣ ਦੀ ਆਵਾਜ਼ ਤੇ ਨਹੀਂ ਆਉਂਦੀ ਪਰ ਜਦੋਂ ਇਹ ਦਿਲ ਟੁੱਟਦਾ ਨਾ ਜਲ ਜਲੇ ਉੱਠ ਜਾਂਦੇ ਨੇ tufaan ਉੱਠ ਜਾਂਦੇ ਨੇ ਮੁੰਦਰੀ ਤੂੰ ਆਹ ਗੱਲ ਕਰਕੇ ਮੇਰੇ ਦਿਲ ਵਿੱਚ ਵੀ ਪਿਆਰ ਉਠਾਤਾ ਹੈ ਸੱਚੀ ਮੁੱੱਚੀ ਜਾ ਕੇ ਕਹਦੇ ਕਹਿ ਲੋ ਨੂੰ ਹਾਂ ਕੀ ਆਈ ਲਵ ਯੂ ਥੈਂਕ ਯੂ ਚਾਚਾ ਹੋਈ ਚਾਚਾ ਚਾਚੀ ਵੇ ਕੀ ਕਹਿੰਦਾ ਭੁੰੜਿਆ ਯਰ ਸੋ ਲੱਕੀ ਵੇ ਕੀ ਹੋ ਗਿਆ ਕੀ ਕਹਿੰਦਾ ਉਹ ਕਹਿੰਦਾ ਆਈ ਲਵ ਯੂ ਬਰ ਮਾਈਨੀ ਮੈਂ ਤਾਂ ਫੇਰ ਮੰਨੂਗੀ ਜੇ ਆਪਦੇ ਮੂਹ ਕਹੂਗਾ ਮੂਹ ਕਹਾਂ ਹਾਂ ਹਾਂ ਅ ਚਾਚਾ ਹਾਂ ਹਾਂ

ਕਈ ਦਿਨਾਂ ਤੋਂ ਚੈਟਿੰਗ ਚੱਲੀ ਕਈ ਦਿਨਾਂ ਤੋਂ ਚੈਟਿੰਗ ਚੱਲੀ ਕਈ ਦਿਨਾਂ ਤੋਂ ਚੈਟਿੰਗ ਚੱਲੀ ਹੋਗੀ ਬੜੀ ਕਲੋਲ ਨਹੀਂ ਮੇਈ ਲੂ ਲਿਖਦਾ ਤੂੰ ਲਿਖਦੀ ਸੀ ਲੋ ਉਹ ਦਸਵਾਵ ਵਧੀਆ ਤੂੰ ਉਸ ਬਾਵਾ ਵਧੀਆ ਅੱਛਾ ਜ਼ਿੰਦਗੀ ਬਣਾ ਦੋ ਤੇਰੀ ਤਾਂ ਹਾਂ ਮੈਂ ਤੈਨੂੰ ਦੱਸਾਂ ਉਹ ਅਗਰ ਟ੍ਰਾਂਸਫਰ ਮੈਂ ਅੱਛਾ 55 ਨੋ ਹਾਂ ਹਾਂ ਭਾਈ ਭਾਈ ਅੱਛਾ 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 ਹਾਂ ਚਲੋ ਚੱਕ ਚੱਕ ਏ ਮੇਰੀ ਮਾਲਕਾ ਮੇਰੇ ਸੇਵਕ ਉਸਤਾਦ ਦੀ ਜਾਨ ਹੁਣ ਤੇਰੇ ਹੱਥ ਹੈ ਬਚਾ ਲਈ ਚਲ ਚੱਕਦਾ ਚੰਗੀ ਤਰ੍ਹਾਂ ਕੰਨ ਦੇ ਦੀ ਇਹ 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 ਦਵਾਰਾ ਕੱਟੀ ਨਾ ਜਾਵੇ ਠੀਕ ਹੈ ਓਕੇ ਚਲ ਫਾਲੋ ਮੀ ਜੀ ਦੀ ਜੀ ਦੀ ਹਾਂ ਵੀ ਜੀ ਦੀ ਜੀ ਦੀ ਲਕੀਆਂ ਵੀ ਜਾਗਦੀ ਰਹੀ ਹੂੰ ਰਾਤ ਨੂੰ ਗਵਾਚ ਕਿਥੀਆਂ ਲੱਭਦੀ ਲੁਕ ਚਕਿਸਤਾਂ ਦਾ ਤੇਰੇ ਸੇਵਕ ਨੂੰ ਦਬਣ ਨੂੰ ਫਿਰਦੇ ਸੀ ਪਰ ਦਬਦਾ ਕਿਥੀਆਂ ਆ ਤੇਰੇ ਸੇਵਕ ਨੂੰ ਲਜਾਣ ਨੂੰ ਫਿਰਦੇ ਸੀ ਪਰ ਜਾਂਦਾ ਕਿਥੀਆਂ ਆ ਤੇਰੇ ਸੇਵਕ ਨੂੰ ਲਜਾਣ ਨੂੰ ਫਿਰਦੇ ਸੀ ਪਰ ਜਾਂਦਾ ਕਿਥੇ ਆ ਮੈਨੂੰ ਚਾਰ ਵਾਸਤੇ ਅੰਬੀਆਂ ਹੀ ਤੋੜ ਦੇ ਹਾਏ ਅੰਬੀਆਂ ਤਾਂ ਦੇਖ ਤੇਰੇ ਵਾਸਤੇ ਤਾਂ ਮੈਂ ਢੇਰ ਲਾਤੇ ਢੇਰ ਅੰਬੀਆਂ ਦੇ ਅੰਬੀਆਂ ਤਾਂ ਕੀ ਮੈਂ ਤਾਂ ਅਸਮਾਨ ਤੋਂ ਤਾਰੇ ਤੋੜ ਲਿਆਵਾ ਹਾਂ ਹਾਂ ਲੱਗੇ ਰੋ ਇੰਜੋਏ ਕਰੋ ਕੋਈ ਨਹੀਂ ਆਉਂਦਾ ਨਾਲੇ ਮੇਰੀ ਗੱਲ ਸੁਣੋ 1 ਘੰਟੇ ਦੇ 20 ਰੁਪਏ ਠੀਕ ਹੈ ਨਾ ਦੂਜਾ ਘੰਟਾ ਸ਼ੁਰੂ ਹੋ ਗਿਆ ਯੂ ਸਟਾਰਟ ਨਾਓ ਔਰ ਸਾਲਿਆ ਤੈ ਤਾਂ 100 ਰੁਪਿਆ ਬਣਾ ਹੀ ਲੈਣਾ ਹਜੇ ਤਾਂ ਮੈਂ ਇਹਦੀਆਂ ਜੁਲਫਾਂ ਸਵਾਰਦਾ ਰੋਸ਼ਨੀ ਦੀਆਂ ਦੇਖ ਦੇਖ ਕੇ ਇਹਨੂੰ ਮੈਂ ਰੱਜਿਆ ਨਹੀਂ ਰੱਜਿਆ ਨਹੀਂ ਅੱਖਾਂ ਤਾਂ ਇਹਦੀਆਂ ਚ ਸਮੁੰਦਰ ਹੈ ਸਮੁੰਦਰ ਮੇਰੇ ਸਾਲੇ ਦਾ ਫੁੱਦੂ ਆਸ਼ਕ ਮੈਨੂੰ ਵੀ ਰੱਖੀ ਕਰ ਲਾਤਾ ਔਰ ਮੇਰੇ ਨਾਲ ਦੇ ਜਮਦੂਦ ਦੇਦੇ ਆਉਣਗੇ ਤੇ ਮੇਰਾ ਮਜ਼ਾਕ ਉਡਾਉਂਦੇ ਆਉਣਗੇ ਮੇਰੀ ਗੱਲ ਸੁਣ ਹਾਂ ਖਟੀਆਂ ਪਿਆ ਨੂੰ ਬਹੁਤ ਪਸੰਦ ਨੇ ਹਾਏ ਕੀ ਚੱਕਰ ਪੈ ਗਿਆ ਖੱਟੀਆਂ ਅੰਬੀਆਂ ਦਾ ਓਹੋ ਉਹ ਚੱਕਰ ਨਹੀਂ ਹੈ ਮੈਨੂੰ ਅੰਬੀਆਂ ਤੋੜ ਕੇ ਦੇ ਨਾ ਉਹ ਦੇਖ ਉਹ ਵਲੀ ਤੋੜ ਕੇ ਦੇ ਹਾਂ ਉਹ ਵਲੀ ਤੈਨੂੰ ਅੰਬੀਆਂ ਮੈਂ ਤੋੜ ਕੇ ਦੂੰਗਾ ਮੇਰੀ ਬਾਲੋ ਚਾਹੀਏ ਆਏ ਹਾਏ ਮੈਂ ਚੜਦਾ ਉੱਤੇ ਇਹ ਫਰਾਂ ਹੋ ਜਾ ਹੁਣ ਤੂੰ ਫਰਾਂ ਦੇਖੀ ਤਾਂ ਸਹੀ ਤੂੰ ਇਹ ਦੇਖੀ ਤਾਂ ਸਹੀ ਨੀ ਅੰਭੀ ਇਹ ਆਹ ਤੋੜਨੀ ਆ ਉਹ ਇਹ ਆਹ ਲੈ ਆਹ ਤੋਹੀਂ ਤੋੜੂਗਾ ਹੋਈ ਨੀ ਅੰਭੀ ਅਨੁਤਰ ਸੇਂਗੀ ਛੱਡ ਕੇ ਬਾਗ ਬਗਾਨਾ ਨੀ ਅੰਭੀ ਅਨੁ ਛੱਡ ਕੇਂਗੀ ਇਹ ਆਈ ਹਾਏ ਮਾਚਕੇ ਤਾਂ ਹੁੰਦੇ ਫਿਰਦੇ ਹਾਏ ਕਰਾਲਾ ਸਿੰਘ ਕੁੰਡਾ ਜਦੋਂ ਦੂਦੋਂ ਤੱਕ ਕੀ ਪਾਣਾ ਚਾਹੀਦਾ ਕਦੋਂ ਮੈਂ ਜਾਨ ਕੱਢਾ ਕਦੋਂ ਮੁੱਕੇ ਮਰੇ ਮਗਰੋਂ ਲੱਗ ਸੱਟ ਤਾਂ ਨਹੀਂ ਲੱਗੀ ਹਾਏ ਹਾਏ ਰੋਸ਼ਨੀ ਤਾਈਂ ਹੱਥ ਲਾਤਾ ਹਾਏ ਮੈਂ ਠੀਕ ਹੋ ਗਿਆ ਸ਼ੁਕਰ ਹੈ ਸ਼ੁਕਰ ਹੈ ਓਏ ਤਰਕੀ ਅਸਕਾ ਜਲਦ ਕਰਨ ਤੇ ਮੈਂ ਤੇਰੀ ਜਾਨ ਕੱਢਣੀ ਆ ਸਾਲਾ ਮੈਨੂੰ ਪਾਣ ਕਰਕੇ ਰੱਖੂਗਾ ਇਹ ਤੂੰ ਮੇਰੀ ਜਾਨ ਨਹੀਂ ਕੱਢ ਸਕਦਾ ਮੇਰੀ ਗੱਲ ਸੁਣ ਓਏ ਸਰਕਾਰ ਨੇ ਸ਼ਨੀ ਤੇ ਐਤਵਾਰ ਲਾਕਡਾਊਨ ਲਾਤਾ ਕਿਉਂਕਿ ਸ਼ਨੀਵਾਰ ਐਤਵਾਰ ਲਾਕਡਾਊਨ ਰਹੂਗਾ ਅਸੀਂ ਦੁਕਾਨ ਨਹੀਂ ਖੋਲਦੇ ਅਸੀਂ ਪਿਕਨਿਕ ਮਨਾਵਾਂਗੇ ਪਿਕਨਿਕ ਮਨਾਵਾਂਗੇ ਈ ਗੱਲ ਸੁਣੋ ਇਹ ਨਾਲ ਜਿੰਮਦਾਰ ਤੂੰ ਮੇਰੇ ਉਸਤਾਦ ਨੂੰ ਕਦੀ ਨਹੀਂ ਮਾਰ ਸਕਦਾ ਨੋ ਵੇ ਕਿਉਂ ਨਹੀਂ ਲੈ ਸਕਦਾ ਤੇਰੇ ਉਸਤਾਦ ਦੀ ਜਾਨ ਮੈਂ ਓਕੇ ਅਸੀਂ ਤਾਂ